मैं रात नू इत सुबह मैं चली तो सोचा सामने वाजिद की कोठी ओनू मिलते चलिए पर तुसी किधर आई हो जे भाई आपस की गल बहाने बाजिया छोड़ो ते साफ साफ वक्त हो कि असी 1 2 3 इको ही कम आई वैसे रात नू क्लब च रांझे का प्ले करना है ना ते मैं सोचा रांझे साहब ने थोड़ी जी रिहर्सल होर हो जानी चाहिए अब वैसे मेरी रिहर्सल के बिचली कुछ कमी सी ते मैं भी ओहो ही पूरी करना आई हाँ नी तुसी रिहर्सल च ही रहना उधर टेक भी हो गई जी हूं तू मेरी बांह च बांह खिसका ही ले क्यों बाजी तू इन कुड़ियों को डर के नहीं नहीं डैडी दे आन दा वक्त ते वो मेरा लड़कियों दे नाल मेल जोल ड्रामा बिल्कुल पसंद नहीं तू मैं सारा उन्हें क्या तू कदों किसी जवान लड़की नु ताश कर ले हम भी मुंह में दबा रखते गल खुल गई साढ़े सीने च प्यार भरिया दिल भी ते दिल की गल करन वाली जरूरत भी है ऑफ कोर्स अफसोस कि तुसी लेट पहुंची है जी कोई गल नहीं कदे ते तेरी गड्डी भी लेट होनी है ना पहले डैडी आ गए ने ते तुसी सारिया इत्थों प्लीज जल्दी कमीनिया तू हरण क्यों मचाया बस जी मैं जरा कमीना जे आदमी है सेंसेशन कलैटन ककरैन एक कमीनी जी हरकत हो गई है ये गड्डियां वेख के सानू यकीन हो गया है कि अंदर कुड़ियां आईया हुई ने नहीं नहीं जनाब अली ये गड्डियां जिन्नियां भी हैं सारियां मर्दाना खसलत दी मालिक है सेंसेशन कलैटन ककरैन जनाना तू बकवास कर रहे हैं ये गड्डियां उन्होंने कुड़ियां दियां ने जिहड़ियां रोजाना उस वेले इत्थे आंदियां ने जदों असीं घरों बाहर चले जांदे
ਅੱਛਾ ਜੀ ਫੱਤੀ ਇੱਥੇ ਠਹਿਰੋ ਤੇ ਮੈਂ ਜ਼ਰਾ ਸੈਂਸਨਸਨ ਕਲੈਟਨ ਕਕਰੈਨ ਕਰਕੇ ਗੁੱਸੇ ਚ ਆ ਕੇ ਤੇ ਉਹਨਾਂ ਨਾਲ ਜਾ ਕੇ ਗੱਲ ਕਰਾਂ। ਬਸ ਬਸ ਅਸੀਂ ਆਪ ਪਤਾ ਕਰਾਂਗੇ। ਉਹ ਜੀ ਤੁਹਾਡੇ ਕੋਲ ਨਹੀਂ ਹੋਣਾ ਇਹ ਸੈਂਸਨਸਨ ਕਲੈਟਨ ਕਕਰੈਨ, ਇਹ ਤੇ ਸਾਰਾ ਕੰਮ ਹੀ ਮੇਰਾ ਸੈਂਸਨਸਨ ਕਲੈਟਨ ਹੈ। ਉਹ ਤੁਹਾਡਾ ਬੇੜਾ ਤਰਜੇ ਛੇਤੀ ਨਾਲ ਨਿਕਲ ਜਾਓ, ਤੁਸੀਂ ਤੁਹਾਨੂੰ ਨਹੀਂ ਪਤਾ ਵੀ ਇਹਦਾ ਬਾਪ ਜਿਹੜਾ ਸ਼ੇਖ ਸਾਹਿਬ ਹੈ ਔਰਤਾਂ ਕੋਲ ਕਿੰਨੀ ਨਫ਼ਰਤ ਖਾਂਦਾ। ਜੇ ਤੁਹਾਨੂੰ ਪਤਾ ਲੱਗ ਗਿਆ ਡੈਡੀ ਇਹ ਲੜਕੀਆਂ, ਅਸੀਂ ਵੀ ਇਹ ਚਾਹੁੰਦੇ ਹਾਂ ਬੇਟੇ ਕਿ ਤੂੰ ਇਸ ਜਿਨਸ ਨਾਲ ਸਿਰਫ ਸਲਾਹ ਮਸ਼ਵਰੇ ਤੱਕ ਹੀ ਰਵੇਂ, ਪਿਆਰ ਨਾ ਕਰੇ। ਸਵਾਲ ਹੀ ਪੈਦਾ ਨਹੀਂ ਹੁੰਦਾ ਡੈਡੀ, ਇਹ ਡਰਾਮਾ ਸਟੇਜ ਹੋ ਜਾਏ ਉਹਦੇ ਬਾਅਦ ਮੈਂ ਇਹਨਾਂ ਦਾ ਵਾਕਿਫ ਨਹੀਂ ਬਣ। ਮੈਂ ਇਸ ਲਈ ਕਹਿਣਾ ਮੁਨਾਸਿਬ ਸਮਝਿਆ ਬੇਟੇ ਕਿ ਜਿਸ ਸਟੇਜ ਤੇ ਤੁਸੀਂ ਹੁਣ ਪਹੁੰਚੇ ਹੋ ਅਸੀਂ ਉਸ ਸਟੇਜ ਤੋਂ ਗੁਜ਼ਰ ਚੁੱਕੇ ਹਾਂ। ਸਾਡੇ ਡਰਾਮੇ ਦਾ ਅੰਜਾਮ ਠੀਕ ਨਹੀਂ ਸੀ ਹੋਇਆ ਤੇ ਅਸੀਂ ਨਹੀਂ ਚਾਹੁੰਦੇ ਕਿ ਤੂੰ ਵੀ ਇਹ ਡਰਾਮਾ ਕਰੇ। ਸਟੇਜ ਤੋਂ ਗੁਜ਼ਰ ਚੁੱਕੇ, ਡਰਾਮੇ ਦਾ ਅੰਜਾਮ ਠੀਕ ਨਹੀਂ ਸੀ ਹੋਇਆ। ਡੈਡੀ ਜੀ ਬੇਟੇ, ਗੁਸਤਾਖੀ ਨਾ ਸਮਝੋ ਤੇ ਮੈਂ ਜ਼ਰੂਰ ਪੁੱਛਣਾ ਚਾਹੁੰਦਾ ਕਿਸ ਡਰਾਮੇ ਦਾ ਅੰਜਾਮ ਅੱਛਾ ਨਹੀਂ ਸੀ। ਬੇਟੇ ਤੂੰ ਬੜੇ ਅੱਛੇ ਵਕਤ ਮੇਰੇ ਤੇ ਸਵਾਲ ਕੀਤਾ, ਇਸ ਲਈ ਕਿ ਹੁਣ ਤੂੰ ਆਪਣੀ ਜ਼ਿੰਦਗੀ ਦੇ ਅੰਜਾਮ ਦਾ ਆਗਾਜ਼ ਕਰਨਾ। ਸੁਣੋ ਬੇਟੇ, ਇਹ ਤਸਵੀਰ ਪਛਾਣਨਾ, ਇਸ ਸ਼ਖਸੀਅਤ ਨੂੰ ਮੈਂ ਆਪਣੀ ਅੱਖਾਂ ਨਾਲ ਤੇ ਨਹੀਂ ਵੇਖਿਆ, ਪੁਰਾਣੇ ਮੁਲਾਜ਼ਮਾਂ ਕੋਲੋਂ ਪਤਾ ਚੱਲਿਆ ਕਿ ਇਹ ਮੇਰੀ ਵਾਲਦਾ ਹੈ। ਹਾਂ ਬੇਟੇ, ਜਦੋਂ ਮੈਂ ਤੇਰੀ ਉਮਰ ਨੂੰ ਪਹੁੰਚਿਆ ਤੇ ਇਹਨਾਂ ਨਾਲ ਮੇਰਾ ਡਰਾਮਾ ਸ਼ੁਰੂ ਹੋ ਗਿਆ, ਸ਼ਾਦੀ ਹੋ ਗਈ। ਇਹ ਫੈਸ਼ਨ ਦੇ ਇਸ ਹੱਦ ਤੱਕ ਦਿਲਦਾਦਾ ਸਨ ਕਿ ਹਰ ਉਸ ਮਹਿਫਿਲ, ਉਸ ਮਜਲਿਸ, ਉਸ ਕਲੱਬ ਵਿੱਚ ਪਹੁੰਚਦੇ ਸਨ ਜਿਨ੍ਹਾਂ ਨੂੰ ਮੈਂ ਜ਼ਾਤੀ ਤੌਰ ਤੇ ਚੰਗਾ ਨਹੀਂ ਸਮਝਦਾ ਸਾਂ। ਤੁਸੀਂ ਇਹਨਾਂ ਨੂੰ ਰੋਕਿਆ ਕਿਉਂ ਨਹੀਂ? ਸਵਾਲ ਬੜਾ ਮਾਕੂਲ ਹੈ ਤੇ ਜਵਾਬ ਇਹ ਵੇ ਕਿ ਜਦੋਂ ਇਹ ਦਿਲ ਕਮਲਾ ਜ਼ਾਲਿਮ ਆਪਣੀਆਂ ਅੱਖਾਂ ਖੋਲਦਾ ਹੈ ਤੇ ਫਿਰ ਅਕਲ ਦੇ ਸਾਰੇ ਦਰਵਾਜ਼ੇ ਬੰਦ ਹੋ ਜਾਂਦੇ ਨੇ। ਵਕਤ ਆਇਆ ਕਿ ਮੈਂ ਇੱਕ ਬੇਟੇ ਦਾ ਬਾਪ ਬਣ ਗਿਆ, ਮੇਰਾ ਪਿਆਰ ਵੰਡਿਆ ਗਿਆ। ਬੇਗਮ ਦਾ ਖਿਆਲ ਸੀ ਕਿ ਬੱਚਾ ਸਿਰਫ ਆਇਆ ਲਈ ਜਨਮ ਦੇਈਦਾ ਹੈ, ਉਹਦੀ ਦੇਖਭਾਲ ਮੇਰੀ ਬੀਵੀ ਲਈ ਜ਼ਰੂਰੀ ਨਹੀਂ ਹੁੰਦੀ। ਪਰ ਬੇਟੇ, ਮੈਂ ਪੁੱਤਰ ਦੀ ਹੱਦ ਤੋਂ ਅੱਗੇ ਨਹੀਂ ਲੰਘ ਸਕਿਆ, ਉਹ ਪੁੱਤਰ ਤੇ ਖੌਨ ਦੋਵਾਂ ਹੱਦਾਂ ਨੂੰ ਲੰਘ ਗਈ। ਇਹਦਾ ਮਤਲਬ ਹੈ ਔਰਤ ਹੀ ਰਹੀ, ਪੁੱਤਰ ਨੂੰ ਜਨਮ ਦੇਣ ਤੋਂ ਬਾਅਦ ਵੀ ਉਹਨਾਂ ਦੇ ਸੀਨੇ ਵਿੱਚ ਮਾਂ ਨੇ ਜਨਮ ਨਹੀਂ ਲਿਆ। ਹਾਂ ਬੇਟਾ, ਸ਼ਾਇਦ ਇਸ ਲਈ ਕਿ ਮਾਂ ਤੇ ਬਾਪ ਦਾ ਜਿਹੜਾ ਸਾਰਾ ਵਕਤ ਔਲਾਦ ਦੇ ਹਿੱਸੇ ਵਿੱਚ ਆਉਂਦਾ ਹੈ ਉਹ ਮੇਰੇ ਹਿੱਸੇ ਵਿੱਚ ਆ ਗਿਆ ਤੇ ਮੈਂ ਆਪਣੇ ਪੁੱਤਰ ਦੀ ਅੱਖਾਂ ਵਿੱਚ ਆਪਣਾ ਮੁਸਤਕਬਲ ਵੇਖਣ ਲੱਗ ਪਿਆ ਤੇ ਉਹ ਕਲੱਬ ਦੇ ਹਰ ਨੌਜਵਾਨ ਦੀ ਅੱਖਾਂ ਵਿੱਚ ਆਪਣਾ ਸ਼ੌਹਰ ਤਲਾਸ਼ ਕਰਨ ਲੱਗ ਪਈ। ਐਸੀ ਗਿਆ ਕਿ ਤੁਸਾਂ ਪੁੱਛਿਆ ਹੈ ਤੇ ਅਸੀਂ ਦੱਸਿਆ ਹੈ ਕਿ ਇਹ ਕੌਣ ਹੈ ਤੇ ਅਸੀਂ ਪਿਓ ਪੁੱਤਰ ਕੌਣ। ਡੈਡੀ, ਤੁਸਾਂ ਉਹਨਾਂ ਨੂੰ ਮਾਫ਼ ਕਿਉਂ ਕਰ ਦਿੱਤਾ? ਉਹਨਾਂ ਕੋਲੋਂ ਇੰਤਕਾਮ ਕਿਉਂ ਨਹੀਂ ਲਿਆ? ਇੰਤਕਾਮ ਵੀ ਲੈ ਸਕਦਾ ਸਾਂ, ਪਰ ਤੇਰੀ ਜ਼ਿੰਦਗੀ ਨੇ ਮੈਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਸੀ। ਜੇ ਮੇਰੇ ਵਾਜਿਦ ਦਾ ਪਿਓ ਆਪਣੀ ਬੀਵੀ ਕੋਲੋਂ ਬਦਲਾ ਲੈਣ ਨਿਕਲਦਾ ਤੇ ਮੇਰੇ ਅੰਦਰ ਜਿਹੜਾ ਹਿੱਸਾ ਵਾਜਿਦ ਦੀ ਮਾਂ ਬਣ ਗਿਆ ਸੀ ਉਹ ਉਹਨੂੰ ਰੋਕ ਲੈਂਦਾ ਸੀ। ਡੈਡੀ, ਕਿੰਨੀ ਜ਼ਾਲਿਮ ਹੁੰਦੀਆਂ ਨੇ ਔਰਤਾਂ। ਹੁਣ ਪਤਾ ਲੱਗਾ ਹੀ ਨਾ ਵਾਜਿਦ ਨਾਲ ਪਿਆਰ ਕਰਨ ਤੋਂ ਕਿਉਂ ਮਨਾ ਕਰਨਾ। ਮੇਰਾ ਇੰਤਕਾਮ ਹੀ ਇਹ ਹੋਏ ਕਿ ਔਰਤ ਨਾਲ ਪਿਆਰ ਨਾ ਕਰੀਏ। ਮੈਂ ਇਸ ਜਿਨਸ ਕੋਲੋਂ ਤੁਹਾਡਾ ਬਦਲਾ ਇਸ ਤਰ੍ਹਾਂ ਲਵਾਂਗਾ ਡੈਡੀ ਕਿ ਹਰ ਔਰਤ ਨੂੰ ਨਫ਼ਰਤ ਦੀਆਂ ਛੁਰੀਆਂ ਮਾਰਾਂਗਾ।
शहनाज याद रखें, मेरा पुत्र नफरत दिया जिन्निया छुरियां चलाएगा वो सारियां तेरे सीने विच वजन किया। हेलो हास क्यों रहे बदर? इसलिए मैडम के तुहाडे हेलो दी उम्र हले तिकर साडी उम्र नू नहीं पहुंची, जवानी लगती। बेवकूफ, अजी साडी उम्र की है एमे 28-29 साल। मैडम तुसी मेकअप भी ऐसा करते हो कि 20 सालां तो बाद लग ही नहीं सकते, पर असी भी ताडे नाल इस होटल च पावी होए सा। खदे कुवाल सफेद हो गए ने, पहले मामूली बैरे सा हुण हेड बैरे हो गए, मतलब बड़े नौकर। पर ताडे बारे इन्ना कु जानना जिन्ना पानी जाग के चाल नू पता हुंदा है कि मच्छियां किन्नियां ने। शट अप बदर, एदा ही मतलब नहीं कि तू साडा हमराज हो के सानू गुजरियां गल्लां याद करा के परेशान करे। असां गुजरी कल वल कदी मुड़ के नहीं देखिया, हमेशा तो आज दियां रौनक एंजॉय करने हैं। गल खुली गई है मैडम, एते दसो तुहानू कदे अपना बच्चा भी याद आया है? बदर, आज तू कि हो जा खुशक मौजू छेड़ दिता है। एक बार जो कहते हैं कि असां गुजरी कल कदी याद नहीं की, फिर पता नहीं मैनू आज गुजरी हुई कल दी याद क्यों आ रही है। मैनू इंज लगता है मैडम मैं ताडे कोलो बहुत पिछे रह गया, मैनू अपनी दीदी याद आन लग पई है मैडम, बड़ी याद आन लग पई। बेदर्द सालमा, ना ही तो चंगा खान बन सके ते ना ही चंगा तू, एक इधर जूना है ते मुहारा मोर के आवे मैनू ना मिली पावे। पर ओ गली जेड़ी तेरे जान तो बाहर कुमला गई सी ते ऐ नमाणी मां जेड़ी उस गली दा बूटा ते पहले सी माली बन के पालिया है, अज ओ गली फुल बन गई है। हाला हाला, अज फिर तेरी मानो ने हीर बन के ते सारे मुंडिया ने बुत ना के खिला दी। तो जानी तेरा बेड़ा तर जाए, मैं ते तेन ये दसिया सी कि तेरे प्यो ने खैर औरता पीछे तेरी मां छड़ दिती है, पर यह नहीं सी किया कि तू मेरा बदला सारी दुनिया के मर्दा को लैन लग पे। हीरा होर जहान च लख हो सन पर रांझियां दी नहीं तोड़ हीरे पीर वेलने विच कमाद वांगो साडा लिए रस न छोड़ हीरे। बता मैं तेरे लिए चूड़ी लेके आई हूँ। ठंड पै गई, ईमान सारा वजूद एयर कंडीशन हो गया। मर जाने वो बलैल चूड़ी खा कि खुश हो रहा है, क्यों तो अजकल नाशपति भी नहीं लगता। वे तू ठंडा ठार होके इतने ही खलोता रहे सारी जिंदगी, कवे तो इतों ना हिला। पर चूड़ी की एक बुरकी खानी सी, बाकी तो तेरे सिर सद के कावा कुत्तियां खुआ देंगी। पत्ते जे तू इथो चला गया ना ते मेरा दिल टूट जाएगा। ओ हीरे, मैं ते पागल ना तेरे पीछे, तेनू छड़ के किथे जाना। मैनू भी पता है। हाय, बस कदे दिन दा हो कुसैला कट ले, एने तेरे सिवा किधरे होर जान जोगा ही नहीं रहना। ओ साडे दिल नू है तेरी लोड़ हीरे। पता
ਤੈਨੂੰ ਲੱਭਦਿਆਂ ਲੱਭਦਿਆਂ ਮੇਰਾ ਦਿਲ ਕਮਲਾ ਚੱਲਿਆ ਹੀ ਹੋ ਗਿਆ ਸੀ। ਉਹ ਚੱਲਿਆ ਹੋ ਗਿਆ ਤੇ ਅਸੀਂ ਤੇਰੇ ਪਿੱਛੇ ਮਰਨਾ, ਤੇਰਾ ਦਿਲ ਕਮਲਾ ਕਿਉਂ ਹੋਵੇ, ਤੇਰੇ ਹਿੱਸੇ ਦੇ ਅਸੀਂ ਜੋ ਕਮਲੇ ਹੋ ਗਏ ਆ। ਮੈਨੂੰ ਪਤਾ ਹੈ, ਤੈਨੂੰ ਵੀ ਪਤਾ ਹੈ ਨਾ, ਤੈਨੂੰ ਲੱਭਦਾ ਲੱਭਦਿਆਂ ਮੈਨੂੰ ਬੜੀ ਦੇਰ ਹੋ ਗਈ ਹੈ, ਮਾਂ ਘਰ ਡਿੱਗਦੀ ਹੋਣੀ ਹੈ, ਤੂੰ ਇੱਥੇ ਹੀ ਖਲੋਤਾ ਰਹੀ। ਉਹ ਕੱਢਿਆ ਸਮਝ, ਪਰ ਉਹ ਨਾ ਹੋਵੇ ਮੇਰੇ ਤੋਂ ਟਰੈਕਟਰ ਹੀ ਲੰਘ ਜਾਵੇ, ਹੋਰ ਕਿੰਨੀ ਕੁ ਦੇਰ ਖਲੋਣਾ ਇੱਥੇ। ਜਿੰਨੀ ਦੇਰ ਮਿੱਟੀ ਦਾ ਤੇਲ ਨਾ ਮਿਲੇ ਉਹ ਤਾਂ ਪੂਰਾ ਦਿਨ ਨਹੀਂ ਮਿਲ ਸਕਦਾ। ਅੱਛਾ ਫਿਰ ਤੂੰ ਇੱਥੇ ਹੀ ਖਲੋਤਾ ਰਹੀ, ਮੈਨੂੰ ਆਈ ਸਮਝ ਹੈ। ਤੂੰ ਜਾ ਵੀ ਕਿੱਥੇ ਸਕਣੀ ਹੈ, ਅਸੀਂ ਵੀ ਪੂਰੇ ਟਿਲ ਲਾ ਕੇ ਬੋਲ ਯਾਦ ਕੀਤੇ ਸਨ। ਜੇ ਤੂੰ ਨਹੀਂ ਮਿਲਣਾ ਸੀ ਆਉਣ ਕਿਤੇ, ਸਾਨੂੰ ਸ਼ਾਹ ਦਰਿਆ ਵਿੱਚ ਦੌੜ ਹੀ ਰਹੇ। ਜਿਹੜੇ ਤੈਨੂੰ ਵੇਖ ਨੀ ਸੁਕਾਉਂਦੇ, ਸਦਕੇ ਜਾਵਾਂ ਇਹਨੇ ਫਸ ਤੂੰ ਚੂਰੀ ਖਾ ਇਹਨੇ ਖਾ। ਮੈਨੂੰ ਪਤਾ ਮੇਰੇ ਦੋ ਤਿੰਨ ਦੁਸ਼ਮਣ ਵੀ ਇੱਥੇ ਹੀ ਕਿਤਨੇ ਹੈਗੇ ਨੇ, ਜੇ ਤੂੰ ਕਹਿ ਦਿੱਤਾ ਨਾ ਤਾਂ ਬਸ ਮੈਂ ਰੋੜ ਰੋੜ ਕਈ ਮਰਨਗੇ। ਪਤਾ ਤੂੰ ਖਬਰੇ ਕਿੰਨੀ ਕੁ ਚਿਰ ਇੱਥੇ ਖਲੋਣਾ ਵੇ, ਮੈਂ ਤੇਰੇ ਵਾਸਤੇ ਪੱਕਾ ਮਕਾਨ ਨਾ ਬਣਵਾ ਦੇ। ਨਹੀਂ ਆਸ਼ਕ ਸਰਦੀਆਂ ਗਰਮੀਆਂ ਤੇ ਬਾਰਸ਼ਾਂ ਹਨੇਰੀਆਂ ਤੋਂ ਨਹੀਂ ਡਰਦੇ। ਵਾਹ ਬਈ ਵਾਹ, ਤੂੰ ਤੇ ਮੈਨੂੰ ਇੱਟ ਨਾਲੋਂ ਵੀ ਪੱਖਾ ਲੱਗਣਾ। ਪਰ ਚੂਰੀ ਕੋਲੋਂ ਹੱਥ ਪਰਾਂ ਇਹ ਰੱਖ, ਚੂਰੀ ਕੱਟੇ ਤੇ ਕੰਮ ਬੜਾ। ਮੈਂ ਜਾਵਾਂ ਤੂੰ ਨਾ ਜਾ। ਉਹ ਦੂਜੇ ਤੇ ਪਾਗਲ ਦੇ ਪੁੱਤਰ ਇੰਨੀਆਂ ਰਾਵਾਂ ਚ ਖਲੋਂਦੇ ਨੇ, ਉਹ ਤੇ ਸਾਡੇ ਸਮਾਂ ਕਿਸੇ ਹੋਰ ਵੱਲ ਵੇਖ ਹੀ ਨਹੀਂ ਸਕਦੀ। ਤੇਰੇ ਇਸ਼ਕ ਤੇ ਤੇਰੀ ਉਡੀਕ ਦੇ ਵਿੱਚ ਪੀੜ ਕਰਦਾ ਏ ਜੋੜ ਜੋੜ ਹੀਰੇ, ਜਾਗ ਜਾਗ ਕੇ ਮਾਰਿਆ ਜਗ ਰਾਤ ਆਣੇ, ਸਾਡੀਆਂ ਅੱਖਾਂ ਵਿੱਚ ਰੜਕਣ ਰੋੜ ਹੀਰੇ, ਟਾਂਗਾ ਰਕਸ਼ਾ ਟੈਕਸੀ ਤੈਨੂੰ ਨਸੀਬ ਨਹੀਂ ਹੋਈ, ਕਮਾ ਕੰਮ ਲਗੀ ਆ ਰਹੀ ਹੈ ਬਾਈ ਰੋਡ ਹੀਰੇ। ਰਾਂਝਣਾ ਸਦਕੜੇ ਰਾਂਝਣਾ ਹੀਰੇ, ਪਿਆਰ ਤੇ ਮੈਂ ਤੇਰੇ ਨਾਲ ਕਰਨਾ, ਇਸ ਬੇਜ਼ਬਾਨ ਮੱਝ ਦਾ ਕੀ ਕਸੂਰ ਏ, ਖੌਰੇ ਤੇਰੇ ਪਿਆਰ ਤੋਂ ਸੜਦੀ ਏ, ਤੇਰੀ ਸੌਕਣ ਏ, ਤਿੰਨ ਦਿਨ ਤੋਂ ਇਹਨੇ ਗੁਤਾਵਾ ਨਹੀਂ ਖਾਧਾ, ਮੇਰੀ ਪੂਰੀ ਧੋਤੀ ਖਾ ਗਈ ਏ, ਇਹ ਨਵੀਂ ਬੰਨ ਕੇ ਆਇਆ। ਤੂੰ ਚੂਰੀ ਖਾ ਤੇ ਮੈਂ ਇਹਦੇ ਲਈ ਵੀ ਪੱਠਿਆਂ ਦਾ ਬੰਦੋਬਸਤ ਕਰਨੀ ਆ। ਇੱਥੋਂ ਜਾਈ ਨਾ ਹੀਰੇ, ਚੂਰੀ ਤੇ ਮੈਂ ਮੂੰਹ ਨਾ ਖਾਣੀ ਏ, ਅੱਖਾਂ ਨਾਲ ਤੇ ਮੈਂ ਤੇਰਾ ਦੀਦਾਰ ਖਾਣਾ, ਮੈਨੂੰ ਸਿਰਫ ਇਹ ਦੱਸ ਦੇ ਇਹ ਕਿੰਨੇ ਕੁ ਬਰਬਾਦ ਸ਼ੁਦਾ ਬਰਾਦਰਾਂ ਦੀ ਜੂਠੀ ਚੂਰੀ ਲੈ ਕੇ ਆਈ ਵੇ ਰਾਂਝਣਾ, ਕਦੇ ਜੰਮਣ ਵਾਲੇ ਵੀ ਯਾਦ ਆਏ ਨੀ? ਉਹ ਤੇ ਮੇਰਾ ਹੁਣ ਨੂੰ ਚੇਲਮ ਕਰਾ ਚੁੱਕੇ ਹੋਣਗੇ, ਘਰੋਂ ਤੇ ਮੈਂ ਰਾਸ਼ਨ ਕਾਰਡ ਤੇ ਚੀਨੀ ਲੈਣ ਨਿਕਲਿਆ, ਡਿਪੂ ਸੀਲ ਹੋ ਗਿਆ, ਬੇਟੇ ਮੂੰਹ ਤੇਰਾ ਵੀ ਮੈਨੂੰ ਗੱਲ ਤੇ ਕਰਨ ਦੇ। ਗੱਲ ਇਹ ਵੇ ਹੀਰੋ ਕਿ ਮੇਰਾ ਇਮਾਨ ਹੀਰੇ ਕਿ ਜਿਹਦੀ ਬਾਂਹ ਪੀਏ ਉਹਨੂੰ ਨਾਲ ਲੈ ਮਰੀਏ। ਹਾਏ ਹਾਏ ਕਿੱਡੇ ਮੈਲੇ ਖਿਆਲਾਤ ਨੇ ਤੇਰੇ, ਤੌਬਾ। ਉਹ ਗੱਲ ਸੁਣ, ਮੈਲੇ ਖਿਆਲਾਤ ਨੇ ਨਾ ਤੇ ਲਾਂਡਰੀ ਤੇ ਭੇਜ ਕੇ ਡਬਲ ਰੇਟ ਤੇ ਧਵਾ ਕੇ ਸਾਫ਼ ਕਰਵਾ ਲਾਂਗੇ, ਉਹ ਬੰਦਾ ਠੀਕ ਹੋਣਾ ਚਾਹੀਦਾ ਹੈ। ਰਾਂਝਣਾ ਮੇਰਾ ਖਿਆਲ ਹੈ
ਸਾਡੇ ਮਿਲਣ ਵਾਸਤੇ ਇਹ ਜਗ੍ਹਾ ਠੀਕ ਨਹੀਂ ਤੇ ਸ਼ਾਲਾਮਾਰ ਬਾਗ ਚੱਲ ਹਾਏ ਹੈ ਤੇ ਮੇਰੀ ਗੱਲ ਆਰਾਮ ਨਾਲ ਤੇ ਸੁਣ ਪਿੰਡੋਂ ਬਾਹਰ ਜਿੱਥੇ ਤੱਕ ਹੋਏ ਨਾ ਤੂੰ ਉੱਥੇ ਆ ਜਾ ਅੜਿਆ ਬਾਕੀ ਇਹ ਦਿਨ ਤੂੰ ਉਹਦੇ ਕੋਲੋਂ ਕਤਲ ਕਰਵਾ ਦੇਣਾ ਬੜਾ ਕਮੀਨਾ ਅੜਿਆ ਤੂੰ ਬਸ ਮੈਂ ਸਿਰਫ ਇਸ ਗੱਲ ਪੁੱਛਿਆ ਹੀਰੇ ਕਿ ਤੂੰ ਖੂਹ ਤੇ ਰੈਸਟ ਕਰੀ ਤੇ ਮੈਂ ਜਾ ਕੇ ਗਾਹ ਮੰਡੀ ਚ ਮੱਝ ਵੇਚ ਆਵਾਂਗਾ ਇਸਾ ਸਾਡੇ ਪਿਆਰ ਦਾ ਖਰਚਾ ਕਿਵੇਂ ਚੱਲੇਗਾ ਉਹ ਨਾ ਇਹ ਅਸੀਂ ਦੋਵੇਂ ਫਾਕੇ ਹੋ ਜਾਈਏ ਤੇ ਮੱਝ ਦੇ ਬਚੇ ਪੱਠੇ ਸਾਨੂੰ ਖਾਣੇ ਪੈਣ ਅੜਿਆ ਤੇਰਾ ਦਿਲ ਜੋ ਚਾਹੇ ਕਰੀ ਅੜਿਆ ਆਏ ਜ਼ਰੂਰ ਮੈਂ ਕਿਤੇ ਤੇਰਾ ਇੰਤਜ਼ਾਰ ਹੀ ਨਾ ਕਰਦੀ ਰਵਾਂ ਹੈ ਜ਼ਰੂਰ ਆਵਾਂਗਾ ਇਹ ਦੁਨੀਆ ਵਾਲੇ ਅੰਨੇ ਨੇ ਇਹਨਾਂ ਦੀ ਅੱਖਾਂ 'ਤੇ ਚਰਬੀ ਆਈ ਹੈ ਸੱਚਾ ਆਸ਼ਿਕ ਤੇ ਹੈ ਜਿਹੜਾ ਤੇਰੀ ਹਰ ਮੱਝ ਵੇਚਣ ਤੁਰ ਪਿਆ ਫਿਟੇ ਮੁੰਬੇ ਚੱਲ ਮੱਝ ਵੇਚ ਚੱਲ ਸੁਣਾ ਕਰੋ ਭਾਗੀ ਇਤਵਾਰ ਦਾ ਕੀ ਹੈ ਤੇ ਤੇਰਾ ਹਾਲ ਪਿਆ ਵੇਖਦਾ ਵਾ ਮੱਝ ਤੇ ਇਸ ਤਰ੍ਹਾਂ ਨਵਾਲ ਛਕਾ ਰਿਹਾ ਵੇ ਇਸ ਤਰ੍ਹਾਂ ਮੰਡੀ ਜਾ ਕੇ ਵੇਚਣੀ ਗੱਲ ਸੁਣਾ ਮੁੱਛਾਂ ਵਾਲੇ ਫੁੱਟਬਾਲ ਆਸ਼ਕਾਂ ਨੂੰ ਇਹੋ ਜਿਹੇ ਤਨ ਨਹੀਂ ਮਾਰੀ ਦੇ ਅੰਨੀ ਦਿਆ ਮੇਰੀ ਗੱਲ ਸੁਣ ਮੈਂ ਅੱਜ ਇੱਕ ਮੱਝ ਵੇਚਣ ਲੱਗ ਪਿਆ ਤੇ ਕੀ ਹੋ ਗਿਆ ਸਾਡਾ ਮਾਮਾ ਸੀ ਵੇਚ ਗਿਆ ਸੀ ਨਾ ਉਹ ਵੇਚ ਗਿਆ ਸੀ ਆਹੋ ਮੈਂ ਇੱਕ ਮੱਝ ਵੇਚਣ ਲੱਗਾ ਤਾਨੇ ਮਾਰਨ ਲੱਗ ਪਿਆ ਜਿਸ ਦਿਨ ਤੂੰ ਆਪਣੀ ਬਗੈਰ ਤਾਂ ਇੱਜ਼ਤ ਵੇਚੀ ਸੀ ਮੈਂ ਤੈਨੂੰ ਕੁਝ ਕਿਹਾ ਸੀ ਉਹ ਕੀ ਬਕਵਾਸ ਪਿਆ ਕਰਨਾ ਮੇਰਾ ਮਤਲਬ ਇਹ ਨਹੀਂ ਰਾਂਝਣ ਮਾਈ ਤੇਰੀ ਸਿਸਟਰ ਹੀਰ ਅਜੇ ਤੱਕ ਨਹੀਂ ਆਈ ਅੱਗੇ ਗੱਲ ਕਰ ਓਏ ਮੈਂ ਗਾਂ ਦਾਦਾ ਤੇ ਮੱਝ ਵੇਚਣੀ ਹੂੰ ਤੂੰ ਮੱਝ ਓਏ ਆਹੋ ਸ਼ਕਲੋ ਤੇ ਵੱਢ ਕਸਾਈ ਲੱਗ ਓ ਤੂੰ ਆਸ਼ਕ ਲੋਕ ਏ ਆਸ਼ਕ ਲੋਕ ਬੜੇ ਸੁਣੇ ਨੇ ਓਏ ਇਹੋ ਜਿਹੇ ਦੁੱਧ ਵਾਲੀ ਮੱਝ ਤੇ ਐਵੇਂ ਦੇ ਨਸਤੀ ਔਰਤ ਕੋਲੋਂ ਨਫ਼ਰਤ ਦੇ ਇਜ਼ਹਾਰ ਦਾ ਇੱਕ ਇਹ ਪਹਿਲੂ ਵੀ ਬਹੁਤ ਖੂਬਸੂਰਤ ਕੱਢੇ ਵਾਜੇ ਹਜ਼ਰਾਤ ਕਿਹਾ ਤੇ ਜੇ ਬਾਕੀ ਗੱਲ ਦਾ ਪਤਾ ਕਰਨਾ ਨਾ ਤੇ ਤੁਸੀਂ ਖਵਾਤੀਨ ਕਹਿ ਕੇ ਆਪਣਾ ਹਿੱਸਾ ਵੀ ਲੈ ਕੀ ਹੋਇਆ ਮੈਂ ਵੀ ਤੇ ਹੀਰ ਆ ਹੀਰ ਆਂਡੇ ਦੀ ਬੇਨਜ਼ੀਰ ਨੇ ਉੱਥੇ ਮੈਂ ਕਿਹਾ
ਕਿਉਂ ਜੱਟੀ ਹੀਰ ਜੀ ਕਿਸੇ ਕੈਦੋਂ ਨਾਲ ਮੁਲਾਕਾਤ ਹੋਈ? ਇਹ ਗੱਲ ਨਹੀਂ ਸਾਫ, ਇਹਨਾਂ ਦਾ ਖਾਨਾ ਖਰਾਬ ਹੋਵੇ ਗੱਲ ਹੀ ਕੋਈ ਨਹੀਂ ਸੁਣਦੇ। ਖਾਨਾ ਤਾਂ ਤੇਰਾ ਖਰਾਬ ਹੋਇਆ ਜਿਵੇਂ ਮੈਨੂੰ ਯਕੀਨ ਦਵਾਇਆ ਸੀ ਕਿ ਵਾਜਿਦ ਆਵੇਗਾ ਤੇ ਜ਼ਰੂਰ ਆਵੇਗਾ। ਆਵੇ ਆ ਫਰਨੀਚਰ ਪਿਆ ਟੁੱਟਦਾ ਹੀ, ਬਖਸ਼ੀ ਫਰਨੀਚਰ ਵਾਲੇ ਨੇ ਰੱਬ ਦੀ ਸੌਂ ਆਨਾ ਨਹੀਂ ਉਹ ਛੱਡਣਾ ਇਸ ਫਰਨੀਚਰ ਦਾ। ਮੈਨੂੰ ਸ਼ੋਅ ਦੀ ਬਰਬਾਦੀ ਦਾ ਦੁੱਖ ਨਹੀਂ ਸਾਫ, ਸਾਨੂੰ ਇਹ ਤਸ਼ਵੀਸ਼ ਹੋ ਰਹੀ ਹੈ ਕਿ ਵਾਜਿਦ ਦਾ ਕਿਤੇ ਐਕਸੀਡੈਂਟ ਨਾ ਹੋ ਜਾਵੇ। ਆਹ ਉਹਨੂੰ ਲੱਭਣ
ਸਾਡੇ ਬਿਨ ਓ ਇਸ ਵੈਰੀ ਜੱਗ ਵਿੱਚ ਦੁਸ਼ਮਣ ਸਾਰੇ ਤੁਸੀਂ ਹਰ ਸਿਨਾ ਬੜੇ ਦਿਨਾਂ ਬਾਅਦ ਮਿਲੇ ਹੋ ਬੜੇ ਦਿਨਾਂ ਬਾਅਦ ਮਿਲੇ ਹੋ ਰੂਹੀ ਤੇਰੇ ਬਾਅਦ ਇਹ ਲੋਕ ਮੇਰੇ ਬੜੇ ਅੱਛੇ ਦੋਸਤ ਰਹੇ ਨੇ ਹੈਲੋ ਆਈ ਆਹ ਭਾਈ ਕਿਸੇ ਹੋਰ ਟੇਬਲ ਤੇ ਬੈਠ ਜਾਈਏ ਔਰ ਨਹੀਂ ਆ ਭਾਈ ਮੀਆਂ ਜਿੱਥੇ ਬਹਿ ਰਹੇ ਆ ਉੱਥੇ ਬਹਿ ਰਹੇ ਪਲੀਜ਼ ਜੇ ਤੁਸੀਂ ਕਹਿੰਦੇ ਹੋ ਤੇ ਉੱਠ ਲੋ ਨਹੀਂ ਨਹੀਂ ਅਫਸਰ ਬੈਠੇ ਹੀ ਬੈਠੇਗਾ ਇਹ ਹੋਟਲ ਇਹਦੇ ਪਾਸ ਤਾਂ ਨਹੀਂ ਹੈ ਆਏ ਦਿਨ ਲੜਕੀਆਂ ਇੱਥੇ ਲੈ ਕੇ ਆ ਜਾਂਦਾ ਭਾਜੀ ਤੁਹਾਨੂੰ ਕੀ ਤਕਲੀਫ ਹੈ ਤੁਮ ਯਹਾਂ ਨਹੀਂ ਬੈਠੋ ਅੱਛਾ ਲਓ ਜੀ ਇਹ ਲਾਹੌਰ ਹੈ ਹੁਣ ਤੁਸੀਂ ਪੰਜਾਬੀ ਚ ਖਬਰਾਂ ਸੁਣੋ ਲਿਖਿਆ ਹੈ ਮੈਂ ਜਿਹੜੇ ਜਿਹੜੇ ਪਾਸੋਂ ਲੰਘਾਂ
ਤੁਹਾਡੇ ਪੁੱਤਰ ਰਾਂਝੇ ਬਣ ਕੇ ਵਰਲੀਆਂ ਫੜ ਕੇ ਖਲੋ ਜਾਣ ਤੇ ਹੀਰ ਗੌਣ। ਤੈਨੂੰ ਲੋੜ ਕੀ ਦਿਲ ਦਿਆ ਜਾਨੀਆਂ ਦੀ, ਹਾਏ ਬੇਬੇ ਸਾਡੇ ਦਿਲ ਨੂੰ ਏ ਤੇਰੀ ਲੋੜ ਹੀ ਰੇ। ਇਹ ਕਿਹੜੀ ਕਿਤਾਬ ਚ ਲਿਖਿਆ ਹੈ? ਤੂੰ ਚੁੱਪ ਕਰ, ਤੇਰਾ ਬੇੜਾ ਤਰ ਜਾਏ। ਹਾਏ ਬੇਬੇ ਫਿਕਰ ਕਿਉਂ ਕਰਨੀ ਹੈ, ਗੱਲ ਕਰਨਗੇ ਨਾ ਤੇ ਦੱਸ ਸੁਣਾਵਾਂਗੀ। ਪੈਰ ਸਲਮਾ ਮੈਂ ਤੇਰੇ ਅੱਗੇ ਹੱਥ ਜੋੜਨੀ ਆ। ਬੀਬੀ ਮੂੰਹ ਵੀ ਤੇਰੇ ਅੱਗੇ ਹੱਥ ਜੋੜ ਕੇ ਆਖਣਾ ਵਾ, ਅਸੀਂ ਦੋਵੇਂ ਆਪਣੇ ਪੁੱਤਰਾਂ ਅੱਗੇ ਮਿੰਟਾਂ ਕਰਦੇ ਆਏ ਆ, ਇੱਕ ਇਹਦਾ ਪੁੱਤਰ ਤੇ ਇੱਕ ਮੇਰਾ। ਉਹ ਦੋਵੇਂ ਉੱਥੇ ਇੰਜ ਗੱਡੇ ਗਏ ਨੇ ਹਿਲਦੇ ਹੀ ਨਹੀਂ, ਇੱਥੋਂ ਤੱਕ ਕਿ ਸਾਨੂੰ ਪਛਾਣਦੇ ਵੀ ਨਹੀਂ। ਨੀ ਸੁਣਿਆ ਹੀ ਮਰੀ ਮਾਂ? ਹਾਂ ਹਾਏ ਲੈ ਮਾਂ, ਤੂੰ ਕਿਉਂ ਮਰੇ, ਇਹਨਾਂ ਨੂੰ ਮਰਦੇ। ਚੱਲ ਫਿਰ ਜੇ ਮਿੰਟਾਂ ਕਰਦੇ ਨੇ ਨਾ ਤੇ ਫਿਰ ਜਿੱਥੇ ਜਿੱਥੇ ਇਹਨਾਂ ਦੇ ਪੁੱਤਰ ਗੱਡੇ ਗਏ ਨੇ ਪੁੱਟ ਦੇਣੀ। ਅੱਲਾ ਤੇਰਾ ਭਲਾ ਕਰੇ ਧੀਏ, ਸਾਡੇ ਤੇ ਸਿਰਫ ਦੋ ਹੀ ਨੇ, ਬਾਕੀ ਦੂਜੇ ਦਾ ਪਤਾ ਨੀ ਕਿਤੇ ਨੇ। ਚੱਲ ਕੇ ਪਹਿਲਾਂ ਪਛਾਣ ਕਰ ਲਓ, ਜਿਹੜੇ ਜਿਹੜੇ ਤੁਹਾਡੇ ਬਾਲ ਨੇ ਨਾ ਉਹਨਾਂ ਨੂੰ ਮੈਂ ਵਾਪਸ ਕਰ ਦਿੰਦੀ ਹਾਂ, ਤੇ ਬਾਕੀ ਦੂਜਿਆਂ ਦੀਆਂ ਲਾਸ਼ਾਂ ਹੀ ਚੁੱਕਣਗੇ ਉਹਨਾਂ ਦੇ ਘਰ ਵਾਲੇ ਆ ਕੇ। ਨਹੀਂ ਮਾਨੋ, ਬਾਕੀ ਦੂਜਿਆਂ ਨੂੰ ਵੀ ਛੱਡ ਦੇਈ, ਰੱਬ ਦਾ ਵਾਸਤਾ ਕਿਹੜੀਆਂ ਖੇਡਾਂ 'ਚ ਪੈ ਗਈ ਹੈ। ਮੇਰਾ ਤੇ ਇਹ ਪੁੱਤਰ ਹੈਗਾ ਹੀ ਹੀਰਾ ਪੌਂਚੀ ਪੱਤੇ ਠੀਕ ਲੱਗੇ ਅਤੇ ਠੀਕ ਨਿਸ਼ਾਨੀਆਂ ਸਾਰੀਆਂ। ਵੇ ਪੱਤੇ ਦੇ ਪੁੱਤਰਾ, ਭਰਾ ਮੇਰਿਆ, ਭੈਣ ਸਦਕੇ ਜਾਏ, ਵੇ ਆਪਣੇ ਘਰ ਵਾਲੇ ਵੇ ਵੇ ਮੇਰਾ ਮਤਲਬ ਹੈ ਆਪਣੇ ਘਰ ਵਾਲੇ ਨੂੰ ਕਿਉਂ ਤੰਗ ਕੀਤਾ ਹੋਇਆ ਹੀ। ਵੇਖੋ ਨਾ ਮਾਮਾ ਜੀ, ਅਸੀਂ ਦੋਵੇਂ ਭੈਣ ਭਰਾ ਇੱਕੋ ਪਿੰਡ ਦੇ ਰਹਿਣ ਵਾਲੇ ਆ, ਵੇ ਤੇਰਾ ਮੇਰਾ ਪਿਆਰ ਕਿਸ ਤਰ੍ਹਾਂ ਹੋ ਸਕਦਾ ਹੈ ਜੀ? ਜੀ ਵੇ ਪਤਾ ਹੀ ਤੇਰੀ ਇਹ ਬੇਬੇ ਤੇਰੇ ਪਿੱਛੇ ਪਾਗਲ ਹੋਈ ਫਿਰਦੀ ਹੈ। ਜਾ ਕਾਕਾ ਜਾ, ਆਪਣੀ ਬੇਬੇ ਨਾਲ ਘਰ ਜਾ ਕੇ ਆਰਾਮ ਤੋਂ ਜਾ ਮੇਰਾ ਪੁੱਤ ਸ਼ਾਵਰ। ਓ ਮੇਰੀ ਇਹ ਹਫੀ ਮਰੀ ਏ ਬੇਬੇ, ਬਿਲਾ ਗਰਕ ਕਰ ਦਿੱਤੀ ਮੇਲਾ, ਇਸੇ ਵੇਲੇ ਤੂੰ ਆਉਣਾ ਸੀ ਤੇਰਾ ਫੇਰਾ ਗਰਕ ਹੋਏ। ਓ ਬੇਬੇ ਹੱਥ ਤੇਰਾ ਕਿ ਸਲੇਨ ਛਿੱਤਰ ਹੈਗਾ ਵੀ, ਇਹ ਦਿਕਾਰ ਆਰਾਮ ਨਾਲ ਸੁੱਤੀ ਹੋਈ ਸੀ, ਇਹਦਾ ਕੋਈ ਬੰਦਿਆਂ ਕੋਲ ਬਦਲਾ ਵੀ ਲੈਂਦੀ। ਚੱਲ ਤੂੰ ਓ ਬੇਬੇ, ਤੈਨੂੰ ਮੈਂ ਲੋਹੇ ਤੇਰਾ ਇਨਸ਼ਾਅੱਲਾ ਉਹਨੇ ਮਾਂ ਪੁੱਤਰ ਸਾਰੀ ਹਯਾਤੀ ਲੜਦੇ ਰਹਿਣਗੇ। ਚੱਲ ਆ ਮਾਮਾ, ਤੋਵਾ ਕੀ ਬਾਗੇ ਵਰਗਾ ਮੂੰਹ ਅਡੇ ਆਇਆ ਤੂੰ, ਚੱਲ ਆ ਤੇਰੇ ਪੁੱਤਰ ਦਾ ਵੀ ਬੂਟਾ ਪੁੱਟੀ ਦਿਆ। ਮੇਰੇ ਵੱਲੋਂ ਜਾ ਕੇ ਭਾਵੇਂ ਤੂੰ ਆਪਣੀ ਟਿੰਡ ਪਰਵਾ ਲੈ, ਪਰ ਰੱਬ ਦਾ ਵਾਸਤੇ ਆਪਣੇ ਘਰ ਚਲਾ ਜਾ। ਸਾਰਿਆਂ ਦੇ ਮਾਂ ਪਿਓ ਆ ਕੇ ਮੇਰੇ ਅੱਗੇ ਮਿੰਨਤਾਂ ਕਰਦੇ ਸਨ ਤੇ ਮੈਂ ਆਪਣੇ ਸਾਰੇ ਗੱਡੇ ਹੋਏ ਵੀਰਾਂ ਨੂੰ ਪੁੱਟ ਆਈ ਆ, ਤੇ ਹੁਣ ਤੂੰ ਵੀ ਆਪਣੇ ਘਰ ਚਲਾ ਜਾ ਮੇਰਿਆ ਵੀਰਾ। ਮਰ ਗਿਆ ਬਈ ਤੇ ਇਹ ਸਾਰਾ ਮੁਖਲੂ ਸੀ ਆ ਮੋਹਲੀ ਸੀ ਵੇ। ਹੋਰ ਅੰਨੀ ਦੇ ਪੁੱਤਰਾ, ਜਾ ਕੇ ਪਹਿਲੇ ਆਪਣੀ ਸ਼ੀਸ਼ੇ ਸ਼ਕਲ ਵੇਖ, ਜਾ ਦਿਖਾਓ। ਮਰ ਗਿਆ ਬਈ, ਹੁਣ ਤੇ ਲੱਤਾਂ ਵੀ ਲੱਕੜੀ ਹੋ ਗਈ ਨੇ। ਨੀ ਇੱਥੇ ਤੇ ਨਾ ਜੁਮਾ ਹੈ ਤੇ ਨਾ ਉਹਦੀ ਮੱਝ ਨਜ਼ਰ ਆ ਰਹੀ ਹੈ, ਉਹਨੂੰ ਤੇ ਮੈਂ ਇੱਥੇ ਖਿਲਾਰ ਕੇ ਗਈ ਸਾਂ। ਮਾਨੋ ਜਰਾ ਸੋਚ ਕੇ ਦੱਸ, ਉਹਨੂੰ ਕਿਧਰੇ ਹੋਰ ਥਾਂ ਦਾ ਤੇ ਨਹੀਂ ਕਿਹਾ ਸੀ? ਹਾਂ ਸੱਚ ਯਾਦ ਆਇਆ, ਉਹਨੂੰ ਤੇ ਮੈਂ ਟੱਠੇ ਖੂਹ ਦਾ ਕਿਹਾ ਸੀ ਕਿ ਚਲਾ। ਪਰ ਨਹੀਂ ਨਹੀਂ ਅੜੀਏ, ਉਹ ਅੱਜ ਤੇ ਮੇਰੇ ਕੋਲੋਂ ਮੱਝ ਵੇਚਣ ਦੀ ਛੁੱਟੀ ਲੈ ਕੇ ਗਿਆ ਸੀ। ਸਮਝ ਗਿਆ, ਅੱਜ ਫਿਰ ਉਹ ਮੱਝ ਵੇਚ ਕੇ ਨੋਟਾਂ ਨਾਲ ਲੀਸ਼ ਕਰ ਰਿਹਾ ਹੋਣਾ। ਮੈਨੇ ਕੋ ਨੋਟ ਕਮਾ ਲਏ ਨੇ ਕਿ ਰਾਤ ਨੂੰ ਜਿਸ ਵੇਲੇ ਮੈਨੂੰ ਠੰਡ ਲੱਗਦੀ ਹੈ ਮੈਂ ਉੱਤੇ ਲੇਖ ਦੀ ਬਜਾਏ ਨੋਟ ਲੈ ਕੇ ਸੌਂਦਾ। ਇੰਨੇ ਕੋ ਨੋਟ ਕਮਾ ਲਏ ਨੇ ਕਿ ਮੈਂ ਤੈਨੂੰ ਇੱਕ ਐਸੀ ਦੁਨੀਆ 'ਤੇ ਲੈ ਜਾ
ਜਿੱਥੇ ਤੂੰ ਹੋਵੇ ਮੈਂ ਆਵਾਂ, ਸਾਡਾ ਪਿਆਰ ਹੋਵੇ ਤੇ ਚੌਥਾ ਸਾਡੇ ਬੱਚੇ ਖਿਡਾਉਣ ਲਾਵੇ। ਕੀ ਖਿਆਲ ਹੈ? ਕਰਦੇ
ਤੂੰ ਨੌਂਦਰਾ ਮਾਰਨ ਵਾਲੀ ਮਾਣ ਹੈ, ਨਹੀਂ ਤੂੰ ਤੇ ਪਿਆਰ ਕਰਨ ਵਾਲੀ ਮਾਣ ਮਾਣੋ। ਲੈ ਵੀ ਜੁੰਮਿਆ, ਪਤਾ ਇਹ ਲੱਗਾ ਜੇ ਤੂੰ ਸੂਟ ਬੂਟ ਪਾ ਕੇ ਖਾਬ ਵਿੱਚ ਵੀ ਜਾਏ ਨਾ ਤੇ ਮਾਣੋ ਤੇਰੇ ਗਲ ਚ ਬਾਹਾਂ ਪਾ ਕੇ ਇਹੋ ਹੀ ਕਵੇ ਵੇ ਅੱਖ ਲੜੀ ਤੇ ਲੜਾਈ ਜਾ। ਜਿੱਥੇ ਬੈਠੀਆਂ ਸਾਹ ਘੁੱਟ ਕੇ ਉੱਥੇ ਬਹਿ ਜਾਓ, ਜਮਾਲਾ ਡਾਕੂ ਆ ਰਿਹਾ ਹੈ। ਮਾਮੂ ਯਾਰ, ਇਸ ਧਰਤੀ ਤੇ ਇਹੋ ਜਿਹੀਆਂ ਮੁਟਿਆਰਾਂ ਵੀ ਵੱਸਦੀਆਂ ਨੇ। ਓਏ ਚਮਾਲਿਆ, ਉਹ ਟਕੇਤ ਹੋ ਗਿਆ, ਜ਼ਰੂਰ ਅੱਜ ਰਾਤੀ ਚੁੱਕ ਲਿਆਵਾਂਗੇ। ਨਹੀਂ ਮਾਮੂ ਯਾਰ, ਪਹਿਲਾਂ ਅਸੀਂ ਇਹ ਵੇਖਾਂਗੇ ਕਿ ਉਹ ਜਾਦੂਗਰਨੀ ਜਾਦੂ ਕਿਸ ਤਰ੍ਹਾਂ ਚਲਾਉਂਦੀ ਹੈ। ਜੇ ਚੁੱਕਣ ਦੀ ਨੌਬਤ ਆਈ ਤੇ ਬਸ ਦੀਆਂ ਗੋਲੀਆਂ ਚੁੱਕ ਲਿਆ। ਹੈਲੋ, ਚੰਦ ਤਸਵੀਰੇ ਤਨ ਚੰਦ ਹਸੀਨੋ ਕੇ ਖਤੂਤ, ਬਾਦ ਮਰਨੇ ਕੇ ਮੇਰੇ ਘਰ ਸੇ ਯੇ ਸਾਮਾਨ ਨਿਕਲਾ। ਹੈਲੋ, ਤੂੰ ਚਾਰ ਪੰਜ ਸਾਲ ਤੋਂ ਗਾਇਬ ਹੈ। ਕੋਈ ਨਹੀਂ, ਜੇ ਮੁਲਕ ਵੀ ਛੱਡ ਗਏ ਤੇ ਪਤਾ ਲੱਗ ਜਾਏਗਾ ਸਾਨੂੰ ਕਿ ਤੂੰ ਕਿੱਥੇ ਨੇ। ਸਾਡਾ ਤੇਰੇ ਵੱਲ ਬੜਾ ਕਰਜ਼ ਹੈ ਤੇ ਅਸਾਂ ਕਦੇ ਉਧਾਰ ਨਹੀਂ ਛੱਡਿਆ ਕਿਸੇ ਵੱਲ, ਔਲਾਦ ਛੱਡਦੇ ਨੇ। ਆਲਰਾਈਟ, ਹੈਲੋ ਮੈਡਮ, ਤਸ਼ਰੀਫ ਰੱਖੋ। ਮੈਂ ਅੱਜ ਹੀ ਯਾਦ ਕਰ ਰਹੀ ਸਾਂ ਕਿ ਸ਼ਫਕਤ ਸਾਹਿਬ ਤੇ ਈਦ ਦਾ ਚਾਨੀ ਹੋ ਗਏ ਨੇ,
दरअसल मैं शादी कर ली सी शहनाज बेगम। आ मेरी बेगम, इन्हें मिलो। बेगम रहना शफकत। हेलो हेलो बेगम, इस होटल में पॉपुलर करने में शहनाज बेगम का बड़ा। मैं महसूस कर रही हूँ। खैर साड़ी देना तक पहुंच ही नहीं सी, पर जे सानू कभी कर्जे की जरूरत पैंदी सी ते ए साड़े काम आ जांदे सी। ठीक है बेगम, ताड़ी इनफॉर्मेशन वास्ते मैं अर्ज करा, ताड़े शोहर मेरे हाले तक मकरूज ने। तुसी आ गा करो, क्यों नहीं चुका देंदे जी? बेगम मैं ऐसे लेके हाजिर होया। तुहाडा किन्ना कर्जा है मैडम? सिर्फ 5,000। ਤੁਹਾਡੇ ਕੋਲ ਕੁਝ ਹੈ ਜਾਂ ਮੈਂ ਸ਼ੁਕਰੀਆ। ਸ਼ਹਿਨਾਜ਼ ਮੇਰਾ ਬੱਚਾ ਵੇਖਿਆ ਕਿੰਨਾ ਖੂਬਸੂਰਤ ਹੈ। ਹਾਂ ਵੈਸੇ ਵੀ ਤੁਹਾਨੂੰ ਬੱਚੇ ਨਾਲ ਕੀ ਲਗਾ ਹੋ ਸਕਦਾ, ਤੁਸਾਂ ਤਾਂ ਇਹਨਾਂ ਰੰਗੀਨੀਆਂ ਦੀ ਖਾਤਿਰ ਆਪਣੀ ਔਲਾਦ ਛੱਡ ਦਿੱਤੀ ਸੀ। ਸ਼ਫਕਤ ਕਰਜ਼ਾ ਚੁਕਾਤਾ ਤੂੰ, ਪਰ ਇਹ ਨਾ ਸਮਝੀ ਕਿ ਬਚ ਗਏ ਮੇਰੀ ਜ਼ਾਤ। ਆਓ ਚਲੀਏ। इजाजत है शहनाज। बड़े शौक। ओके बाय बाय। हेलो ते ओ क्लब दे हर नौजवान दी अखां विच अपना शौहर तलाश करन लग पे। ऐसी गई कि फिर वापस ना आई। ਕਿੰਨਾ ਪਿਆਰਾ ਹੈ ਲੜਕਾ, ਪਰ ਜਿੰਨਾ ਪਿਆਰਾ ਹੈ ਉਨਾ ਹੀ ਪਰੇਸ਼ਾਨ ਲੱਗਦਾ ਹੈ। ਤੇ ਪਰੇਸ਼ਾਨੀ ਦੂਰ ਕਰਨ ਵਾਲੀਆਂ ਵੀ ਪਿੱਛੇ ਪਿੱਛੇ ਆ ਗਈਆਂ ਨੇ, ਪਰ ਇਹ ਲੜਕਾ ਤੁਹਾਡਾ ਤੇ ਨਹੀਂ। ਤੁਸੀਂ ਤਾਂ ਬੈਠੋ। ਮੈਂ ਕਿਸੇ ਸ਼ਹਿਰ ਨਹੀਂ ਜਾਊਂਗਾ, ਇਹਨਾਂ ਸ਼ਹਿਰ ਦੀਆਂ ਰੰਗੀਨੀਆਂ ਜਿਨ੍ਹਾਂ ਵਿੱਚ ਤੁਸੀਂ ਵੀ ਸ਼ਾਮਿਲ, ਸਭ ਨੂੰ ਛੱਡ ਕੇ ਕਿਸੇ ਦੇਹਾਤ ਕਿਸੇ ਪਿੰਡ ਚਲਾ ਜਾਊਂ। ਇਹ ਮੈਂ ਨਹੀਂ ਮੰਨ ਸਕਦੀ ਕਿ ਤੂੰ ਰੋਸ਼ਨੀਆਂ ਤੇ ਖੁਸ਼ਬੂਆਂ ਦਾ ਸ਼ਹਿਰ ਛੱਡ ਕੇ ਪਿੰਡ ਦੇ ਹਨੇਰਿਆਂ ਤੇ ਗੰਦਗੀ ਚਲਾ ਜਾਏ। ਸਰ ਕਾਫੀ, ਸਰ ਮੈਂ ਜਾ ਰਿਹਾ। ਕੀ ਹੋਇਆ ਸਾਹਿਬ ਜੀ? ਸਮਝ ਨਹੀਂ ਆਈ। ਬੈਰ ਦਿਲ ਕੀ ਮੈਂ ਦਿਲ ਮੈਂ ਅਦਾ ਕਰਦੀ ਹਾਏ ਕਿਤਨੇ। ਮੈਨੂੰ ਦੱਸੋ ਬੈਰਾ, ਇਸ ਜ਼ਾਲਿਮ ਦਾ ਦਿਲ ਤੇ ਸਾਨੂੰ ਅਦਾ ਕਰਨ ਦਿਓ, ਪਿਆਰ ਦਾ ਹੱਕ ਤੇ ਉਹਨੇ ਅਦਾ ਨਹੀਂ ਕੀਤਾ। ਅੱਛਾ ਜ਼ਰਾ ਅਸੀਂ ਉਹਨੂੰ ਬਾਹਰ ਹੀ ਰੋਕਨੇ, ਤੂੰ ਜਲਦੀ ਆ। ਅੱਛਾ ਅੱਛਾ। ਹਾਂ ਕਿੰਨਾ ਬਿੱਲੇ ਤੇਰਾ ਬੈਰਾ? ਰਹਿਣ ਦਿਓ ਬੀਬੀ ਜੀ, ਤੁਸੀਂ ਕਿਹੜੀ ਕਾਫੀ ਪੀਤੀ? ਨਹੀਂ ਨਹੀਂ ਪਹਿਲੇ 10 ਰੁਪਏ।
बेटी जरा इधर आना, माफ करना मैं तकलीफ दी है तानू। बेटी भी कह दिता जे, फिर तकलीफ कर दी। ए पूछना सी कि लड़का कौन है ते क्यों परेशान है? जी परेशान तेने सानू किता है। हाँ हाँ इन्हें तानू परेशान क्यों किता है? जी की अरज करिए, माफ करना तुसी भी एक मां जे, पर एदी मां दा बेड़ा गर्क होवे। उन्हें एदे बाप नाल बेवफाई की थी, ए पैदा होया ते वो छड़ के चली गई। इस तो बाद की जी समझ लवो, बेवफाई एदी मां ने की है ते बाप दे कहन ते इंतकाम ये साडे कोलों लै रहे हैं। इजाजत है? नहीं नहीं बेटी एक मिनट, ए किता पुत्र है? मैडम साढ़े शहर के लोगों से तुसी जान दे ली, वैसे शेख साजिद दा। इजाजत है? मैं इजाजत मंगी मैडम। शेख साजिद दा पुत्र मैडम, कोल्ड कॉफी। बदर हूं तो बहुत काफी हो चुकी है। खैर ते है मैडम, वो जेड़ा परेशान हाल नौजवान लंघिया सी ना, वो शेख साहब का पुत्र है। मतलब होया कि ताड़ा पुत्र है? साड़ा किने हो सकता है, उन्हें ते मां दी गोद ही नहीं देखी। एदा मतलब है साड़ी धी भी साड़ी किस तरह हो सकती है? उस नमाणी ने भी प्यो दी पुत्र छाई नहीं माणी। तू ते कहंदा से तू साडे कोल पिछे रह गए। हाँ मैडम, मैं हुण भी कहना तुसी मेरे तो अगे लंघ गए हो, इसलिए कि तुसी अपना पुत्र वेख ते लिए ते मैं ते हले तकर अपनी धी वेखी भी नहीं। मैं आने वाली इतवार पिंड जावांगा, जरूर जावांगा। ਮਰਦਾਂ ਬੇਦਰਦਾਂ ਤੋਂ ਨੀ ਮੁਟਿਆਰੇ ਅੰਗ ਬਚਾਉਂਦੀ ਜਾ।
ਇੱਜ਼ਤ ਔਰਤ ਦਾ ਸਰਮਾਇਆ ਔਰਤ ਦਾ ਸਰਮਾਇਆ ਵੇਖੀ ਲੁੱਟਿਆ ਜਾਵੇ ਨਾ ਸਾਹਮਣ ਕੋਈ ਆਵੇ ਤੇ ਆਵੇ ਜਿਹਦੇ ਵਿੱਚ ਆਵੇ ਨਾ ਅੱਜ ਕੱਲ ਦੇ ਮੁੰਡੇ ਕੀ ਸ਼ੈਨ ਅੱਜ ਕੱਲ ਦੇ ਮੁੰਡੇ ਕੀ ਸ਼ੈਨ ਕੁੜੀਆਂ ਨੂੰ ਸਮਝਾਉਂਦੀ ਜਾ ਮਰਦਾਂ ਬੇਦਰਦਾਂ ਤੋਂ ਨੀ ਮੁਟਿਆ ਬਚਾਉਂਦੀ ਜਾ ਨੈਣ ਮਿਲਾ ਕੇ ਬੁੱਤ ਬਣਾ ਕੇ ਨੈਣ ਮਿਲਾ ਕੇ ਬੁੱਤ ਬਣਾ ਕੇ ਖੁਦ ਕਿੰਨੀ ਕਤਰਾਉਂਦੀ ਜਾ ਮਰਦਾਂ ਬੇਦਰਦਾਂ ਤੋਂ ਵੀ ਮੁਖਿਆਰੇ ਅੰਗ ਬਚਾਉਂਦੀ ਜਾ ਉਧਰ ਤੇ ਵੇਖ ਜਿੱਥੇ ਪਹਿਲੇ ਪਾਗਲ ਦੇ ਪੁੱਤਰ ਆ ਕੇ ਖਲੋਂਦੇ ਸਨ ਇੱਕ ਹੋਰ ਆ ਕੇ ਖਲੋ ਗਏ ਲੈ ਐਸੀ ਤੇ ਕੋਈ ਗੱਲ ਹੀ ਨਹੀਂ ਤੁਸੀਂ ਖਲੋਵੋ ਮੈਂ ਹੁਣੇ ਬੁੱਧ ਬਣਾ ਕੇ ਆਨੀ ਆ ਇਸ ਜਿੰਸ ਕੋਲੋਂ ਤੇ ਬਦਲਾ ਮੈਂ ਛੱਡਣਾ ਨਹੀਂ ਸਾਰੀ ਜ਼ਿੰਦਗੀ ਤੁਸੀਂ ਵੇਖੀ ਜਾਓ ਪਤਾ ਨਜੂਮੀ ਨੇ ਦੱਸਿਆ ਸੀ ਚੜਦੇ ਵੱਲੋਂ ਪੂਰੇ ਦੀ ਆਵਾਜ਼ ਦੇ ਨਾਲ ਨਾਲ ਇੱਕ ਐਸਾ ਗੱਭਰੂ ਆਵੇਗਾ ਜਿਹਦੇ ਤੂੰ ਸੁਪਨੇ ਵੇਖਣੀ ਹੈ ਤੇ ਫਿਰ ਤੂੰ ਉਹਨੂੰ ਵੇਖ ਕੇ ਕਵੇਂਗੀ ਸਹੀ ਉਹ ਨੀ ਮੇਰਾ ਮਾਹੀ ਮੇਰੇ ਪਾਸ ਜਗਾਵਣ ਆ ਗਿਆ ਤੇ ਫਿਰ ਉਹ ਆ ਗਿਆ ਨਜੀਮੀ ਨੇ ਇਹ ਵੀ ਦੱਸਿਆ ਸੀ ਕਿ ਤੈਨੂੰ ਇੰਨਾ ਕੁ ਪਾਸ ਪਿਆਰ ਕਰੇਗਾ ਕਿ ਤੈਨੂੰ ਚੁਏਗਾ ਵੀ ਨਹੀਂ ਪਾਸ ਪਿਆਰ ਕਰਾਂਗਾ ਪਤਾ ਜੇ ਤੂੰ ਆ ਗਿਆ ਨਾ ਤੇ ਮੈਂ ਕਿਸੇ ਨੂੰ ਦੱਸਣਾ ਨਹੀਂ ਚਿੱਟਾ ਦਿਨ ਨੇ ਸਾਰਾ ਜਹਾਨ ਵੇਖਦਾ ਫਿਰ ਤੂੰ ਇੱਥੇ ਖਲੋਤਾ ਨਹੀਂ ਮੇਰੇ ਭਾਗ ਜਗਾਉਣ ਵਾਲੇ ਆ ਅੱਧੀ ਰਾਤੋਂ ਰਾਤ ਚਲੇ ਗਈ ਤੇ ਮੈਂ ਤੈਨੂੰ ਇੱਥੇ ਹੀ ਆ ਕੇ ਮਿਲਾਂਗੀ ਤੇਰੇ ਨਾਲ ਬੜੀ ਗੱਲਾਂ ਕਰਨੀਆਂ ਨੇ ਉਹ ਮੈਂ ਜ਼ਰੂਰ ਖਲਵਾਉਂਗਾ ਮੈਂ ਇੱਥੋਂ ਇੱਕ ਪੈਰ ਨਹੀਂ ਲਾਂਗਾ ਬਿਲਕੁਲ ਠੀਕ ਹੈ ਅੱਛਾ ਰਿਹਾ ਹੁਣ ਮੈਂ ਚੱਲੀ ਹਾਂ ਘਰ ਪਾਣੀ ਦਾ ਕੜਾ ਵੀ ਪਹੁੰਚਾਉਣਾ ਹੈ ਨਾ ਇੱਥੇ ਖਲੋਈ ਚੰਗੀਆਂ ਗੱਲਾਂ ਨੇ ਮੇਰੇ ਨਾਲ ਕੀਤੀਆਂ ਸਨ ਉਹ ਤੂੰ ਤੇ ਐਵੇਂ ਹੀ ਪਾਗਲ ਬਣ ਗਿਆ ਇੱਧਰ ਮੇਰੇ ਵੱਲ ਤੇ ਵੇਖ ਸਾਡਾ ਤੇ ਮੂੰਹ ਭੰਨ ਦਿੱਤਾ ਹੀ ਨਾ
ਉਹਨਾਂ ਕੱਲਾ ਹੀ ਖਲੋ ਫਿਰ ਆਵਾਂਗਾ। ਜਾਪਤ ਹੋ ਗਿਆ ਦੋਵੇਂ ਹੱਥ ਇਸ ਤਰ੍ਹਾਂ ਖਾਲੀ ਸਨ ਕਿ ਜਿਸ ਤਰ੍ਹਾਂ ਸਿਕੰਦਰ ਜਬ ਗਿਆ ਦੁਨੀਆ ਸੀ ਉਸਕੇ ਦੋਨੋਂ ਹੱਥ ਖਾਲੀ ਥੇ। ਇਹ ਤੇ ਮੈਨੂੰ ਕੋਈ ਨਵਾਂ ਨਕੋਰ ਹੀ ਮਾਲੂਮ ਹੁੰਦਾ ਹੈ। ਨਹੀਂ ਗੜ ਦਿਆਂਗੀ ਸੂ ਜਿੱਥੇ ਖਲੋਤਾ ਹੋਇਆ ਪੱਤਾ। ਕੱਦ ਸਰੂ ਤੇ ਚੰਨ ਜਿਹਾ ਮੁਖੜਾ ਅੱਖ ਕਜਲੇ ਦੀ ਰੇਖ ਸਿਰ ਤੋਂ ਪੈਰਾਂ ਤੀਕਰ ਸੋਹਣਾ ਸਿਲਕਦੀ ਨਜ਼ਰ ਤਿਲਕਦੀ ਜਾਏ ਨਦੀਆਂ ਨਾਲੋਂ ਡੂੰਘੇ ਨੈਣਾ ਨਜ਼ਰ ਪਈ ਕੋ ਦੇਖਾ। ਮਗਰੋਂ ਆਵਾਜ਼ ਨਾ ਮਾਰ ਸਹੇਲੀ ਇਹ ਦਿਨ ਫੇਰ ਨੀ ਆਣਾ। ਸੱਸੀ ਵਾਂਗਰ ਅੱਖ ਜੇ ਮਿੱਟੀ ਇਸ ਪੁਨਨ ਟੁਰ ਜਾਣਾ। ਮੈਂ ਕਿਹਾ ਰੰਜਨ ਮਾਈ ਆਪਣੇ ਤਖਤ ਹਜ਼ਾਰੇ ਦਾ ਵੀ ਕੋਈ ਧਿਆਨ ਕਰ। ਸਦਕੇ ਤਖਤ ਹਜ਼ਾਰਾ ਸਾਰਾ ਇਹਦੀ ਇੱਕ ਨਜ਼ਰ ਤੋਂ ਸ਼ਾਹੀ ਛੱਡ ਕੇ ਕਰਾਂ ਫਕੀਰੀ ਨਜ਼ਰ ਨਾ ਚੁੱਕਾਂ ਦਰ ਤੋਂ। ਨੀ ਚੱਲ ਮਾਨੂੰ ਘਰ ਚਲੀਏ। ਪਰਦੇਸੀਆ ਪਤਾ ਮੈਂ ਫੇਰ ਆਣਾ ਜਾਈ ਨਾ ਨਹੀਂ ਨਾ ਜਾਏਗਾ। ਲੈ ਬਈ ਹਮੀ ਇਹ ਸਾਨੂੰ ਪਾਗਲ ਬਣਾਉਣ ਆਈ ਸੀ ਤੂੰ ਬਾਅਦ ਚ ਆ ਕੇ ਵੇਖ ਲਈ ਕੌਣ ਕਿਹਨੂੰ ਪਾਗਲ ਕਰਦਾ। ਨੀ ਤੂੰ ਉਹਨੂੰ ਕਿਹਾ ਹੋਣਾ ਪਤਾ ਹੈ ਤੇ ਉਹਨੂੰ ਮਾਨਾ ਆਪਣੇ ਘਰ ਦਾ ਵੀ ਪਤਾ ਭੁੱਲ ਗਿਆ ਹੋਣਾ। ਅਸੀਂ ਗੱਲ ਕਿਉਂ ਨੀ ਕਰਨਾ ਇਹੋ ਜਿਹਾ ਗੱਡ ਕੇ ਆਈ ਆ ਹੁਣ ਵਿਚਾਰਾ ਸਵੇਰ ਤੱਕ ਟੁਕੜਾ ਦੀ ਪਾਗਾ ਹੀ ਇੱਥੇ ਸੁਣੇਗਾ। ਪਰ ਵਸਾਈ ਤੈਨੂੰ ਕੰਮ ਕਰਨਾ ਪਏਗਾ ਸਰਜੀ ਵੀ ਦੇ ਆ ਕੇ ਨੂੰ ਉੱਥੇ ਵੇਖ ਦੇ ਖਲੋਤਾ ਕਿ ਨਹੀਂ ਖਲੋਤਾ। ਵੈਸੇ ਤੇ ਵਿਚਾਰਾ ਖਲੋਤਾ ਹੀ ਹੋਣਾ ਬੈਠੀ ਮੇਰਾ ਖਿਆਲ ਹੈ ਸਾਹਿਬ ਨੂੰ ਚੱਕਰੀ ਦੇ ਗਈ। ਤੇਰੀ ਆਵਾਜ਼ ਕੁਝ ਬਦਲੀ ਬਦਲੀ ਹੈ ਕੀ ਗੱਲ ਰਾਤੀ ਤਾਨਾ ਮਾਰਦੀ ਰਹੀ। ਮਨਜੀਤਰ ਬਗੈਰਤ ਹੋ ਜਾਣ ਤੇ ਤਾਨਾ ਵੀ ਮਾਰਨੀਆਂ ਪੈਂਦੀਆਂ ਨੇ। ਉਹ ਖਾਨਾ ਖਰਾਬ ਹੈ ਤੂੰ ਖਾਨਾ ਖਰਾਬ ਤੇ ਉਸੇ ਦਿਨ ਹੋ ਗਿਆ ਸੀ ਜੁਮਿਆ ਜਿਸ ਦਿਨ ਮੈਂ ਤੇਰੇ ਨਾਲ ਮੰਗੀ ਗਈ ਸਾਂ। ਹੁਣ ਤੇ ਖਾਨਾ ਆਬਾਦ ਕਰਨ ਆਈ ਹਾਂ। ਜੇ ਕਰਨਾ ਹੈ ਨਾ ਆਪਣਾ ਖਾਨਾ ਆਬਾਦ ਤੇ ਚਲੀ ਜਾ ਐਟਾਬਾਦ ਉੱਥੇ ਠੰਡ ਲੱਗਦੇ ਚਲੀ ਜੀ ਹੈਦਰਾਬਾਦ। ਜੇ ਤੌਣ ਤੇ ਛੁਰੀ ਫੇਰੀ ਤੇ ਚਲੀ ਜੀ ਵਜ਼ੀਰਾਬਾਦ ਛੁਰੀ ਖਰੀਦਣ ਲਈ ਤੇ ਮੈਂ ਚੱਲੇ ਮੇਰਾ ਮਗਰ ਨਾ ਆਈ। ਜੁਮਿਆ ਜੁਮਿਆ ਹੁਣ ਨਾ ਘੁੰਮਿਆ ਬੜਾ ਚਲਾਕ ਬੰਦਾ ਸੀ ਤੁਰ ਪਿਆ ਨਾ ਮਿਲਣ। ਨਹੀਂ ਨਹੀਂ ਮੈਂ ਉਹਨੂੰ ਮਿਲਣ ਤੇ ਨਹੀਂ ਜਾ ਰਿਹਾ। ਝੂਠ ਤੇ ਸੱਚ ਇਹ ਕਿ ਤੂੰ ਰਹਿ ਹੀ ਨਹੀਂ ਸਕਦਾ। ਜਾ ਸਿੱਧਾ ਲਗਾ ਜਾ ਉਹਦੇ ਪਿੰਡ।
ਪਈ ਹੈ ਨਾ ਉਹਨੂੰ ਮਿਲਣ। ਨਹੀਂ ਨਹੀਂ ਮੈਂ ਉਹਨੂੰ ਮਿਲਣ ਤੇ ਨਹੀਂ ਚੱਲੀ। ਝੂਠ ਤੇ ਸੱਚ ਐਵੇਂ ਕਿ ਤੂੰ ਹੁਣ ਉਹਦੇ ਬਗੈਰ ਰਹਿ ਨਹੀਂ ਸਕਦੀ, ਇਸ ਲਈ ਕਿ ਉਹ ਹੁਣ ਤੇਰੇ ਗੱਡਿਆ ਨਹੀਂ ਉਹ ਗੱਡਿਆ ਗਿਆ, ਸਿੱਧੀ ਉਹਦੇ ਡਾਕ ਬੰਗਲੇ ਚਲੀ ਜਾ। ਮੇਰਾ ਖਿਆਲ ਹੈ ਤੂੰ ਬੰਗਲੇ ਜਾ ਰਹੀ। ਲੈ ਡਾਕ ਬੰਗਲੇ ਮੇਰਾ ਫੁੱਫੜ ਰਹਿੰਦਾ। ਛੱਡ ਗੋਲੀ ਮਾਰ ਫੁੱਫੜ ਨੂੰ। ਇਹ ਦੱਸ ਪਿੰਡ ਚ ਪੈਟਰੋਲ ਪੰਪ ਹੈਗਾ? ਕਿਉਂ ਇੱਥੇ ਦਿਲ ਨਹੀਂ ਲੱਗ ਰਿਹਾ, ਸੋਚ ਰਿਹਾ ਸ਼ਾਮ ਨੂੰ ਵਾਪਸ ਚਲਾ ਜਾਵਾਂ ਤੇ ਗੱਡੀ ਚ ਪੈਟਰੋਲ ਨਹੀਂ। ਤੇ ਫੇਰ ਕੋਈ ਗੱਲ ਨਹੀਂ, ਤੂੰ ਇਸੇ ਕਰੀ ਲੰਘਦਾ ਲੰਘਦਾ ਨਾ ਪਿੰਡ ਵੱਲੋਂ ਆਉਂਦਾ ਜਾਈ ਤੇ ਪੈਟਰੋਲ ਜਿੰਨਾ ਚਾਹੇ। ਠੀਕ ਹੈ, ਤੁਸੀਂ ਬੁਲਾ ਰਹੇ ਹੋ ਤੇ ਜ਼ਰੂਰ ਆਵਾਂਗਾ। ਓਏ ਕਿਹੜੇ ਮੂੰਹ ਮੇਰਾ ਕੀ ਚੱਕਰ ਚਲਾ ਕੇ ਉਹਨੇ ਸਿਰ ਚੜੀ ਕੀਤੀ। ਖੈਰ ਕੋਈ ਗੱਲ ਨਹੀਂ। ਗੱਲ ਵਸੀ ਆ ਰਹੇ ਉਹ ਸਾਹ ਚੜਿਆ ਕਿਧਰੇ ਮੇਰੇ ਨਾਲ ਪਿਆਰ ਤੇ ਨਹੀਂ? ਪਿਆਰ ਮੈਂ ਕੀ ਗਲਤੀਆਂ ਨਹੀਂ ਪੈ ਗਈ। ਮੈਂ ਕਿਹਾ ਜਨਾਬ ਫਾਸਲਾ ਨਾਪ ਲਓ, ਮੈਂ ਸਿਰਫ 10 ਕਦਮ ਆਈ ਹਾਂ, ਤੇਰਾ ਬੰਗਲਾ ਇੱਥੋਂ ਪੂਰੇ 1.5 ਮੀਲ ਹੈ। ਪੈਦਲ ਤੇ ਕਦੀ ਵੀ ਨਾ ਆਂਦਾ। ਦੱਸੋ ਪੈਟਰੋਲ ਪੰਪ ਕਿੱਥੇ? ਹੈਂਡ ਪੰਪ ਦੀ ਗੱਲ ਕਰ, ਹੈ ਕਰ ਕਰ ਲੱਗਾ। ਪਿਆਸ ਮੈਨੂੰ ਨਹੀਂ ਲੱਗੀ, ਗੱਡੀ ਨੂੰ ਲੱਗੀ। ਖੈਰ ਅਗਲੇ ਪੰਪ ਤੇ ਪਹੁੰਚ ਹੀ ਜਾਏਗੀ। ਚਲੋ ਕੋਈ ਨਹੀਂ, ਚਲੋ ਜੀ ਖੁਦਾ ਹਾਫਿਜ਼। ਇੱਥੇ ਤੇ ਮੈਂ ਸ਼ਾਇਦ ਹੀ ਕਦੀ ਆਵਾਂ। ਠੀਕ ਹੈ, ਨਾਲੇ ਤੁਹਾਡਾ ਇੱਥੇ ਆਉਣ ਦਾ ਫਾਇਦਾ ਕੀ ਹੈ? ਇਸ ਵਾਸਤੇ ਕਿ ਮੈਂ ਤੇ ਆਪ ਬੜੀ ਮਸਰੂਫ ਹਾਂ, ਮੇਰਾ ਵਿਆਹ ਹੋ ਰਿਹਾ। ਮੈਂ ਵੀ ਸ਼ਹਿਰ ਜਾ ਕੇ ਵਿਆਹ ਕਰਨਾ, ਪਰ ਕੁੜੀਆਂ ਬੜੀਆਂ ਨੇ, ਬੜੇ ਉਮੀਦਵਾਰ ਨੇ। ਖੈਰ ਰਸਤੇ ਚ ਕੋਈ ਫੈਸਲਾ ਕਰਾਂਗਾ। ਅੱਛਾ ਮੈਂ ਚੱਲਣਾ। ਬਾਬੂ ਜੀ ਤੁਸੀਂ 2-4 ਦਿਨ ਹੋਰ ਨਹੀਂ ਰੁਕ ਸਕਦੇ? ਮੇਰੇ ਵਿਆਹ ਦੇ ਮਿੱਠੇ ਚੌਲ ਖਾ ਕੇ ਹੀ ਜਾਣਾ। ਮਿੱਠੇ ਚੌਲ ਤਾਂ ਮੈਂ ਖਾਂਦਾ ਹੀ ਨਹੀਂ, ਪਹਿਲੇ ਸ਼ਹਿਰ ਚ ਬੜੀ ਪ੍ਰੋਬਲਮ ਨੇ, ਮੈਨੂੰ ਜਾਣਾ ਹੀ ਪੈ ਗਿਆ। ਖੁਦਾ 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 ਸੀ। ਬਾਬੂ ਜੀ ਤੁਸੀਂ ਜਾ ਤੇ ਰਹੇ ਹੋ, ਪਰ ਇੱਕ ਗੱਲ ਸੱਚੀ ਸੱਚੀ ਦੱਸ ਦਿਓ, ਤੁਹਾਡਾ ਵਾਕਈ ਨਹੀਂ? ਗੋਲੀਆਂ ਮਰ ਮਰ ਕੇ ਛੰਨ ਨਹੀਂ ਕਰ ਦੇਣਾ ਤੈਨੂੰ? ਓ ਨਹੀਂ ਬੱਗੂ ਯਾਰ,
ਜੇ ਉਹ ਆ ਗਈ ਫੇਰ ਉਹਨੇ ਕਹਿਣਾ ਝੂਠਾ ਹੀ ਨਿਕਲਿਆ ਕਾਲ ਕਰਾਰ। ਦੁਖੇ ਕਿਉਂ ਆਉਂਦੀ ਨਹੀਂ ਹੁੰਦੀ, ਗੱਡ ਕੇ ਤੁਰ ਜਾਂਦੀ ਹੈ, ਭੁੱਲ ਗਏ ਕੀ ਦੱਸਿਆ ਸੀ ਤੈਨੂੰ? ਅੱਛਾ ਤੇ ਫਿਰ ਅੱਜ ਤੋਂ ਬਾਅਦ ਨਹੀਂ ਕੱਢੇਗੀ ਕਿਸੇ ਨੂੰ। ਕੱਦ ਸਰੂਰ ਤੇ ਚੰਨ ਜਿਹਾ ਮੁਖੜਾ, ਅੱਖ ਕਜਲੇ ਦੀ ਰੇਖ, ਸਿਰ ਤੋਂ ਪੈਰਾਂ ਤੀਕ ਸੋਹਣਾ, ਅੱਗੋਂ ਮੇਰੇ ਲੇਖ। ਕੀ ਗੱਲ ਹੈ, ਲੱਸੀ ਆ ਰਹੇ ਉਹ ਸਾਹ ਚੜਿਆ, ਤੁਸੀਂ ਮੇਰੇ ਨਾਲ ਪਿਆਰ ਤੇ ਨਹੀਂ ਹੋ ਗਿਆ? ਪਿਆਰ ਮੈਂ ਕੀ ਲੱਗਣਾ ਨੀ ਪੈ ਗਈ। ਸਦਕੇ ਤਖਤ ਹਜ਼ਾਰਾ ਸਾਰਾ, ਇਹਦੀ ਇੱਕ ਨਜ਼ਰ ਤੋਂ ਸ਼ਾਹੀ ਛੱਡ ਕੇ ਕਰਾਂ ਫਕੀਰ, ਨਜ਼ਰ ਨਾ ਚੁੱਕਾਂ ਦਰ ਤੋਂ। ਬਾਬੂ ਜੀ ਤੁਸੀਂ ਜਾ ਤਾਂ ਰਹੇ ਹੋ, ਪਰ ਇੱਕ ਗੱਲ ਸੱਚੀ ਸੱਚੀ ਦੱਸ ਦਿਓ, ਤੁਹਾਡਾ ਵਾਕਈ ਦਿਲ? ਨਹੀਂ 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 ਪੂਰੇ ਬਾਰੀਆਂ ਦਿਓ ਜਿਹਨਾਂ ਲਗੋ ਮਾਨੋ ਜਿਹੋ ਜਿਹਾ ਆਪ ਅਨਮੋਲ ਸੀ ਬਹੁਤ ਖੂਨ ਨਿਕਲਿਆ ਹੈ। ਜੇ ਤੂੰ ਮੈਨੂੰ ਛੱਡ ਕੇ ਨਾ ਜਾਂਦਾ ਤੇ ਅੱਜ ਇਹ ਵੀ ਕਿਸੇ ਗੈਰ ਦੇ ਬੁਲਾਵੇ ਤੇ ਮੈਨੂੰ ਛੱਡ ਕੇ ਨਾ ਜਾਂਦੀ। ਤੂੰ ਵੀ ਮੇਰੇ ਨਾਲੋਂ ਖੈਰਾਂ ਨੂੰ ਚੰਗਾ ਸਮਝਦਾ ਰਿਹਾ ਹੈ, ਇਹ ਵੀ ਮੈਨੂੰ ਛੱਡ ਕੇ ਖੈਰਾਂ ਵੱਲ ਤੁਰ ਪਈ ਹੈ। ਪਹਿਲੀ ਵਾਰੀ ਮਾਂ ਫੜਾਈ
मैं तो उस दुख का बदला ले रही सा जरा दुख मेरे प्यो ने मेरी मां दिता सी जे सच दे सवाल जे सच है कि तू मर्दा को अपनी मां दे दुख का ते भी झूठ नहीं कि मैं औरतों को तेरे ही वर्गे दुख का बदला लेंदा रहा किसे बदला ले ली ना तू मेरे को या मैं तेरे को क्यों है ਅਸੀਂ ਇਸ ਲਈ ਆ ਕਿ ਦੁੱਖ ਦੋਵਾਂ ਦਿਲਾਂ ਦਾ ਇੱਕ ਤੇ ਅਸੀਂ ਹਾਲੀ ਤੱਕ ਦੋ ਮੈਂ ਦੋਵਾਂ ਨੂੰ ਇੱਕ ਕਰ ਦੇਣਾ ਮਾਨੋ ਤੇ ਮੈਂ ਫਿਰ ਇੱਕ ਨੂੰ ਦੋ ਕਦੀ ਨਹੀਂ ਹੁੰਦੇ ਆਂਗੇ ਵਾਜਦ ਨਹੀਂ ਤੇ ਸਿਰਫ ਪੁੱਤ ਬਣਾਉਣਾ ਜਾਣਨੀ ਹੈ ਤੇ ਇੱਕ ਤੋਂ ਦੋ ਤੇ ਕੀ ਜਿੰਨੇ ਡਕਰੇ ਕਵੇ ਕਰ ਦਿਆਂਗਾ ਤੇਰੇ मेरा नाम जमाला डकैत ही जमाला डकैत आ बहु ना चलिए ए डकैत बड़ा ही जालम है तू पीछा हट मानो जी मैं सामने आया नु कदी नसण नहीं दिता हमेशा ओदे सारे नसाए ने जादू करनी है ਤੂੰ ਮੈਨੂੰ ਹੁਕਮ ਕਰ ਮੈਂ ਪੁੱਤਰ ਬਣ ਜਾਵਾਂ ਪਤਾ ਮਖਲਤ ਪੁੱਤਰ ਫਿੱਟ ਮੁਲਾਜ਼ਮ ਸੀ ਇੱਥੇ ਦੇਵੀ ਸੈਮਸਨ ਸਿੰਘ ਕਲੈਟਨ ਕਕਰੈਨ ਹੋ ਗਏ ਸਰ ਮੈਂ ਬਾਊ ਨੂੰ ਕੀ ਜਵਾਬ ਦਿਆਂਗਾ ਕਿ ਮੈਨੂੰ ਰੱਸਾ ਕੀ ਪੈ ਗਿਆ ਬਾਊ ਜੀ ਹੁਣ ਤਾਂ ਤੇਰੇ ਪਾਸੇ ਇੱਕ ਪੰਨ ਹੀ ਕੱਟਿਆ ਜਾਂਦਾ ਅੜਿਆ ਬਾਊ ਜੀ ਤੂੰ ਆਸ ਛੱਡੀਏ ਤੇ ਅੱਲਾ ਦੀ ਕਸਮੇ ਮੈਂ ਤੇਰੇ ਬਗੈਰ ਇੱਕ ਪਲ ਰੋ ਰੋ ਕੇ ਗੁਜ਼ਾਰਨੀ ਆ ਹਾਏ ਲਾ ਮਾਚੇ ਨਾ ਅੜਿਆ
तू क्यों रोने लग पे? रोंदे नहीं मेरे दुश्मन, मैं तो रवावांगा पटावांगा नसावांगा ते जुतियां पवावांगा उस बहु नू जिदे भुलेखे तू अज मेरे लक न लाके इस गुड लक नू बैड लक बनाते। जुमिया तेन शर्म आनी चाहिए, साडे घर दुनिया की हर चीज आती है, बस ए ही नहीं आती। बकवास बंद कर, तेन हरकत नहीं करनी चाहिए। तू मेरी सहेली तो मंगेतर ने ला जा सहेली गिलगत दी बंद गोभी नू है सहेली सहेली लाई। तू सूट ना प्यार करनी है ना, तो मैं सूट पा के दस मैंने मुहब्बत करनी। वाह वाह वाह, ये पैरिया एक कमीज भी बदल लेनी सी। ਕੱਲ ਵੇ ਕਿ ਕਾਲਰ ਵਾਲੀ ਜਿਹੜੀ ਕਮੀਜ਼ ਨਾ ਪੇਂਡੀ ਸਵਾਏ ਬਹੁਤ ਹੋਰ ਕਿਸੇ ਕੋਲ ਕੋਈ ਨਹੀਂ ਸੀ, ਉਹ ਵੀ ਉਹਦੇ ਕੋਲ ਲਿਖ ਸੀ ਨਹੀਂ ਤੇ ਮੈਂ ਉਹ ਵੀ ਖੋਲ ਲਿਆ ਨਹੀਂ ਸੀ। ਮਾਸ਼ਾਅੱਲਾ ਪੂਰਾ ਛਾਂਗਾ ਲੱਗ ਰਹੇ ਇਹ ਸੂਟ। ਹਾਂ ਤੇ ਉਹ ਇਹ ਸੂਟ ਤੇ ਟਾਂਗਾ ਲੱਗਦਾ ਜਿੱਦੇ ਮੋਢੇ ਤੇ ਬਹਿ ਕੇ ਸੈਰ ਕਰਨੀ ਹੈ। ਹਾਂ ਮੈਂ ਕਿਹਾ ਕਿਧਰੇ ਤੈਨੂੰ ਇਹ ਸੂਟ ਪਾ ਕੇ ਮਿਲ ਤੇ ਨਹੀਂ ਗਿਆ? ਮੈਂ ਸਭ ਸਮਝਨੀ ਆ। ਤੂੰ ਕੀ ਸਮਝ ਗਈ? ਮੈਂ ਹੁਣੇ ਜਾ ਕੇ ਸੂਟ ਤੇ ਨੱਕ ਤੇ ਮਾਰਾਂਗਾ ਭਾਵੇਂ ਫੀਨਾ ਹੋ ਜਾਏ। ਮੈਂ ਤੇ ਕੋਸ਼ਿਸ਼ ਕਰਨੀ ਜਿੰਨਾ ਉਹ ਬਦਸੂਰਤ ਹੋ ਸਕੇ ਹੋ ਜਾਏ, ਮੇਰੀ ਆਪਣੀ ਜ਼ਿੰਦਗੀ ਦਾ ਸਵਾਲ ਹੈ। ਤੇ ਨਾਲੇ ਉਹਨੂੰ ਮੈਂ ਕਹਾਂਗਾ ਮੈਨੂੰ ਉਹ ਸੂਟ ਦੇ ਉਹ ਚੱਕੇ ਜਿਹੜਾ ਅੱਜ ਤੱਕ ਪਾ ਕੇ ਤੂੰ ਹੀਰ ਨੂੰ ਮਿਲਿਆ। ਆਲ ਰਾਈਟ, ਗੁੱਡ ਨਾਈਟ। ਦੇ ਫਿੜੇ ਮੂੰਹ। ਮਾਫ ਕਰਨਾ ਹਜ਼ੂਰ, ਤੁਸੀਂ ਇਸ਼ਕ ਫਰਮਾ ਬੈਠੇ। ਸਾਡੇ ਤੋਂ ਪਹਿਲਾਂ ਬੁਖਾਰੇ ਦਾ ਇੱਕ ਰਈਸ ਇੱਜ਼ਤ ਬੇਗ ਵੀ ਪੰਜਾਬ 'ਚ ਇਸ਼ਕ ਕਰਨ ਆਇਆ ਸੀ। ਉਹਨਾਂ ਦਿਨਾਂ 'ਚ ਵੀ ਕੱਪੜੇ ਬੜੇ ਗਾਇਬ ਹੋਣ ਲੱਗ ਪਏ ਸਨ ਔਰ ਉਹ ਵਿਚਾਰਾ ਅਖੀਰ 'ਤੇ ਕੰਗਾਲ ਹੋ। ਜੇ ਉਹ ਸੂਟ ਖੋਣ ਵਾਲਾ ਮੇਰੇ ਹੱਥੇ ਚੜ ਗਿਆ ਨਾ, ਤੇ ਮੈਂ ਉਸ ਕਮੀਨੇ ਨੂੰ ਆਪਣੇ ਤੋਂ ਪਹਿਲਾਂ ਕੰਗਾਲ ਕਰ ਦਿਆਂਗਾ। ਉਹ ਸਾਬੋ ਬਾਊ, ਤੇ ਤੂੰ ਆਪਣੇ ਨੌਕਰ ਦੀ ਜ਼ਬਾਨੀ ਸੁਣੀ ਲਿਆ? ਇੱਥੇ ਇੱਜ਼ਤ ਬੇਗ ਵੀ ਬੇਇੱਜ਼ਤ ਹੋ ਕੇ ਮਰਿਆ ਸੀ ਓਏ। ਅਸੀਂ ਪਿੰਡਾਂ ਵਾਲੇ ਆਪਣੀ ਇੱਜ਼ਤ ਦੀ ਖਾਤਰ ਅਗਲੇ ਦਾ ਸਿਰ ਲਾ ਕੇ ਕੰਨ ਤੇ ਰੱਖ ਦਿੰਦੇ ਹਾਂ। ਗੱਲ ਸੁਣ ਓਏ, ਤੇਰੇ ਨਾਲ ਇਹ ਸੂਟ ਦਾ ਝਗੜਾ ਤੇ ਮੁੱਕ ਗਿਆ, ਰਹਿ ਗਈ ਸਿੱਧੀ ਗੱਲ। ਤੇ ਤੂੰ ਵੀ ਯਾਦ ਰੱਖੀ, ਦਿਲਾਂ ਦੇ ਸੌਦੇ ਸਿਰਾਂ ਦੇ ਮੁੱਲ ਹੀ ਹੁੰਦੇ ਨੇ, ਸਾਨੂੰ ਤੇਰਾ ਚੈਲੰਜ ਕਬੂਲ ਹੈ। ਸੌਦਾ ਬਿਆਨ ਤੱਕ ਹੀ ਮੁਕਾ ਲਓ, ਇਹ ਬੰਦਾ ਮੈਨੂੰ ਬੜਾ ਖਤਰਨਾਕ ਲੱਗਦਾ। ਅਮੀਰ, ਅਸੀਂ ਕਿਸੇ ਬੁਰੀ ਨੀਅਤ ਨਾਲ ਪਿਆਰ ਨਹੀਂ ਕੀਤਾ ਮਾਨੋ, ਅਸੀਂ ਪਹਿਲੇ ਉਹਦੇ ਮਾਪਿਆਂ ਨੂੰ ਮਿਲਾਂਗੇ। ਪਰਦਾ ਨਾ ਹਟਾ ਬਸ, ਦੁੱਖ ਤੇ ਅਸੀਂ ਦੋਵਾਂ ਨੇ ਦਿੱਤੇ ਨੇ ਕੁਛ ਬੇਗੁਨਾਹਾਂ ਬੇਕਸੂਰਾਂ ਤੇ ਬੇਤਕਸੀਰਾਂ ਨੂੰ। ਅੱਜ ਤੇ ਉਹਨਾਂ ਦੇ ਦੁੱਖ ਦੀ ਗੱਲ ਕਰਨ ਲੱਗਾ ਸਾਂ। ਮੈਡਮ, ਮੈਂ ਤੇਰੇ ਪੁੱਤਰ ਤੇ ਆਪਣੀ ਧੀ ਨੂੰ ਪਿਆਰ ਕਰਦਿਆਂ ਵੇਖਾ ਆ। ਸੱਚ ਬਦਰ? ਹਾਂ ਮੈਡਮ। ਤੇ ਮੈਂ ਵਾਜਿਦ ਨੂੰ ਆਪਣਾ ਪੁੱਤਰ ਕਹਿ ਸਕਾਂਗੀ? ਐਵੇਂ ਭੁੱਲ ਕੇ ਮੂੰਹ ਨਿਕਲ ਗਿਆ ਹੈ। ਨਾ ਤੂੰ ਵਾਜਿਦ ਨੂੰ ਆਪਣਾ ਪੁੱਤਰ ਤੇ ਨਾ ਮੈਂ ਮਾਣੋ ਨੂੰ ਆਪਣੀ ਧੀ ਕਹਿ ਸਕਦਾ ਹੈ। ਅਸਾਂ ਤੇ ਮਾਂ ਪਿਓ ਦਾ ਹੱਕ ਆਪਣੀ ਔਲਾਦ ਨੂੰ ਦਿੱਤੇ ਹੀ ਨਹੀਂ ਤੇ ਉਹਨਾਂ ਕੋਲੋਂ ਇਹ ਹੱਕ ਮੰਗ ਕਿਸ ਤਰ੍ਹਾਂ ਸਕਦੀ ਹਾਂ? ਬਹਿਰਾਲ, ਜਿਹਦਾ ਪੁੱਤਰ ਹੈ ਮੈਂ ਅੱਜ ਹੀ ਉਹਦੇ ਨਾਲ ਜਾ ਕੇ ਗੱਲ ਕਰਨਾ। ਮੈਂ ਸੁਣਿਆ ਤੂੰ ਪਿਆਰ ਦੇ ਰਸਤੇ ਤੇ ਤੁਰ ਪਿਆ, ਜੇ ਮਾਂ ਤੈਨੂੰ ਤਾਂ ਕੰਮ ਲੈ ਚੁੱਕੇ ਇਸ ਦੁਨੀਆਂ ਕੋਲੋਂ ਤੇ ਮੈਨੂੰ ਮਾਫ਼ ਨਹੀਂ ਕਰੇਗਾ ਬੇਟੇ? ਸਲਾਮ ਸਰ। ਵਾਲੇਕੁਮ ਸਲਾਮ। ਆ ਬਈ ਬਦਲ ਉਰਫ ਚੱਕਰਬਾਜ਼ ਪਹਿਰੇ, ਕੀ ਹਾਲ ਹੈ ਤੇਰਾ?
ਠੀਕ ਹਾਂ ਸਾਹਿਬ ਜੀ। ਸੁਣਾਓ ਤੇਰੀ ਬੇਵਫਾ ਮੈਡਮ ਹਿੱਲੋ ਦਾ ਕੀ ਹਾਲ ਹੈ? ਉਹ ਜੀ ਮੈਂ ਅੱਜ ਉਹਨਾਂ ਦੀ ਗੱਲ ਤੇ ਨਹੀਂ ਕਰਨ ਆਇਆ। ਆਦਮੀ ਤੇ ਤੂੰ ਵੀ ਉਸੇ ਕੈਟੇਗਰੀ ਦਾ ਹੈ। ਉਹਨੇ ਸ਼ੌਹਰ ਤੇ ਬੇਟੇ ਨੂੰ ਛੱਡ ਦਿੱਤਾ ਤੇ ਇਹਨਾਂ ਚੱਕਰਬਾਜ਼ੀਆਂ ਦੇ ਪਿੱਛੇ ਤੂੰ ਬੀਵੀ ਤੇ ਧੀ ਨੂੰ ਛੱਡ ਦਿੱਤਾ। ਹਜ਼ੂਰ ਮੇਰੀ ਅਰਜ਼ ਤੇ ਸੁਣੋ। ਅਸਾਂ ਤੇ ਸੁਣਿਆ ਸੀ ਕਿ ਗਰੀਬ ਆਦਮੀ ਕੋਲ ਇੱਜ਼ਤ ਤੇ ਗੈਰਤ ਸਰਮਾਇਆ ਹੁੰਦਾ ਹੈ ਤੇ ਧੀ ਕੋਲੋਂ ਵੱਡੀ ਇੱਜ਼ਤ ਤੇ ਗੈਰਤ ਹੋਰ ਕੋਈ ਨਹੀਂ ਸਾਡੇ ਦੇਸ਼ ਵਿੱਚ। ਤੂੰ ਇਹ ਦੱਸ ਕਿ ਬੁਨਿਆਦੀ ਤੌਰ ਤੇ ਤੂੰ ਗਰੀਬ ਆਦਮੀ ਨਹੀਂ ਸੈਂ ਜਾਂ ਗੈਰਤਮੰਦ ਨਹੀਂ ਸੈਂ? ਕੁਝ ਵਕਤ ਲਈ ਗੁੰਮਰਾਹ ਹੋ ਗਿਆ ਸਰ ਸਰਕਾਰ, ਸਮਝ ਲਓ ਗੈਰਤ ਮੋਈ ਨਹੀਂ ਸੀ, ਸੌ ਗਈ ਸੀ। ਹੁਣ ਜਾਗੀਏ ਤੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਗਈ। ਜੇ ਗੈਰਤਮੰਦ ਬਣ ਕੇ ਆਇਆ ਹੈ ਤੇ ਬਹਿ ਜਾ। ਗੱਲ ਇਹ ਵੇ ਸਰਕਾਰ, ਮੈਂ ਤੁਹਾਡੇ ਬਰਾਬਰ ਬੈਠ ਕੇ ਵੀ ਨੀਵੇਂ ਲੱਗਣਾ ਹੈ। ਮਾਲੂਮ ਹੁੰਦਾ ਹੈ ਅਹਿਸਾਸ ਹੋ ਗਿਆ ਹੈ ਤੈਨੂੰ। ਓਏ ਕਿਧਰੇ ਤੇਰੇ ਅੰਦਰੋਂ ਪਿਓ ਤੇ ਨਹੀਂ ਜਾਗ ਪਿਆ? ਜਾਗ ਪਿਆ ਸਰਕਾਰ, ਜਾਗ ਪਿਆ। ਤੇ ਧੀ ਵੀ ਜਵਾਨ ਹੋ ਗਈ, ਉਹਦੇ ਵਿਆਹ ਲਈ ਰਕਮ ਚਾਹੀਦੀ ਹੈ। ਦੱਸ ਕਿੰਨੇ ਪੈਸੇ ਦੇ? ਪੈਸੇ ਨਹੀਂ ਚਾਹੀਦੇ ਸਰਕਾਰ, ਰਿਸ਼ਤਾ ਚਾਹੀਦਾ ਤੁਹਾਡੇ ਪੁੱਤਰ ਦਾ। ਇਸ ਲਈ ਕਿ ਤੁਹਾਡਾ ਪੁੱਤਰ ਮੇਰੀ ਧੀ ਨਾਲ ਪਿਆਰ ਕਰਦਾ ਹੈ। ਤੇਰੇ ਜਿਹੇ ਚੱਕਰਬਾਸ ਕਮੀਨੇ ਤੇ ਲੋਫਰ ਦੀ ਧੀ ਨਾਲ ਜੇ ਉਹ ਮੁਹੱਬਤ ਵੀ ਕਰਦਾ ਤੇ ਅਸੀਂ ਪੁੱਤਰ ਛੱਡ ਦਿਆਂਗੇ। ਸਮਝ ਲਾਂਗੇ ਕਿ ਜ਼ਿੰਦਗੀ ਵਿੱਚ ਅਸੀਂ ਸ਼ਾਦੀ ਦੀ ਭੁੱਲ ਹੀ ਨਹੀਂ ਸੀ ਕੀਤੀ, ਸਾਡੀ ਕੋਈ ਔਲਾਦ ਨਹੀਂ। ਠੰਡੇ ਦਿਲ ਨਾਲ ਗੌਰ ਕਰਨ ਵਾਲੀ ਗੱਲ ਹੈ ਸਰਕਾਰ। ਚਲਾ ਜਾ ਬਦਰੂ, ਤੈਨੂੰ ਤੇ ਵੇਖਦਿਆਂ ਹੀ ਤੇਰੀਆਂ ਅੱਖਾਂ ਵਿੱਚ ਮੈਨੂੰ ਉਹ ਬੇਵਫਾ ਦਿਸਣ ਲੱਗ ਪਈ ਸੀ। ਜੇ ਤੂੰ ਗੈਰਤਮੰਦ ਹੋਣ ਦਾ ਦਾਅਵਾ ਨਾ ਕਰਦਾ ਤੇ ਮੈਂ ਤੈਨੂੰ ਆਪਣੇ ਕੋਲ ਖੜੋਣ ਨਾ ਦਿੰਦਾ। ਚਲਾ ਜਾ ਇੱਥੋਂ। ਵਾਜਿਦ, ਵੇਖ ਕੇ ਚੱਲਿਆ ਕਰ। ਵੇਖ ਕੇ ਚੱਲਣ ਲੱਗ ਪਈਆਂ ਤੇ ਠੋਕਰਾਂ ਲੱਗਣ ਲੱਗ ਪਈਆਂ ਨੇ। ਵੇਖ ਕੇ ਨਹੀਂ ਸੀ ਚੱਲਦੀ ਤੇ ਠੋਕਰ ਨਹੀਂ ਸੀ ਲੱਗਦੀ। ਠੋਕਰ ਇਸ ਲਈ ਲੱਗੀ ਕਿ ਤੂੰ ਰਾਣੀ ਤੱਕਦੀ, ਮੈਨੂੰ ਤੱਕਦੀ ਰਹਿੰਦੀ। ਵੇਖਣ ਦੀ ਜਾਚ ਹੀ ਹੁਣ ਆਈ ਹੈ ਵਾਜਿਦ ਭਾਉ, ਜਦੋਂ ਮੈਂ ਤੈਨੂੰ ਤੱਕਿਆ। ਵੈਸੇ ਮਾਨੋ ਸਾਡੇ ਨਾਲ ਹੋਈ ਕਮਾਲ ਹੈ, ਇੰਤਕਾਮ ਲੈਣ ਨਿਕਲੇ। ਸਕਾਮ ਲਿਆ ਕਿ ਦੁਨੀਆਂ ਨੂੰ ਪਾਗਲ ਬਣਾਉਣ ਵਾਲੇ ਆਪ ਪਾਗਲ ਹੋ ਕੇ ਇੱਕ ਦੂਜੇ ਨੂੰ ਲੱਭਦੇ ਫਿਰਦੇ। ਮੈਨੂੰ ਡਕੇਤ ਨੂੰ ਵੀ ਬੁੱਤ ਬਣਾ ਕੇ ਖਿਲਾਰ ਦਿੱਤਾ ਸੀ। ਮੈਂ ਵੀ ਸੁਣਿਆ ਕਿ ਜਮਾਲਾ ਅੱਜ ਰਾਤ ਨੂੰ ਚੁੱਕਣ ਵੀ ਆਇਆ ਸੀ ਜੀ। ਦੱਸਣ ਵਾਲੇ ਇਹ ਵੀ ਦੱਸਿਆ ਕਿ ਕਿਸੇ ਨੇ ਜਮਾਲੇ ਡਕੇਤ ਤੇ ਗੋਲੀ ਚਲਾ ਕੇ ਤੇਰੀ ਜਾਨ ਵੀ ਬਚਾਈ ਸੀ। ਠੀਕ ਹੈ, ਜਮਾਲਾ ਜਾਣ ਲੱਗੇ ਇਹ ਵੀ ਕਿਹਾ ਗਿਆ ਸੀ ਕਿ ਮੈਂ ਫੇਰ ਵੀ ਆਵਾਂਗਾ। ਠੀਕ ਸੁਣਿਆ। ਫਿਰ ਅਜੇ ਵੀ ਸੋਚਣੀ ਹੈ ਮੇਰੀ ਅਨਮੋੜ ਦੀ ਹੈ ਕਿ ਤੂੰ ਬਾਹਰ ਜਾਏਂਗੀ ਜਦੋਂ ਤੇਰਾ ਇਸ ਇਲਾਕੇ ਦੇ ਸਭ ਤੋਂ ਵੱਡੇ ਡਕੇਤ ਨਾਲ ਮੱਥਾ ਲੱਗ ਗਿਆ ਹੈ। ਆਹੋ ਮਾਂ, ਯਾ ਤੇ ਦੱਸ ਦੇ, ਘਰ ਬੈਠੀ ਰਹਾਂ ਤੇ ਮਰਨਾ ਨਹੀਂ। ਪਰ ਮੈਂ ਤੇ ਕਹਿੰਦੀ ਹਾਂ ਮਾਣੋ ਬਾਹਰ ਨਾ ਜਾ। ਬਾਹਰ ਜਾਣ ਦੀ ਇਜਾਜ਼ਤ ਤੇ ਤੂੰ ਹੀ ਦਿੱਤੀ ਸੀ ਮਾਂ ਕਿ ਇਸ ਦੁਨੀਆਂ ਦੇ ਮਰਦਾਂ ਕੋਲੋਂ ਬਦਲਾ ਲਵਾਂ। ਇਹੋ ਸੋਚਦੇ ਤੇ ਹੁਣ ਮੌਤ ਕੋਲੋਂ ਵੀ ਡਰ ਨਹੀਂ ਆਉਂਦਾ। ਕਿਸੇ ਘਰ ਦੀਵਾ ਨਾ ਬੰਦੇ, ਜੇ ਕਿਸੇ ਘਰ ਦੀਵਾ ਬੰਦਾ ਦੱਸਿਓ ਓਏ
ਸਾਡੇ ਹੱਥੋਂ ਵੀ ਕੱਚੀ ਤੰਦ ਟੁੱਟ ਗਈ ਹੈ ਤੇ ਮੌਤ ਵੀ ਨੇੜੇ ਆ ਗਈ ਹੈ ਤੇ ਫਿਰ ਮਾਂ ਮੇਰੇ ਨੇੜੇ ਨਾ ਆਵੀ ਮੈਨੂੰ ਆਪਣੀ ਮੌਤ ਆਪ ਮਰਨ ਦੇਵੀ ਤੇਰਾ ਨਾਂ ਮੁਟਿਆਰੇ ਪਹਿਲਾਂ ਆਪਣਾ ਨਾਂ ਦੱਸ ਦੇ ਮੈਨੂੰ ਤੇ ਤੂੰ ਜਮਾਲਾ ਹੀ ਨਹੀਂ ਲੱਗਦਾ ਤੂੰ ਪਿੱਛੇ ਹੋ ਜਾ ਕੁੜੀਏ ਨਹੀਂ ਮਾਂ ਗੱਲ ਮੈਂ ਇਹਦੇ ਨਾਲ ਸ਼ੁਰੂ ਕੀਤੀ ਹੈ ਤੇ ਮੁਕਾਨ ਵੀ ਮੈਨੂੰ ਦੇ ਨਾਂ ਦੱਸ ਕੇ ਹੱਥ ਫੜੀ ਵੇ ਫਿਰ ਮੇਰਾ ਨਾਂ ਮਾਮੂ ਟਕੇ ਮਾਮੂ ਆਹੋ ਜਮਾਲੇ ਦਾ ਦੂਸਰਾ ਰੂਪ ਮਾਮੂ ਵੇ ਮਾਮੇ ਦਾ ਦੂਸਰਾ ਰੂਪ ਮਾਮੂ ਹੁੰਦਾ ਹੀ ਬਦਖਬਰਿਆ ਮਾਮੇ ਨੂੰ ਵਿਗਾੜ ਦਈਏ ਤੇ ਮਾਮੂ ਬਣ ਜਾਂਦਾ ਇਸ ਤਰ੍ਹਾਂ ਤੂੰ ਵਿਗੜ ਕੇ ਡਕੈਤ ਬਣ ਗਿਆ ਮਾਮਾ ਮੈਂ ਨੀ ਮਾਂ ਮੇਰਾ ਪਿਓ ਤੇ ਤੈਨੂੰ ਛੱਡ ਹੀ ਗਿਆ ਸੀ ਤੇਰਾ ਵੀਰ ਤੇ ਮੇਰਾ ਮਾਮਾ ਮੈਨੂੰ ਚੁੱਕਣ ਆਏ ਵੇ ਬਈ ਮਨ ਚੋਰਾ ਡਾਕੂਆ ਜੇ ਇੱਜ਼ਤਾਂ ਨੂੰ ਹੱਥ ਪਾਉਣਾ ਸੀ ਤੇ ਆਪਣਾ ਨਾਮ ਮਾਮਾ ਕਿਉਂ ਰਖਵਾਇਆ ਸੀ ਮੈਂ ਕੋਈ ਗੱਲ ਨਹੀਂ ਸੁਣਨਾ ਚਾਹੁੰਦਾ ਪੁੱਟੀਏ ਸੁਣ ਵੇ ਤੇ ਸੁਣਨ ਤੋਂ ਬਾਅਦ ਜੋ ਮਰਜ਼ੀ ਆ ਕਰ ਲਈ ਮਾਮਾ ਨਾ ਰੱਖਣ ਤੋਂ ਬਾਅਦ ਇਹ ਤੇ ਵੇਖ ਲੈਣਾ ਸੀ ਡਕੈਤਾ ਕਿ ਜਿਸ ਕਾਰ ਤੂੰ ਡਾਕਾ ਮਾਰਨ ਆਇਆ ਉਸ ਕਾਰ ਤੇਰੀ ਕਿਸੇ ਭੈਣ ਦੀ ਜਵਾਨ ਧੀ ਤੇ ਨਹੀਂ ਰਹਿੰਦੀ ਤੇ ਅਸੀਂ ਤੇ ਸੁਣਿਆ ਸੀ ਡਕੈਤ ਮਾਵਾਂ ਧੀਆਂ ਤੇ ਭੈਣਾਂ ਦੀ ਇੱਜ਼ਤ ਪਿੱਛੇ ਸਿਰ ਤਲੀ ਤੇ ਰੱਖ ਕੇ ਡਕੈਤ ਬਣਦੇ ਨੇ ਤੇ ਤੂੰ ਕਿਹੜਾ ਡਾਕੂ ਹੈ ਤੂੰ ਤੇ ਡਾਕੂ ਬਣ ਕੇ ਵੀ ਨਾਂ ਨਹੀਂ ਬਦਲਿਆ ਮਾਮਾ ਹੀ ਰਿਹਾ ਭੈਣ ਆਖ ਵੇ ਤੇ ਭੈਣ ਦੇ ਵਿਹੜੇ ਚ ਖਲੋ ਕੇ ਡਾਕੂ ਨਾ ਰਹੋ ਨਾ ਬਦਲ ਲੈ ਓਏ ਬੁੱਢੀਏ ਮੈਂ ਤੇਰੀ ਤਕਰੀਰ ਸੁਣਨ ਨਹੀਂ ਆਇਆ ਤੇਰੀ ਕੁੜੀ ਨੂੰ ਚੁੱਕਣ ਆਇਆ ਤੇ ਲੈ ਜਾਣੇ ਲੈ ਨਹੀਂ ਪਿਓ ਤੇ ਨਾਲ ਲੈ ਕੇ ਨਹੀਂ ਸੀ ਗਿਆ ਅੱਜ ਮਾਮੇ ਦੇ ਨਾਲ ਮਾਂ ਤੋਰ ਦਿਓ ਲੈ ਜਾ ਸੁਵੇ ਚੱਲ ਮਾਮਾ ਅੱਗੇ ਲੱਗ ਨਹੀਂ ਦੋਸਤੀ ਦਾ ਹੱਕ ਅਦਾ ਕਰ ਦਿੱਤਾ ਹੈ ਮਾਮੂ ਕਿਉਂ ਉਹਨੇ ਜਾਦੂ ਕਰਨੀ ਹੈ ਤੈਨੂੰ ਆਖਿਆ ਸੀ ਨਾ ਹੱਥ ਲਗਾਈਏ ਕੀ ਕਹਿ ਰਿਹਾ ਮਾਮੂ ਉਹ ਤੂੰ ਤੈਨੂੰ ਮੇਰੇ ਜ਼ਖਮਾਂ ਦੀ ਮਰਮ ਬਣਾ ਕੇ ਲਿਆਇਆ ਇੱਕ ਚਮੇੜਾ ਇਹਦੀ ਮਾਂ ਨੇ ਮਾਰਿਆ ਜੱਟ ਡਕੈਤ ਰਹੋ ਜਾਂ ਨਾ ਬਦਲ ਉਹ ਤੇ ਤਾਂ ਕੀ ਹੋਇਆ ਅਸੀਂ ਆਪਣੇ ਡਕੈਤ ਯਾਰ ਦਾ ਨਾਂ ਬਦਲ ਦਿਆਂਗੇ ਨਹੀਂ ਆਏ ਇਹਨੂੰ ਡਕੈਤ ਚੁੱਕ ਕੇ ਨਹੀਂ ਲਿਆਇਆ ਮਾਮੇ ਨਾਲ ਟੋਰੀ ਮਾਮਾ ਪ੍ਰੇਮੀ ਦੀ ਸ਼ਨਾਖਤ ਕਰਨ ਲਿਆ ਤੈਨੂੰ ਟਕੇਤਾ ਜਾਨ ਚੱਲ ਲਏਗੀ ਤੂੰ ਇਹਦੇ ਪਿੰਡ ਵੱਲ ਮੂੰਹ ਨਾ ਕਰੀ ਇਹਦੇ ਪਿੰਡ ਦੀ ਧਰਤੀ ਤੇਰੇ ਕੋਲੇ ਦੀਆਂ ਟਾਪਾਂ ਦੀ ਬਾਤ ਨਾ ਸੁਣੇ ਹੋਏ ਓਏ ਕੀ ਕਹਿ ਰਿਹਾ ਮਾਮੂ ਓਏ ਮਾਮਾ ਬਣ ਕੇ ਕਹਿ ਰਿਹਾ ਤੇਰੀ ਪ੍ਰੇਮੀ ਖੇਡਦੀ ਹੋਵੇ ਤੇ ਉਹਨੂੰ ਪਤਾ ਨਾ ਲੱਗਿਆ ਕਿ ਜਮਾਲਾ ਆ ਰਿਹਾ ਓਏ ਫਿਰ ਮੈਂ ਦੀ ਬਾਹ ਨੂੰ ਹੱਥ ਪਾੜ ਲਵਾਈ ਜੇ ਹਿੰਮਤ ਆਏ ਤਾਂ ਡੱਕ ਲੈ ਮੈਨੂੰ ਕੰਨ ਵੀ ਭਰ ਕੰਨ ਵੀ ਆ ਸ਼ਾਬਾਸ਼
ਗੱਲ ਸਿਰਫ ਇੰਨੇ ਸੀ ਕਿ ਸ਼ਨਾਖਤ ਕਰਾ ਦਿਆ ਇਸ ਚੋਰ ਨੂੰ, ਉਹ ਕਰਾ ਦਿੱਤੀ ਹੈ। ਜਿਹੜਾ ਬਦਲਾ ਜਮਾਲੇ ਨੇ ਤੇਰੇ ਕੋਲੋਂ ਲੈਣਾ ਤੂੰ ਕਦੀ ਸੋਚ ਵੀ ਨਹੀਂ ਸਕਦਾ ਮਾਮੂ। ਉਹ ਪਾਲਿਓ ਜਮਾਲਾ ਟਕੈਨ ਮਾਰਨ ਚੁੱਕ ਕੇ ਲੈ ਗਿਆ ਜੀ। ਉਹ ਜਮਾਲਾ ਟਕੈਨ ਮਾਰਨ ਚੁੱਕ ਕੇ ਲੈ ਗਿਆ ਜੀ। ਮਾਨ ਨੂੰ ਮੈਂ ਅਗਵਾ ਦਿੱਤਾ, ਉਹਦੇ ਨਾਲ ਹੁਣ ਮੈਂ ਜ਼ਬਰਦਸਤੀ ਵਿਆਹ ਕਰਾਂਗਾ, ਉਹਦੀ ਜ਼ਿੰਦਗੀ ਬਰਬਾਦ ਕਰ ਦਿਆਂਗਾ। ਇੱਧਰ ਆ ਓਏ, ਇੱਧਰ ਆ ਜਾ, ਬਹਾਦਰਾਂ ਦੇ ਕੋਲ ਆ ਕੇ ਚੱਕੀ ਪਾਈ ਜੀ। ਮੇਰਾ ਖਾਲਾ ਦਾ ਲੜਕਾ ਆ ਗਿਆ, ਇਸ ਗੱਲ ਮੈਂ ਜੱਫੀ ਪਾ ਲਿੱਤੀ। ਮੇਰੇ ਤੁਹਾਡੇ ਤੋਂ ਕੋਈ ਬੇਦਗਲਫੀ ਨਹੀਂ, ਮੈਂ ਤਾਂ ਗਰੀਬ ਨੂੰ ਆਣਾ ਬਸ ਚਰਚ ਪੀ ਧੋਣਾ ਸੌਂ ਜਾਣਾ। ਇਹ ਤੇ ਗੱਲਾਂ ਚੋਂ ਗੱਲਾਂ ਕਰਨੀਆਂ ਮੇਰੀ ਆਦਤ ਹੈ, ਬੇਸ਼ੱਕ ਪੁੱਛ ਲਓ ਭਰਾਵਾਂ ਨੂੰ, ਤੁਸੀਂ ਵੀ ਅਸਲ ਲੱਗ ਪਓ ਮਨ ਜੁੱਤੀਆਂ ਪਵਾਉਣੀਆਂ। ਜੱਜ ਸਾਹਿਬ ਪਿੰਡ ਵਿੱਚ ਮਾਰਾਂ ਤੇ ਹੋਰ ਵੀ ਤੇ ਆਸ਼ਿਕ ਨੇ। ਓਏ ਅਸੀਂ ਸਾਰੇ ਫੜ ਲੈਣੇ, ਬੇਸ਼ੱਕ ਕਰੋ ਤੁਸੀਂ ਜਾਗਣ ਜੁੱਤੀਆਂ ਮਾਰੋ, ਮੈਂ ਹੁਣੇ ਆਉਣਾ। ਓਏ ਇੱਧਰ ਆ ਓਏ। ਅੱਛਾ ਜੀ, ਬੰਦੂਕਾਂ ਤੇ ਥੱਲੇ ਕਰ ਲਵੋ ਤੇ ਕੀ ਜੱਗਾ ਡਾਕੂ ਫੜ ਲਿਆ ਜੇ। ਓਏ ਅੱਗੇ ਲੱਗ ਓਏ। ਸਦਕੇ ਹੋ ਗਈ, ਸਹੁਰਿਆਂ ਦੇ ਸਾਖ ਦਾ ਦੁੱਖ ਤੇ ਨਹੀਂ ਸੀ ਮੁੱਕ ਸਕਿਆ, ਪਰ ਪੇਕਿਆਂ ਦੇ ਸਾਖ ਦਾ ਦੁੱਖ ਮੁਕਾ ਦਿੱਤਾ ਹੀ ਪੈਂਦਾ। ਦੁਨੀਆਂ ਐਵੇਂ ਤੇ ਨਹੀਂ ਕਹਿੰਦੀ, ਦੋ ਵਾਰੀ ਮਾਂ ਆਖੀਏ ਤੇ ਫਿਰ ਮਾਮਾ ਬਣਦਾ ਹੈ। ਇੱਕ ਗੱਲ ਹੋਰ ਸੁਣ ਲੈ ਭੈਣ ਮੇਰੀ, ਮੇਰੇ ਕੋਲ ਵਕਤ ਬੜਾ ਥੋੜਾ, ਜਿੱਥੇ ਮੇਰੀ ਧੀ ਕਹੇ ਉੱਥੇ ਹੀ ਸ਼ਾਦੀ ਕਰੀ। ਉੱਥੇ ਕਰਾਂਗੀ ਵੀਰਵੇ। ਮਾਮਾ, ਜਿਹੜਾ ਮੇਰੀ ਮਾਂ ਦਾ ਜਵਾਈ ਹੈ ਨਾ, ਇੱਥੇ ਆਇਆ ਹੋਇਆ ਡਾਕ ਬੰਗਲੇ, ਚੱਲ ਮੈਂ ਤੈਨੂੰ ਉਹਦੇ ਨਾਲ ਮਿਲਾਵਾਂ। ਓ ਨਹੀਂ ਨਹੀਂ, ਤੂੰ ਨਹੀਂ ਜਾਣਾ, ਮੈਂ ਆਪ ਹੀ ਮਿਲ ਲਵਾਂਗਾ, ਤੇ ਖਬਰਦਾਰ ਅੱਗੋ ਤੋਂ ਇਹ ਬੁੱਧ ਬਣਾਉਣ ਦਾ ਚੱਕਰ ਵੀ ਛੱਡ ਦੇ। ਤੋਬਾ ਮਾਮਾ ਤੋਬਾ। ਚੰਗਾ ਹੋਈ, ਵਰਤੇ ਰਹੋ। ਤੁਹਾਡੀ ਭੈਣ ਚੁੱਕ ਕੇ ਲੱਗਿਆ ਚੋਰੀ ਜੀ, ਪਿੰਡ ਦੀਆਂ ਧੀਆਂ ਭੈਣਾਂ ਸਾਂਝੀਆਂ ਹੁੰਦੀਆਂ ਨੇ, ਕੀ ਤੁਹਾਡੀ ਧੀ ਭੈਣ ਕੀ ਮੇਰੀ। ਓਏ ਸਾਨੂੰ ਪਤਾ ਲੱਗਾ ਸੀ ਉਹਨਾਂ ਡਕੈਤਾਂ ਚੋਂ ਇੱਕ ਆਸ਼ਿਕ ਵੀ ਸੀ। ਚੋਰੀ ਜੀ, ਉਂਝ ਤੇ ਉਹਦਾ ਸਾਰਾ ਪਿੰਡ ਆਸ਼ਿਕ ਹੈ, ਬਾਕੀ ਜਮਾਲਾ ਡਕੈਤ ਵੀ ਉਹਨਾਂ ਪਿਆਰ ਕਰਦਾ ਸੀ ਤੇ ਉਹਨੂੰ ਵੀ ਉਹਨੇ ਬੁੱਧ ਬਣਾ ਕੇ ਖੜਾ ਕਰ ਦਿੱਤਾ। ਆਲੀ ਜਨਾਬ, ਇਤਲਾਹ ਮਿਲੀ ਹੈ ਕਿ ਡਕੈਤ ਉਸ ਕੁੜੀ ਨੂੰ ਲੈ ਕੇ ਪਿੰਡ ਵਾਪਸ ਆ ਗਿਆ। ਓਏ ਤੁਸੀਂ ਉਹਨੂੰ ਫੌਰਨ ਕਿਹੜੇ ਚ ਲੈ ਲਓ। ਚੋਰੀ ਜੀ ਮੁਬਾਰਕ ਹੋਵੇ, ਭੈਣ ਵਾਪਸ ਆ ਗਈ। ਅੱਲਾ ਪਾਕ ਦੀ ਕਸਮੇ ਸੈਮਸਨਸਨ ਕਲੈਟਨ ਕਗਰੈਨ ਕੇ, ਮੈਂ ਥਾਣੇ ਸੁਣ ਕੇ ਆਇਆ ਕਿ ਡਕੈਤ ਮਾਨ ਨੂੰ ਚੁੱਕ ਕੇ ਲੈ ਗਏ ਸਨ ਤੇ ਵਾਪਸ ਵੀ ਛੱਡ ਗਏ। ਮੈਂ ਤੇਰੇ ਤੋਂ ਚੋਰੀ ਕਗਰੈਨ ਕਗਰੈਨ ਸੈਮਸਨਸਨ ਕਲੈਟਨ, ਮੈਂ ਥਾਣੇ ਵਾਲਿਆਂ ਨੂੰ ਕਹਿਣ ਗਿਆ ਸਾ ਕਿ ਸਾਡੇ ਸਾਹਿਬ ਨਾਲ ਜਮਾਲੇ ਡਕੈਤ ਤੇ ਪਿੰਡ ਦੇ ਗੁੰਡਿਆਂ ਦਾ ਮੱਥਾ ਲੱਗ ਗਿਆ, ਸਾਡੀ ਕੁਛ ਮਦਦ ਕਰੋ। ਐਸੀ ਕੀਤਾ ਸੀ ਉਸ ਡਕੈਤ ਨੇ, ਪਹਿਲੇ ਤਾਂ ਚੂੰਡਾ ਟੁੱਟ ਗਿਆ ਸੀ, ਐਸੀ ਚੂੰਡਾ ਨਹੀਂ ਜਾਣ ਦਿਆ ਉਸ ਟਾਈਮ। ਡਾਕੂਆ ਤੂੰ? ਮੈਂ ਉਹ ਡਾਕੂ ਨਹੀਂ ਬਾਹੂ, ਮੈਂ ਤੇ ਮਾਮਾ ਵਾ ਉਸ ਧੀ ਦਾ। ਕਹਿਣ ਆਇਆ ਤੈਨੂੰ ਕਿ ਅੱਗੇ ਤੋਂ ਇਹ ਚੋਰੀ ਦੀਆਂ ਮੁਲਾਕਾਤਾਂ ਨਾ ਹੋਣ, ਤੇ ਜੇ ਪਸੰਦ ਕਰਨਾ ਉਸ ਕੁੜੀ ਨੂੰ ਤੇ ਆਪਣੇ ਬਜ਼ੁਰਗਾਂ ਨੂੰ ਭੇਜ ਕੇ ਰਿਸ਼ਤਾ ਮੰਗ। ਉਹ ਐਸਾ ਹੀ ਹੋਏਗਾ ਮਾਮਾ ਜੀ। ਬਸ ਫਿਰ ਅਸੀਂ ਤੇਰੇ ਨੌਕਰ ਹਾਂ,
ਲੈ ਹੁਣ ਸ਼ੌਕ ਨਾਲ ਗੋਲੀ ਮਾਰ। ਨਹੀਂ ਮਾਮਾ ਜੀ। ਇਹ ਕੌਣ ਆ ਰਿਹਾ? ਉਹ ਪੁਲ ਸੋਣੀ ਹੈ। ਫਿਰ ਤੁਸੀਂ ਚਾਹੋ ਮਾਮਾ ਜੀ ਤੇ ਇਹ ਦੋ। ਅੱਛਾ ਬਾਈ ਵਕਤ ਹੈ। ਠੀਕ ਹੈ ਬੇਬੇ, ਮਾਂ ਇਹਦੀ ਪਾਗਲ ਹੋਣੀ ਹੈ, ਪਾਗਲਖਾਨੇ ਸੀਗੀ। ਹੈ ਵਿਚਾਰੇ ਨੂੰ ਕੀ ਪਤਾ, ਤੂੰ ਤਾਂ ਵਕੀਲਾਂ ਵਾਂਗੂ ਜਿਹੜਾ ਸ਼ੁਰੂ ਕਰ ਦਿੱਤੀ ਹੈ। ਠੀਕ ਹੈ ਵਾਜਿਦ ਬਾਓ, ਤੂੰ ਆਪਣੇ ਵਾਲਦ ਸਾਹਿਬ ਨੂੰ ਭੇਜ ਦੇ। ਅੱਛਾ ਮਾਂ ਜੀ। ਅੱਛਾ ਮਾਂ ਜੀ, ਸਲਾਮ ਅਲੈਕੁਮ। ਸਮਝ ਮਾਂ ਮਰੀ ਵੀ ਨਹੀਂ, ਪਤਾ ਵੀ ਨਹੀਂ ਕਿਧਰੇ। ਇਹਦੀ ਮਾਂ ਵੀ ਤੇ ਮਾਣੋ ਦੇ ਪਿਓ ਵਾਂਗੂ ਲਾਪਤਾ ਨਾ ਹੋ ਗਈ ਹੋਵੇ। ਤੇ
ਕਹਿੰਦੇ ਨੇ ਕੱਲ ਕਦੀ ਨਹੀਂ ਆਇਆ ਅੱਛਾ ਅੱਜ ਕੀ ਵਾਰ ਹਫਤਾ ਇਤਵਾਰ ਦੀ ਸ਼ਾਮ ਨੂੰ ਮੈਂ ਤੇ ਮੇਰੇ ਵਾਲਿਦ ਸਾਹਿਬ ਇੱਥੇ ਹੋਵਾਂਗੇ ਚੰਗਾ ਅੱਲਾਹ ਹਾਫਿਜ਼ ਹੀਰ ਅੱਖੀਆਂ ਫੈਕ ਰਹੇ ਸਿਲਕੈਨ ਜ਼ੁਲਫਾਂ ਸੈਕਰੇ ਟਿਲਕ ਲਿਕ ਲਿਕ ਲੈਣ ਫਿਕਰੈਨ ਸਿਲਕਾ ਸਕਨੀ ਜ਼ਿਲਕ ਲੈਕਨ ਕਿਲ ਕਿਲ ਲੈਕਨ ਕਿਲ ਕਿਲ ਕਰੈਨ ਕਿਲਕ ਨੈਨਾ ਸੈਕਰੈ ਟਿਲ ਕਿਲ ਕਿਲ ਲੈਨਾ ਫਿਕਰੈਨ ਤਿਲਕਾ ਉੱਥੇ ਉਹਨੂੰ ਹੀਰ ਮਿਲ ਗਈ ਤੁਹਾਡੇ ਬਨੌਟੀ ਰਾਂਝੇ ਓ ਆਹੋ ਸ਼ਮਸ਼ੀਰ ਘਬਰਾ ਕਿਉਂ ਗਈ ਹੋ ਦੱਸੋ ਨਾ ਵੀ ਮੈਨੂੰ ਵੀ ਅਗਰ ਤੁਸੀਂ ਰਾਂਝੇ ਦੀ ਵਰਦੀ ਪਵਾ ਦਿਓ ਔਰ ਤੁਹਾਡੇ ਚੋਂ ਕੋਈ ਹੀਰ ਬਣ ਜਾ ਤੂੰ ਬਣ ਜਾ ਤੂੰ ਬਣ ਜਾ ਤੂੰ ਬਣ ਜਾ ਕੋਈ ਵੀ ਬਣ ਜਾ ਮੈਨੂੰ ਤੇ ਤੁਹਾਡੇ ਸਾਰੇ ਚੋਂ ਹਰ ਇੱਕ ਕਬੂਲ ਮਜ਼ਾਕ ਨਾ ਕਰ ਹਾਮੀ ਮੇਰੇ 25-30 ਰੁਪਏ ਲੱਗਣੇ ਨਾਲ ਚ ਗੱਲ ਪਾਣ ਡਈ ਮੈਨੂੰ ਇਹ ਦੱਸ ਕਿ ਉਹ ਪੇਂਡੂ ਹੀਰ ਮੇਰੇ ਨਾਲੋਂ ਜ਼ਿਆਦਾ ਖੂਬਸੂਰਤ ਹੈ ਤੇ ਮੇਰੇ ਕੋਲੋਂ ਨਾ 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 ਤੇਰੇ ਕੋਲੋਂ ਤੂੰ ਤਾਂ ਐਡੀ ਮਹਿੰਗੀ ਅਗਰਬੱਤੀ ਤੇਰੇ ਕੋਲ ਕਿਸ ਤਰ੍ਹਾਂ ਖੂਬਸੂਰਤ ਹੋ ਸਕਦੀ ਹੋ ਤੇ ਤੇਰੀ ਤਾਂ ਜੋੜ ਹੀ ਕੋਈ ਨੀ ਐਡੀ ਤੂੰ ਬਰਫਾਨੀ ਹੀਰ ਖੰਭਾ ਨੀ ਉਹ ਵੀ ਵੈਸੇ ਬਦਸੂਰਤ ਨਹੀਂ ਕਬੂਲ ਸੂਰਤ ਹੈ ਮਿੱਠਾ ਮਿੱਠਾ ਗੰਦਮੀ ਰੰਗੋਰਾ ਖੂਬਸੂਰਤ ਸੋਹਣੇ ਸੋਹਣੇ ਨੈਣ ਨਕਸ਼ ਅਜੀਬ ਜਿਹਾ ਹਿਸਾਬ ਹੈ ਉਹਦਾ ਮਗਰ ਇੱਕ ਗੱਲ ਹੈ ਕਿ ਹੁਣ ਤੇ ਵਾਜਿਦ ਨੇ ਆਪਣੇ ਪਿਓ ਨੂੰ ਤੇ ਮਾਂ ਨੂੰ ਨਾਲ ਲਿਜਾ ਕੇ ਰਿਸ਼ਤੇ ਦੀ ਗੱਲ ਪੱਕੀ ਕਰਨ ਜਾਣ ਪੇਂਡੂ ਰਿਸ਼ਤਾ ਉਹਦੇ ਵਾਲੇ ਸਭ ਮੰਨ ਜਾਣਗੇ ਕਦੇ ਨੀ ਮੰਨ ਸਕਦੇ ਉਹਨਾਂ ਤੇ ਔਰਤ ਜ਼ਾਤ ਕੋਲੋਂ ਬਦਲਾ ਲੈਣ ਦੀ ਕਸਮ ਖਾਧੀ ਹੋਈ ਹੈ ਉਹ ਸ਼ਾਦੀ ਕਿਸ ਤਰ੍ਹਾਂ ਕਰਨਗੇ ਤੇ ਕੀ ਪਤਾ ਉਹਦੇ ਪਿਓ ਦਾ ਗੈਟਅਪ ਜਿਹੜਾ ਫੈਂਸਨਸਨ ਕਲੈਟਨ ਕਕਰੈਨ ਮੈਨੂੰ ਕਰਨਾ ਪਵੇ ਤੇ ਤੁਹਾਡੇ ਚੋਂ ਇੱਕ ਅੱਧੀ ਉਹਦੀ ਮਾਂ ਬਣਾ ਕੇ ਤੇ ਨਾਲ ਲਿਜਾਣਾ ਪਵੇ ਉਹਦੀ ਮਾਂ ਵੀ ਤੇ ਤੁਹਾਡੇ ਅੰਗਰ ਵਾਰਾ ਫਿਰਨ ਵਾਲੀ ਔਰਤ ਸੀ ਨਾ ਜ਼ਲੀਲ ਕਮੀਨੀਆ ਸਾਨੂੰ ਉਹਦੀ ਮਾਂ ਵਰਗਾ ਸਮਝਦੇ ਉਹਦੀ ਮਾਂ ਵਰਗੀ ਤਾਂ ਖੁਦਾ ਕਰੇ ਕਿਸੇ ਦੁਸ਼ਮਣ ਦੀ ਮਾਂ ਵੀ ਨਾ ਹੋਵੇ ਜਿਹਨੇ ਖਾਮਦ ਦਾ ਖਾਨਾ ਖਰਾਬ ਕੀਤਾ ਹੈ ਤੇ ਪੁੱਤਰ ਦੀ ਲਾਸ਼ ਤਬਾਹ ਕਰ ਦਿੱਤੀ ਹੈ ਤੇ ਤੂੰ ਸਾਨੂੰ ਫਿਰ ਵੀ ਉਹਦੀ ਮਾਂ ਵਰਗਾ ਸਮਝਦੇ ਸ਼ਹਿਰ ਦੇ ਪੁਰਾਣੇ ਲੋਕ ਜਦੋਂ ਕਿਸੇ ਆਵਾਰਾ ਫੈਸ਼ਨੇਬਲ ਤੇ ਬੇਵਫਾ ਔਰਤ ਦਾ ਨਾਂ ਲੈਂਦੇ ਨੇ ਤੇ ਮੇਰੀ ਬੀਵੀ ਦਾ ਨਾਂ ਆਉਂਦਾ ਹੈ ਤੇ ਜਦੋਂ ਕਿਸੇ ਲੋਫਰ ਲੱਚਰ ਤੇ ਚੱਕਰਬਾਜ਼ ਮਰਦ ਦਾ ਨਾਂ ਲੈਂਦੇ ਨੇ ਤੇ ਉਸ ਲੜਕੀ ਦੇ ਬਾਪ ਦਾ ਨਾਂ ਆਉਂਦਾ ਹੈ ਜਿਹਨੇ ਮੇਰੇ ਘਰ ਵਾਂਗਰ ਕਈ ਅੱਛੇ ਘਰਾਂ ਦੀਆਂ ਔਰਤਾਂ ਨੂੰ ਘਰਾਂ ਦੇ ਰਿਸ਼ਤੇ ਭੁਲਾ ਦਿੱਤੇ ਤੇ ਮਾਨੋ ਦਾ ਬਾਪ ਮੇਰੀ ਮਾਂ ਵਾਂਗਰ ਅੱਛਾ ਆਦਮੀ ਨਹੀਂ ਸੀ ਡੈਡੀ ਉਹ ਲੜਕੀ ਬਹੁਤ ਅੱਛੀ ਉਹਦੀ ਮਾਂ ਅੱਛੀ ਹੋ ਸਕਦੀ ਹੈ ਮੇਰੀ ਵਜ੍ਹਾ ਨਾਲ ਲੋਕ ਤੈਨੂੰ ਵੀ ਅੱਛਾ ਲੜਕਾ ਕਹਿੰਦੇ ਹੋਣਗੇ ਮੇਰਾ ਅਹਿਸਾਨ ਮਨ ਵਾਜਿਦ ਬੇਟੇ ਕਿ ਮੈਂ ਤੇਰੀ ਮਾਂ ਦਾ ਸਾਇਆ ਵੀ ਤੇਰੇ ਤੇ ਨਹੀਂ ਪਹਿਨ ਦਿੱਤਾ ਇਹ ਤੇ ਮੈਂ ਬੜੀ ਦੇਰ ਤੋਂ ਮੰਨ ਚੁੱਕਾ ਡੈਡੀ ਪਰ ਤੁਹਾਡੀ ਵਜ੍ਹਾ ਨਾਲ ਬੁਰੇ ਵਕਤ ਦਾ ਸਾਇਆ ਮੇਰੇ ਤੱਕ ਜ਼ਰੂਰ ਪਹੁੰਚ ਜਾਏਗਾ ਤੂੰ ਚਾਹੁੰਦਾ ਕੀ ਹੈ ਵਾਜਿਦ ਮੈਂ ਤੁਹਾਡੇ ਅੰਦਰੋਂ ਉਸ ਮਾਂ ਨੂੰ ਜਗਾਉਣਾ ਚਾਹੁੰਦਾ ਕਿਨੇ ਅੱਜ ਤੱਕ ਮੈਨੂੰ ਮਾਂ ਨੇ ਯਾਦ ਆਣ ਦਿੱਤੀ ਤੇ ਮੈਂ ਉਸ ਮਾਂ ਨੂੰ ਕਹਿਣਾ ਚਾਹੁੰਦਾ ਕਿ ਡੈਡੀ ਮੇਰੇ ਕੋਲ ਉਹਦੀ ਜ਼ਿੰਦਗੀ ਖੋ ਲੈਣਾ ਚਾਹੁੰਦੇ ਨੇ ਜਿਹਦਾ ਨਾਂ ਪਿਆਰ ਹੈ ਵਾਜਿਦ ਮੈਂ ਮਾਂ ਦੀ ਹੈਸੀਅਤ ਨਾਲ ਤੈਨੂੰ ਮਸ਼ਵਰਾ ਦਿੰਦਾ ਕਿ ਪਿਆਰ ਅੱਛੇ ਖੂਨ ਦੀ ਪੈਦਾਵਾਰ ਹੀ ਨਿਭਾ ਸਕਦੀ ਹੈ ਬੁਰੇ ਖੂਨ ਵਿੱਚ ਵਫਾ ਨਹੀਂ ਹੁੰਦੀ ਤੁਸੀਂ ਫਿਰ ਬਾਪ ਬਣ ਕੇ ਜਵਾਬ ਦੇ ਰਹੇ ਹੋ ਡੈਡੀ
मैं एक बाप दे दो टुकड़े कर ही मां बाप बनाए सन वाजिद। फिर उस बुरी मां ते बुरे बाप का पता दस दियो जिहड़ी साडी दो जिंदगियां च दीवार बन रहे ने। मैं वो दोवें दीवारां उड़ा लेना चाहना। अजे वो वक्त नहीं आया वाजिद। मेरे ते मौत नालों भी बुरा वक्त है डैडी। खुदा दे वास्ते दस दियो उस साडी खुशियां दे कातिल मफरूर छुप के बैठे हुए किथे ने। मैं उन्हां नूं उत्थे उत्थे जाके गोलियां मारांगा। असीं उन्हां नूं गोलियां नहीं मारांगे वाजिद, इसलिए कि वह इन्नी बुरी मौत मर चुके ने कि बाप बेटे नूं नहीं मिल सकता ते मां बेटे नूं नहीं मिल सकती। वो जिंदा भी मोए हुए लगे फिरते ने, जिंदा लाशा। जिंदा लाशा तुसा हर बेहर दुरुस्त करवाए शेख साहब। तू ना अच्छी बीवी बन सकी ते ना ही अच्छी मां। मैनू दस कयामत वाले दिन जदों औलाद नूं मां दे नां ते उठाया जाएगा ते तू कह सकेंगी कि वाजिद तेरा पुत्र है? नहीं कह सकेंगी। जलील औरत कभी नहीं कह सकेंगी। मर जा शनाज, मर जा। हेलो, लड़ाई झगड़ा हो गया तो असी बेगम नू बुरी तरह चाहते आख्या के साडे कोल एक होर भी बेगम है जिथे असी रात बड़े सुकून नाल गुजार सकते। कोई विस्की वगैरह शहनाज? शहनाज आज तू इतनी ज्यादा पी ली है कि तेनू अपने गहरे दोस्त की भी शनाखत नहीं रही। ओए जलील कमीने, खुद घर दोस्तों अपने घर दी नचाके दिखा कर मेरा घर भी नहीं रहन दिता। शनाज तेनू की हो गया? खुदा दी कसम मैं ते अपनी बेगम ना सिर्फ इसलिए झगड़ा किया है कि वो मेरे बच्चों का ख्याल नहीं सी करती। मेरा एहसान मन वाजिद बेटे कि मैं तेरी मां का साया भी तेरे ते नहीं पहन दिता। जिस बेगम ने तेरे बच्चों का ख्याल नहीं रखा तू उसे मैंने गोली क्यों नहीं मार दी? तू उन्हें जिंदा छोड़ के किसी दूसरे होटल विच गोशनाथ का कमरा बात करा ले उन्हें जिंदा क्यों छोड़ा है? आज मेरा ख्याल है तुम्हारा मूड बिल्कुल लाभ सॉरी निकल जाते लिए कमीने और ऐसे वक्त जाके अपनी बेगम सॉरी कहो नहीं तो वो घरों निकल गई ते फिर शनाज की तरह कभी कार वापस नहीं जाएगी। निकल जा। लाइट ध्यान कर। मैं चिट्टे दिन अंधेरे करके अंधेरे में गुम होके मर जाना चाहता। पर क्यों बाचित? मेरी जिंदगी की रोशनी खो दी गई। समझ ले कि मेरे जिंदा रहने की आस भी मर गई है। वो की सोचती होगी जिद नाल वादा करके मैं हम तक नहीं पहुंचा। नी तू ओ होये ना जिन्हें
ਕਰ ਕਰ ਪਾਏ ਪੁਆੜੇ ਕਈਆਂ ਗੱਭਰੂਆਂ ਨੂੰ ਤੂੰ ਲੁੱਟਿਆ ਕਈਆਂ ਦੇ ਦਿਲ ਸਾੜੇ ਮਰਦਾਂ ਨੂੰ ਮੁਟਿਆਰੇ ਪੁੱਤ ਬਣਾਉਂਦੀ ਸੈਂ ਹਾਏ ਮੱਛੀ ਵਾਂਗਰ ਆਪ ਤਿਲਕਦੀ ਜਾਂਦੀ ਸੈਂ ਮਰਦਾਂ ਨੂੰ ਮੁਟਿਆਰੇ ਪੁੱਤ ਬਣਾਉਂਦੀ ਸੈਂ ਹਾਏ ਮੱਛੀ ਵਾਂਗਰ ਆਪ ਤਿਲਕਦੀ ਜਾਂਦੀ ਸੈਂ ਅੱਜ ਮਰਦ ਬਣਾ ਗਿਆ ਤੈਨੂੰ ਪੁੱਤ ਮੁਟਿਆਰੇ ਨੀ ਮਰਦਾਂ ਨੂੰ ਮੁਟਿਆਰੇ ਪੁੱਤ ਬਣਾਉਂਦੀ ਸੈਂ ਹਾਏ ਮੱਛੀ ਵਾਂਗਰ ਆਪ ਤਿਲਕਦੀ ਜਾਂਦੀ ਸੈਂ ਅੱਜ ਮਰਦ ਬਣਾ ਗਿਆ ਤੈਨੂੰ ਪੁੱਤ ਮੁਟਿਆਰੇ ਨੀ ਮਰਦਾਂ ਨੂੰ ਮੁਟਿਆਰੇ ਪੁੱਤ ਬਣਾਉਂਦੀ ਸੈਂ ਉਹ ਮੁਟਿਆਰੇ ਪਾਕੀਏ ਨਾਰੇ ਸੱਜਣ ਮੈਂ ਦਿੱਲੀ ਤੇਰਾ ਤੈਨੂੰ ਇਹ ਸਭ ਛਾਂਦਾ ਕਰਦੇ ਸੀ ਨਾਲ ਪਿਆਰ ਨਾ ਪਾਏ ਜਾ ਕੇ ਮੁੜ ਨਹੀਂ ਆਂਦਾ ਮੈਂ ਸੱਜਣ ਮੈਂ ਦਿੱਲੀ ਤੈਨੂੰ ਇਹ ਸਭ ਛਾਂਦਾ ਕਰਦੇ ਸੀ ਨਾਲ ਪਿਆਰ ਨਾ ਪਾਏ ਜਾ ਕੇ ਮੁੜ ਨਹੀਂ ਆਂਦਾ ਜ਼ਰਾ ਖਲੋ ਕੇ ਬਾਕੀ ਨਾਰੇ ਨੀ ਮਰਦਾਂ ਨੂੰ ਮੁਟਿਆਰੇ ਪੁੱਤ ਬਣਾਉਂਦੀ ਸੈਂ ਹਰ ਮੱਛੀ ਵਾਂਗਰ ਆਪ ਤਿਲਕਦੀ ਜਾਂਦੀ ਸੈਂ ਉਹ ਮੁਟਿਆਰੇ ਬਾਕੀ ਨਾਰੇ ਆਪਣਿਆਂ ਨੂੰ ਖਾਰਾ ਦੇਵੇ ਗੈਰਾਂ ਨੂੰ ਗੱਲਾਂ ਮੈਂ ਉਹ ਨਾ ਮਿਲੇ ਤੇ ਦੋਵੇਂ ਅੜੀਏ ਸਾਨੂੰ ਮਿਲਣ ਨਾ ਆਪਣਿਆਂ ਨੂੰ ਖਾਰਾ ਦੇਵੇ ਗੈਰਾਂ ਨੂੰ ਗੱਲਾਂ ਮੈਂ ਉਹ ਨਾ ਮਿਲੇ ਤੇ ਦੋਵੇਂ ਅੜੀਏ ਸਾਨੂੰ ਮਿਲਣ ਨਾ ਉਸ ਨਹੀਂ ਆਉਣਾ ਨੀ ਤੂੰ ਝੂਠੇ ਲਾਰੇ ਨੀ ਮਰਦਾਂ ਨੂੰ ਮੁਟਿਆਰੇ ਪੁੱਤ ਬਣਾਉਂਦੀ ਸੈਂ ਹਾਏ ਮੱਛੀ ਵਾਂਗਰ ਆਪ ਤਿਲਕਦੀ ਜਾਂਦੀ ਸੈਂ ਉਹ ਮੁਟਿਆਰੇ ਬਾਕੀਏ ਨਾਰੇ ਨੀ ਨਾਰਾਜ਼ ਹੈ ਸਾਡੇ ਨਾਲ ਜੀ
ਤੁਹਾਡੀ ਸਾਡੀ ਕੀ ਨਾਰਾਜ਼ਗੀ ਹੋਣੀ? ਗੱਲ ਤੇ ਸਿਰਫ ਇੰਨੀ ਹੈ ਨਾ ਕਿ ਅਸੀਂ ਦੋਵੇਂ ਚੋਰ ਹਾਂ ਤੇ ਉਸ ਚੋਰੀ ਨੂੰ ਛੁਪਾ ਕੇ ਇੱਕੋ ਜਗ੍ਹਾ ਬੈਠੇ ਹੋਏ ਤੇ ਕਦੀ ਕਦੀ ਮਿਲ ਵੀ ਲੈਂਦੇ ਹਾਂ। ਬਦਰ, ਤੂੰ ਚਾਹਵੇਂ ਤੇ ਸਾਡੇ ਗੁਨਾਹਾਂ ਦੀ ਤਲਾਸ਼ੀ ਹੋ ਸਕਦੀ ਹੈ। ਸਾਡੇ ਗੁਨਾਹ ਨਾ ਕਾਬਿਲ ਤਲਾਫੀ ਨੇ ਮੈਡਮ। ਮੇਰਾ ਮਤਲਬ ਹੈ ਕੁਛ ਆਪਣੇ ਜ਼ਮੀਰ ਵੱਲੋਂ ਤੇ ਸੁਰਖਰੂ ਹੋ ਜਾਵਾਂਗੇ। ਤੂੰ ਚਾਹਵੇਂ ਤੇ ਹੋ ਸਕਦਾ ਹੈ। ਮੈਂ ਚਾਹਵਾਂ ਤੇ ਹੋ ਸਕਦਾ ਹੈ। ਹਾਂ ਬਦਰ, ਤੁਹਾਨੂੰ ਇਹ ਸੁਣ ਕੇ ਹੈਰਤ ਹੋਵੇਗੀ ਮੈਡਮ, ਜਦੋਂ ਮੈਂ ਸ਼ੇਖ ਸਾਹਿਬ ਨਾਲ ਆਪਣੀ ਧੀ ਤੇ ਤੁਹਾਡੇ ਪੁੱਤਰ ਵਾਜਿਦ ਦੀ ਗੱਲ ਕੀਤੀ ਤੇ ਉਹਨਾਂ ਨੇ ਤੁਹਾਡਾ ਹਵਾਲਾ ਦੇ ਕੇ ਕਿਹਾ ਕਿ ਮੈਂ ਤੁਹਾਨੂੰ ਗੁਮਰਾਹ ਕੀਤਾ, ਮੈਨੂੰ ਧੱਕੇ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ ਤੇ ਕਹਿਣ ਲੱਗੇ ਇੱਕ ਨੀਚ ਕਮੀਨੇ ਫਰੇਬੀ ਤੇ ਦਾਬਾਸ ਦਾ ਖੂਨ ਕਦੇ ਵੀ ਸਹੀ ਖੂਨ ਨਹੀਂ ਹੋ ਸਕਦਾ। ਬਦਰ, ਤੂੰ ਵਾਜਿਦ ਦੇ ਪਿਓ ਨੂੰ ਮਿਲ ਕੇ ਆਇਆ ਤੇ ਮਾਯੂਸ ਵੀ ਹੋ ਗਿਆ। ਹੁਣ ਮੈਨੂੰ ਇਜਾਜ਼ਤ ਦੇ ਤੇ ਆਪਣੇ ਘਰ ਦਾ ਪਤਾ ਦੱਸ, ਵਾਜਿਦ ਦਾ ਰਿਸ਼ਤਾ ਮੰਗਣ ਮੈਂ ਜਾਵਾਂਗੀ। ਚਲੇ ਜਾਓ, ਮੈਨੂੰ ਕੀ ਇਨਕਾਰ ਹੈ, ਪਰ ਇਸ ਤਰ੍ਹਾਂ ਲੱਗਦਾ ਹੈ ਜਿੰਨੇ ਕੁ ਧੱਕੇ ਮੈਨੂੰ ਧੀ ਦਾ ਵਿਓ ਬਣ ਕੇ ਤੁਹਾਡੇ ਘਰੋਂ ਪਏ ਨੇ ਉਸ ਤੋਂ ਵੱਧ ਤੁਹਾਨੂੰ ਵੱਜਣਗੇ। ਕੁਝ ਵੀ ਸੀ, ਮੈਨੂੰ ਯਕੀਨ ਹੈ ਮੈਂ ਰਿਸ਼ਤਾ ਫਿਰ ਵੀ ਲੈ ਕੇ ਆਵਾਂਗੀ। ਇਹਦੇ ਚ ਕੋਈ ਸ਼ੱਕ ਨਹੀਂ ਕਿ ਤੁਸੀਂ ਮੈਨੂੰ ਆਪਣੇ ਘਰ ਵਿੱਚ ਵੇਖ ਕੇ ਹੈਰਾਨ ਹੋਏ, ਪਰ ਮੈਂ ਤੁਹਾਡੀ ਪਰੇਸ਼ਾਨੀ ਹੁਣੇ ਦੂਰ ਕਰ ਦੇਣੀ ਆ। ਮੈਂ ਵਾਜਿਦ ਦੀ ਵਾਲਦਾ ਹਾਂ। ਮਾਂ, ਮਰ ਕੀ ਗਈ ਆ? ਜੀ ਪਤਾ ਨਹੀਂ। ਤੁਸੀਂ ਸੁਣ ਕੇ ਚੁੱਪ ਕਿਉਂ ਕਰ ਗਏ? ਪਰ ਪਾਓ, ਪੁੱਤਰ ਨੇ ਤੇ ਆਖਿਆ ਸੀ ਉਹਨੂੰ ਮਾਂ ਦਾ ਪਤਾ ਹੀ ਨਹੀਂ, ਉਹਦੇ ਵਾਲਦ ਸਾਹਿਬ ਵੀ ਆਉਂਦੇ ਤੇ ਉਹਨਾਂ ਨੂੰ ਇਹ ਕਹਿਣਾ ਸੀ। ਪਤਾ ਨਹੀਂ, ਜਿਸ ਮਾਂ ਦੇ ਪੁੱਤਰ ਨੂੰ ਨਹੀਂ ਪਤਾ, ਜਿਸ ਬੀਵੀ ਦੇ ਖਾਣ ਨੂੰ ਇਲਮ ਨਹੀਂ, ਉਹ ਖਾਣ ਦੀ ਬੀਵੀ ਤੇ ਪੁੱਤਰ ਦੀ ਮਾਂ ਦਾ ਹੱਕ ਲੈ ਕੇ ਕਿਉਂ ਆਈ ਹੈ? ਪੁੱਛ ਸਕਦੀ ਆ? ਔਰਤ ਹੈ, ਇੱਕ ਔਰਤ ਦੀ ਹਸੀਅਤ ਵਿੱਚ ਅਰਜ਼ ਕਰਨ ਆਈ ਆ ਕਿ ਮੁੱਦਤ ਦਈਏ, ਮੈਂ ਬੁਰੇ ਵਕਤ ਨੇ ਇਹਨਾਂ ਦੋਵਾਂ ਰਿਸ਼ਤਿਆਂ ਤੋਂ ਮੈਨੂੰ ਅਲੱਗ ਕਰ ਦਿੱਤਾ ਸੀ, ਤੇਰੇ ਕੋਲ ਅਰਜ਼ ਲੈ ਕੇ ਆਈ ਆ। ਜੇ ਤੂੰ ਰਿਸ਼ਤੇ ਦੀ ਹਾਂ ਕਰ ਦੇ ਤੇ ਇੱਕ ਰਿਸ਼ਤੇ ਦੇ ਨਾਲ ਮੇਰੇ ਦੋਵੇਂ ਰਿਸ਼ਤੇ ਮਿਲ ਸਕਦੇ ਨੇ। ਬੇਗਮ ਸਾਹਿਬਾ, ਇੱਕ ਰਿਸ਼ਤਾ ਸਾਡੇ ਘਰ ਨਾਲੋਂ ਵੀ ਟੁੱਟ ਗਿਆ ਹੈ ਤੇ ਉਹ ਮੇਰੀ ਧੀ ਦੇ ਪਿਓ ਤੇ ਮੇਰੇ ਖਾਨ ਦਾ ਰਿਸ਼ਤਾ ਸੀ। ਮੈਨੂੰ ਤੇ ਤੂੰ ਕੋਈ ਉਹਦੇ ਜਾਣਨ ਵਾਲੀ ਲੱਗਣੀ ਹੈ। ਆਹੋ, ਬਦਰ ਵੀ ਮੇਰੇ ਕੋਲ ਹੀ ਰਹਿੰਦਾ ਤੇ ਫਿਰ ਨਿਕਲ ਜਾ ਮੇਰੇ ਸ਼ਰਮਾ ਵਾਲੇ ਵਿਹੜੇ ਚੋਂ ਤੇ ਚਲੀ ਜਾ ਉਸ ਬੇਗੈਰਤ ਬੇਦਰਦ ਬੇਕਦਰੇ ਕੋਲ ਜਿਹਨੇ ਤੈਨੂੰ ਮੇਰੇ ਕੋਲ ਭੇਜਿਆ ਹੈ ਤੇ ਉਹਨੂੰ ਕਹੀ ਤੂੰ ਮੈਂ ਆਪਣੀ ਧੀ ਦਾ ਰਿਸ਼ਤਾ ਉਹਦੇ ਵੱਲ ਕਦੇ ਨਹੀਂ ਕਰਾਂਗੀ। ਇਹਦਾ ਨਾਂ ਲੈਣਾ ਸ਼ਰੀਫ ਘਰਾਂ ਚ ਨੇਕ ਔਰਤ ਗੱਲ ਹੀ ਸਮਝ। ਜੇ ਤੂੰ ਡੋਲੀ ਚ ਨਾ ਬੈਠੀ ਤੇ ਜਨਾਜ਼ਾ ਵੀ ਉੱਠ ਸਕਦਾ ਹੈ। ਪਰ ਕਿਉਂ ਮਾਂ, ਮੇਰਾ ਗੁਨਾਹ ਕੀ ਹੈ? ਮੇਰਾ ਗੁਨਾਹ ਕੀ ਸੀ? ਜਿਹਨੂੰ ਤੇਰੀ ਮਾਂ ਬਣਨ ਦੀ 20 ਸਾਲ ਸਜ਼ਾ ਦਿੱਤੀ ਗਈ ਹੈ, ਸਜ਼ਾ ਦੇਣ ਵਾਲੇ ਉਹੀ ਜ਼ਾਲਿਮ ਅੱਜ ਤੈਨੂੰ ਆਪਣਾ ਹੱਕ ਸਮਝ ਕੇ ਮੇਰੇ ਕੋਲੋਂ ਖੋ ਲੈਣ। ਇਸ ਤੋਂ ਬਿਹਤਰ ਨਹੀਂ ਕਿ ਮੈਂ ਤੈਨੂੰ ਆਪਣਾ ਹੱਕ ਸਮਝ ਕੇ ਆਪਣੀ ਮਰਜ਼ੀ ਨਾਲ ਟੋਰਾਂ? ਤਿਆਰੀ ਕਰਨੀ, ਮੈਂ ਤੈਨੂੰ ਜੁੰਮੇ ਨਾਲ ਵਿਆਹਾਂ। ਮਾਂ, ਕੋਈ ਗੱਲ ਨਹੀਂ ਕਰਾਂਗੀ। ਹਾਂ, ਮੈਨੂੰ ਪਤਾ ਸੀ ਤੂੰ ਜ਼ਰੂਰ ਆਏ। ਤੇ ਫਿਰ ਤੈਨੂੰ ਇਹ ਵੀ ਪਤਾ ਹੋਵੇਗਾ ਕਿ ਮੈਂ ਤੇਰੇ ਕੋਲ ਕਿਉਂ ਆਈ ਹਾਂ। ਇਹ ਦੱਸਣ ਲਈ ਆਈ ਹੈ ਕਿ ਤੂੰ ਅੱਜ ਤੱਕਰ ਹਰ ਬੰਦੇ ਨੂੰ ਬੁੱਤ ਬਣਾਉਂਦੀ ਰਹੀ ਹੈ ਤੇ ਅੱਜ ਤੈਨੂੰ ਕੋਈ ਬੁੱਤ ਬਣਾ ਗਿਆ। ਸਿਰਫ ਬੁੱਤ ਹੀ ਨਹੀਂ ਬਣਾ ਗਿਆ ਜੁੰਮਿਆ। ਤੇ ਫਿਰ ਇਹ ਕਿਉਂ ਨਹੀਂ ਕਹਿੰਦੀ ਕਿ ਬਾਉ ਤੈਨੂੰ ਆਪਣੇ ਬੱਚੇ ਦੀ ਮਾਂ ਬਣਾ? ਆਪਣੀ
ਜਿੰਦੀ ਜ਼ੁਬਾਨ ਚੋਂ ਕੱਢੇ ਹੋਏ ਲਫ਼ਜ਼ ਵਾਪਸ ਲੈ। ਸੁਣ, ਉਹ ਬਾਹੂ ਮੇਰੀ ਮੁਹੱਬਤ ਦਾ ਨਾਮ ਮੋਹ ਬਣਾ ਗਿਆ ਤੇ ਯਾਦ ਰੱਖ, ਮਾਰੋ ਇਸ ਕਾਰੀ ਜਿਉਂਦੀ ਨਹੀਂ, ਮਰ ਕੇ ਆ ਸਕਦੀ ਹੈ। ਮਰ ਮਾਤ ਮੁਹੱਬਤ ਹਰ ਮੁਟਿਆਰ ਦੇ ਮੂੰਹ ਇਹੋ ਸੁਣਦੇ ਆਇਆ। ਮਾਣਾ ਇਹਦਾ ਨਾਂ ਹੀ ਮੌਤ। ਮਰ ਕੇ ਤੂੰ ਵਿਖਾ ਦੇ ਤੇ ਮੈਂ ਤੇਰੀ ਜ਼ਿੰਦਗੀ ਦੇ ਨਾਲ ਵਾਅਦਾ ਕਰ, ਤੇਰੇ ਮਰਨ ਦੇ ਬਾਅਦ ਮੈਨੂੰ ਕਸਮੇ ਪੈਦਾ ਕਰਨ ਵਾਲੇ ਦੀ ਤੇਰੇ ਜਨਾਜ਼ੇ ਨੂੰ ਮੋਟਾ ਭਰਾ ਬਣ ਕੇ ਦਿਆਂਗਾ। ਤੇ ਫੇਰ ਸੱਚ ਬਿਸਮਿਲਾ, ਮੁਹੱਬਤ ਦੀ ਅਸਮੈਸ਼ ਤੇ ਖਬਰੇ ਕਿਸ ਦਿਨ ਹੋਣੀ ਹੈ? ਪਰ ਅੱਜ ਇੱਕ ਭਰਾ ਨੇ ਭੈਣ ਨੂੰ ਅਜ਼ਮਾਇਆ ਤੇ ਲੈ ਫਿਰ ਵੀਰ ਵੇ, ਮੇਰੇ ਮਰਨ ਤੋਂ ਬਾਅਦ ਮੇਰੇ ਜਨਾਜ਼ੇ ਨੂੰ ਮੋਢਾ ਜ਼ਰੂਰ ਦੇ। ਚੁੰਮਿਆ ਭੈਣ ਮੇਰੀ, ਤੂੰ ਜਿੱਤ ਗਈ ਤੇ ਮੈਂ ਹਾਰ ਗਿਆ, ਸਮਝ ਗਈ ਨਾ? ਹੁਣ ਮੈਂ ਤੇਰੀ ਡੋਲੀ ਨੂੰ ਮੋਢਾ ਭਰਾ ਬਣ ਕੇ ਦਿਆਂ। ਪਰ ਤੇਰੀ ਸ਼ਾਦੀ ਵੀਰਾ? ਉਹ ਤੇ ਤੂੰ 6 ਮਹੀਨੇ ਲੇਟ ਕਰਾ ਦਿੱਤੀ ਹੈ। ਮੇਰੀ ਸ਼ਾਦੀ ਦੀ ਫਿਕਰ ਨਾ ਕਰ, ਜਿੱਥੇ ਮੇਰੀ ਮੰਗ ਹੈ ਉੱਥੇ ਮੇਰਾ ਵਿਆਹ ਹੋਏਗਾ, ਤੇਰਾ ਪਿਆਰ ਜਿੱਥੇ ਵੀ ਉੱਥੇ ਤੇਰੀ ਸ਼ਾਦੀ ਹੋਵੇਗੀ। ਤੇ ਚਾਕੂ ਹੱਥੋਂ ਛੱਡ ਦੇ, ਕਿਉਂ ਮੈਨੂੰ ਕੁੱਤੇ ਦੀ ਮੌਤ ਮਰਵਾਉਣੀ? ਯਾਦ ਰੱਖ। ਵੀਰਾ ਤੂੰ ਕੀ ਗੱਲ ਪਿਆ ਕਰ? ਤੇਰੇ ਪੁੱਤਰ ਨੇ ਤੇ ਆਖਿਆ ਸੀ ਸਾਨੂੰ ਜੇ ਅਸੀਂ ਕਾਨੇ ਦਾ ਵੀ ਨਹੀਂ ਚਾਹੀਦਾ, ਅਸਾਂ ਇਸੇ ਵੇਲੇ ਸ਼ਾਦੀ ਦਾ ਫੌਰਨ ਬੰਦੋਬਸਤ ਕੀਤਾ। ਤੇ ਫਿਰ ਪੁੱਤਰ ਦਾ ਪਿਓ ਕਹਿਣਾ, ਜੇ ਮੈਨੂੰ ਜਹੇਜ ਨਾ ਮਿਲਿਆ ਤੇ ਤੇਰੀ ਧੀ ਨਹੀਂ ਚਾਹੀਦੀ, ਇਹ ਜੰਜ ਵਾਪਸ ਜਾਏਗੀ। ਖੁਦਾ ਦਾ ਵਾਸਤੇ ਇਹ ਜ਼ੁਲਮ ਨਾ ਕਰੀ, ਕੋਡੀ ਦੀ ਜਿਉਂ ਇੱਜ਼ਤ ਰਹਿਣੀ ਮੇਰੀ ਨਾ ਰਵੇ। ਮੈਨੂੰ ਜਹੇਜ ਚਾਹੀਦਾ, ਤੇਰੇ ਤਰਲੇ ਮਿੰਤਾਂ ਨਹੀਂ ਚਾਹੀਦੀਆਂ। ਓਏ ਅੱਬਾ, ਓਏ ਅਕਲ ਨੂੰ ਹੱਥ ਮਾਰ, ਵੇਖ ਮੇਰੀ ਜੇਬ ਵਿੱਚ ਹੱਥ ਨਾ ਮਾਰੀ, ਸਾਰੀਆਂ ਸਲਾਮੀਆਂ ਪਈਆਂ ਹੀ ਨੇ। ਮੈਂ ਤੈਨੂੰ ਟਾਈਮ ਦੇ ਟਾਈਮ ਦਾ ਪਿਓ ਬਣਾਇਆ ਸੀ ਤਾਂ ਕਿ ਤੂੰ ਬਵਕਤੇ ਜ਼ਰੂਰਤ ਕੰਮ ਆਏ ਮੇਰੇ ਨਾਲ ਚੱਲੇ। ਗੱਲ ਸੁਣ ਅੱਬਾ, ਅੱਬਾ ਬਣ, ਕੈਦੋ ਨਾ ਬਣ। ਓਏ ਕਮੀਨੇ ਆ, ਸਾਰੀ ਉਮਰ ਇਸ਼ਕ ਕੀਤਾ ਈ, ਇੱਕ ਤੇਲਾ ਕਮਾ ਕੇ ਨਹੀਂ ਹੋ ਦਿੱਤਾ। ਮੈਂ ਤੇ ਸਮਝਾਂਗਾ ਕਿ ਇਹ ਜਹੇਜ਼ ਹੀ ਤੇਰੀ ਕਮਾਈ ਏ ਜਿਹੜਾ ਨਾਲ ਲੈ ਕੇ ਜਾਣਾ ਹੈ। ਮਾਈ ਜਹੇਜ਼ ਦਾ ਬੰਦੋਬਸਤ ਕਰ, ਨਹੀਂ ਤਾਂ ਜੰਜ ਵਾਪਸ ਜਾਏਗੀ। ਬਿਲਕੁਲ ਠੀਕ ਹੈ ਮਾਈ, ਮੇਰੇ ਅੱਬਾ ਜੀ ਇੱਕ ਸ਼ਰਤ ਤੇ ਜਹੇਜ਼ ਨਹੀਂ ਲੈਣਗੇ। ਉਹ ਕੀ ਪੁੱਤਰ? ਓਏ ਵੇ, ਤੇ ਕੁੜੀ ਮੇਰੇ ਨਾਲ ਟੋਰ ਦੇ ਤੇ ਆਪ ਇਹ ਨਾ ਟੋਰ ਪਾਓ। ਬਕਵਾਸ ਨਾ ਕਰ ਕੁੱਤਿਆ, ਚਲੋ ਸਾਰੇ ਉੱਠੋ, ਚੱਲ ਮੇਰੇ ਅੱਗੇ ਲੱਗ। ਅਸੀਂ ਤੇ ਪਿੰਡ ਵਿੱਚ ਕਿਸੇ ਨੂੰ ਮੂੰਹ ਖਾਣ ਦੇ ਕਾਬਿਲ ਵੀ ਨਹੀਂ ਰਹੇ। ਜਿਹੜਾ ਮੇਰੇ ਕੋਲੇ ਉਸ ਕਮੀਨੇ ਦਾ, ਉਹ ਵੀ ਜੀਵ ਨਾਲ ਇੱਕ ਦੀ ਗੱਲ ਕਰਕੇ ਗੰਗੂਆਂ ਤੋਂ ਮਿੱਟੀ ਝਾੜ ਕੇ ਟੁਰ ਗਿਆ ਹੈ, ਟੁਰ ਗਿਆ। ਸੁਣੋ ਸ਼ੇਰ ਆਈ। ਕੌਣ ਕਹਿੰਦਾ ਟੁਰ ਗਏ? ਸਿਰਫ ਸ਼ੇਰੇ ਗਏ ਨੇ, ਉਹ ਵੀ ਕਿਸੇ ਹੋਰ ਦੇ ਸਿਰ ਤੇ। ਮੈਂ ਤੇ ਮੌਲਵੀ ਸਾਹਿਬ ਨੂੰ ਵਜ਼ੂ ਕਰਾਉਣ ਗਿਆ ਸੀ, ਨਿਕਾਹ ਜੂ ਪੜਾਣਾ। ਬੇਬੇ ਸਾਹ, ਥੋੜਾ ਜਿਹਾ ਮੇਰੀ ਬੁੱਢੀ ਨੂੰ ਸਾਥ, ਥੋੜਾ ਜਿਹਾ ਆਪ ਵੀ ਹਾਸਲ। ਬੇਬੇ ਤੂੰ ਰੋਣੀ ਪਈ ਤੇ ਮਾਨ ਇੰਜ ਲੱਗ ਰਿਹਾ ਜਿਵੇਂ ਛੋਟੀ ਲਾਚੀ ਰੋਣ ਡਈ। ਤੁਸੀਂ ਥੋੜਾ ਜਿਹਾ ਸ਼ਰਮਾਓ, ਥੋੜਾ ਜਿਹਾ ਘੁੰਡ ਕੱਢੋ, ਕਿਆ ਵੱਡੇ ਖਰਗਾ ਮੂੰਹ ਹੈ ਤੁਹਾਡਾ। ਆਓ ਜੀ ਮੌਲਵੀ ਸਾਹਿਬ, ਤੁਸੀਂ ਰੱਖੋ, ਚਲੋ ਜਲਦੀ। ਤੇਰਾ ਭਲਾ ਹੋਵੇ, ਤੁਹਾਡਾ ਵੀ ਭਲਾ ਹੋਵੇ। ਮੇਰੀ ਇੱਜ਼ਤ ਰੱਖ ਲਈ ਪੁੱਤਰ। ਇੱਜ਼ਤ ਰੱਖਣ ਵਾਲੀ ਉਹਦੀ ਜ਼ਾਤ ਹੈ ਮਾਂ ਜੀ। ਗੱਲ ਇਹ ਵੀ ਮਾਂ ਜੀ, ਜਹੇਜ਼ ਦੇ ਮਸਲੇ ਦੀ ਇੱਜ਼ਤ ਇਸੇ ਤਰ੍ਹਾਂ ਰਹਿ ਸਕਦੀ ਹੈ, ਸਿਹਰੇ ਬੰਨ ਵਾਲੇ ਜੰਜ ਵਾਲਿਆਂ ਨਾਲ ਵਾਪਸ ਨਾ ਜਾਣ, ਧੀ ਵਾਲਿਆਂ ਦੀ ਇੱਜ਼ਤ ਦਾ ਪਾਸ ਕਰਨ, ਉਹਨਾਂ ਦੇ ਭਾਈ ਵਾਲ ਬਣਨ। ਜੰਜ ਤੇ ਟੁਰ ਜਾਂਦੀ ਹੈ ਮਾਂ ਜੀ, ਪਰ ਧੀ ਵਾਲਿਆਂ ਦੀ ਇੱਜ਼ਤ ਨਹੀਂ ਜਾਂਦੀ। ਤੁਸੀਂ ਬਿਸਮਿਲਾ ਸ਼ੁਰੂ ਕਰੋ। ਲੈ ਬਈ ਅੱਜ ਸਵਾਦ ਆਏਗਾ, ਲੈ ਅੱਜ
ਚੋਰਾ ਅੱਜ ਅਸੀਂ ਚੱਲੇ ਤੇਰੀ ਭੜੇਵੀ ਵਿਆਹ ਤੇ ਉੱਥੋਂ ਤੇਰੇ ਲਈ ਬੁਨਿਆਦੀ ਤੇ ਛੋਰਾ ਲੈ ਕੇ ਆਵਾਂਗੇ। ਤੂੰ ਤੇ ਐਵੇਂ ਹੀ ਗੁੱਸੇ ਹੋ ਗਿਆ ਯਾਰ, ਇੰਨੇ ਦਿਨ ਬੰਨੀ ਰੱਖੀ ਤੇ ਹੁਣ ਸਮਝ ਆਈ ਡਕੈਤ ਕਿਸੇ ਦਾ ਰਿਸ਼ਤੇਦਾਰ ਨਹੀਂ ਹੁੰਦਾ, ਡਕੈਤ ਹਮੇਸ਼ਾ ਆਪਣੇ ਡਾਕੂ ਯਾਰ ਦੇ ਯਾਰ ਹੁੰਦੇ। ਪਰ ਤੂੰ ਤੇ ਸਾਡਾ ਯਾਰ ਹੀ ਨਹੀਂ ਠਹਿਰਿਆ। ਅਜੀ ਕਸਮੇ ਤੇਰਾ ਯਾਰ ਬਣਾਂਗਾ। ਉਹ ਜੇ ਕਸਮ ਖਾਣਾ ਤੇ ਖੋਲ ਦੇਣੇ ਆ ਤੈਨੂੰ, ਉਹ ਖੋਲ ਦਿਓ ਭਗਵਾਨ। ਜੇ ਯਾਰ ਬਣ ਕੇ ਨਾਲ ਹੀ ਤੁਰ ਪਿਆ ਤੇ ਖਾਲੀ ਹੱਥ ਨਾ ਤੁਰੇ। ਬਗਵੰਤ ਦੇ ਬੰਦੂਕ, ਸਾਡਾ ਯਾਰ ਤੇ ਖਾਲੀ ਹੱਥ ਦਿੱਤਾ ਹੀ ਨਹੀਂ। ਠੰਡ ਪਾਈ ਕਦਮ ਵੀ ਅੱਗਾ ਵਧੀਆ ਤੇ ਭੁੱਲ ਕੇ ਰੱਖਿਆ ਡਾਕੂ ਤੇ ਬਦਮਾਸ਼ ਦੀ ਕੋਈ ਕਸਮ ਨਹੀਂ ਹੁੰਦੀ। ਓਏ ਖੁਦਾ ਦੇ ਗੁਨਾਹਗਾਰ ਤੇ ਅਸੀਂ ਲੋਕ ਪਹਿਲਾਂ ਹੀ ਹੁੰਦੇ, ਪਰ ਖੁਦਾ ਦੇ ਬੰਦਿਆਂ ਦਾ ਗੁਨਾਹਗਾਰ ਨਹੀਂ ਬਣਾਂਗਾ। ਮੈਨੂੰ ਪਤਾ ਤੁਹਾਨੂੰ ਜਿਹੜਾ ਗੁੱਸਾ ਹੈ ਮਾਂ ਜੀ, ਕਿ ਮੈਂ ਟਾਈਮ ਦੇ ਕੇ ਨਹੀਂ ਆਇਆ, ਪਰ ਯਕੀਨ ਮੰਨੋ
वालिद साहब की तबीयत अचानक खराब हो गई सी, तां देर ना लाया। आहो मां, तबीयत ही है ना खराब हो गई होनी है। ठीक है वालिद, जिस दिन तेरे अब्बा जी की तबीयत ठीक होवे तो उन्होंने लेके इत्थे आ दे। ऐ भूल गई है मानो, तू तो मेरा साथ देने की सौं खाती सी। पर मां, मैं तेरे नाल पहला इहदा साथ देने का वादा किया सी, पहला दिल की मन्नी सी, हुण तेरी मन्नांगी। सुन मुंडिया, तेरी मां इत्थे आई सी। मेरी मां? पर मैं तो उन्हें तस्वीर तो बहुत जानता ही नहीं। ओ इत्थे आकर तेरी तकदीर का फैसला बदल जी। ओने दस्या ते पता लगा है तेरी मां ते मानो दे प्यो च रत्ती पर फर्क नहीं है। ओ तैनू छड़ गई सी ते मानो दा प्यो। सीधे मेरे अब्बा जी, उस मां ते उस प्यो नू सजा दियो। साडी जिंदगी नाल क्यों खेडते हो मुंडिया? मैं फैसला कर बैठी हूं, जिन्हों चंगी कुख ने जन्म नहीं दिता वो चंगा पुत्र किस तरह बन सकता है। जा चला जाए तो फिर कभी उधर ना आई। मैं कहनी चला जाए तो मैं नहीं देर किन्ने सबर ना तेरा साथ दिता है ते खुदा दा वास्ते एक बारी मैनू इन्नी कोई इजाजत दे दे कि मैं उन्हें एक नजर वेख के लवा जिन्हें मुड़ के फिर कभी उधर नहीं आना। नहीं कुछ मां, मां जा रही, खुदा दा वास्ते मैंने जान दे, खुदा वास्ते मैंने जान दे। मां Thank you.
ਤੇਰੇ ਦੋਵੇਂ ਮੇਰੇ ਤੋਂ ਕੁਰਬਾਨ ਹੋ ਗਏ ਨੇ। ਦੂਜਾ ਕੌਣ ਹੈ? ਮਾਂ, ਇੱਕ ਤੇਰੇ ਸਾਕੋਂ ਮੇਰਾ ਮਾਮਾ ਲੱਗਦਾ ਹੈ ਤੇ ਦੂਜਾ ਮੇਰੇ ਸਾਕੋਂ ਤੇਰੇ ਸਿਰ ਦਾ ਸਾਈਂ। ਪਛਾਣ ਹਾਂ, ਮੈਂ ਝੂਠ ਤੇ ਨਹੀਂ ਕਿਹਾ। ਮਾਰੋ ਜੀ ਮਾਂ, ਮਾਰੋ ਜਿੱਥੇ ਕਹਿੰਦੀ ਇਹਦਾ ਵਿਆਹ ਉੱਥੇ ਕਰਦੇ। ਮਾਂ, ਘਬਰਾ ਕੇ ਉੱਠ ਕਿਉਂ ਗਈ ਹੈ? ਮੁੱਦਤ ਦੇ ਮੋਏ ਦੇ ਵਿੱਚ ਜਦੋਂ ਅਚਾਨਕ ਸਾਹਮਣੇ ਆ ਜਾਣ ਬੰਦਾ ਕੁਛ ਘਬਰਾ ਜਾਂਦਾ ਹੀ ਨਾ ਦੀਏ। ਮਾਂ, ਤੇਰੀ ਨੂੰ ਤੇ ਘਬਰਾ ਕੇ ਉੱਠੇ ਜਾਣਾ ਚਾਹੀਦਾ ਸੀ ਧੀਏ, ਪਰ ਤੂੰ ਤੇ ਮੇਰੇ ਕੋਲ ਬਹਿ ਜਾ। ਮੇਰਾ ਡੁੱਲਿਆ ਖੂਨ ਤੇਰੇ ਸਰੀਰ ਦੀ ਰੱਤ, ਮਾਣੋ ਤੇਰੇ ਸਰੀਰ ਦੀ ਰੱਤ। ਮਾਂ, ਅੱਗੇ ਕੀ ਗੱਲ ਕਰਨੀ? ਮਾਣਾ ਇਹ ਬੇਈਮਾਨ ਇਹ ਨਾ ਸਮਝੇ ਕਿ ਅਸਾਂ ਦੀ ਧੀ ਕੋਲੋਂ ਰਾਣੀ, ਮੈਂ ਤੇ ਇੱਕ ਵਾਰੀ ਪਹਿਲੇ ਵੀ ਤੇਰੇ ਤੋਂ ਕੁਰਬਾਨ ਹੋਣ ਦਾ ਚਾਰਾ ਕੀਤਾ ਸੀ। ਉਦੋਂ ਵੀ ਮੈਂ ਤੈਨੂੰ ਤੇ ਤੇਰੇ ਪਿਆਰ ਨੂੰ ਡਾਕੂ ਕੋਲੋਂ ਬਚਾਇਆ ਸੀ, ਪਰ ਮੌਤ ਮੌਤ ਉਦੋਂ ਵੀ ਨਹੀਂ ਸੀ, ਉਦੋਂ ਵੀ ਨਹੀਂ ਸੀ। ਨੀ ਮਾਂ, ਇੱਕ ਡਾਕੂ ਤੇਰਾ ਵੀਰ ਬਣ ਕੇ ਆਇਆ ਸੀ ਤੇ ਤੂੰ ਮੇਰੀ ਬਾਂਹ ਦੇ ਹੱਥ ਫੜਾ ਦਿੱਤੀ ਸੀ, ਤੇ ਹੁਣ ਦੂਜੀ ਵਾਰੀ ਮੇਰਾ ਪਿਓ ਮੇਰੇ ਤੋਂ ਕੁਰਬਾਨ ਹੋ ਲਈ ਹੈ ਤੇ ਤੂੰ ਇਹਦੇ ਨਾਲ ਸਿੱਧੇ ਮੂੰਹ ਗੱਲ ਵੀ ਨਹੀਂ ਕਰਦੀ। ਓਏ ਫਜ਼ਲ ਦੀਨਾ, ਤੁਸੀਂ ਇਹਨਾਂ ਡਾਕੂ ਦੀਆਂ ਲਾਸ਼ਾਂ ਚੁੱਕ ਲਓ ਤੇ ਤੁਸੀਂ ਜ਼ਰਾ ਪਿਛਾੜ ਜਾਓ। ਸਰਦਾਰ ਜੀ, ਜ਼ਰਾ ਗੱਲ ਕਰ ਦਿੰਦੇ, ਹਲੇ ਮੇਰੇ ਚ ਕੁਛ ਗੁੱਸਾ ਬਾਕੀ ਨਹੀਂ। ਤੂੰ ਫਿਕਰ ਨਾ ਕਰ, ਅਸੀਂ ਤੈਨੂੰ ਬਚਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕਰਾਂਗੇ। ਇੱਕ ਮਿੰਟ ਸਰਦਾਰ ਜੀ, ਇੱਕ ਮਿੰਟ। ਮਾਣੋ ਦੀ ਮਾਂ, ਮੇਰਾ ਮੇਰਾ ਕੋਈ ਪਤਾ ਨਹੀਂ ਜੀ। ਮਾਣੋ ਮਾਣੋ ਜਿੱਥੇ ਕਹਿੰਦੀ ਹੋ ਇਹਦਾ ਵਿਆਹ ਉੱਥੇ ਕਰ ਦੀ, ਉੱਥੇ ਕਰ ਦੇ ਇਹਦਾ ਵਿਆਹ। ਅੱਬਾ, ਠਹਿਰ ਜੀ ਧੀਏ, ਉਹ ਜਿਹੜੀ ਗੱਲ ਕਹਿਣ ਆਇਆ ਸੀ ਕਹਿ ਗਿਆ। ਮਾਂ, ਕਹਿ ਗਿਆ। ਸਾਰੀ ਜ਼ਿੰਦਗੀ ਬਾਪ ਦੇ ਪਰਛਾਵੇਂ ਥੱਲੇ ਰਹਿ ਵਾਜਿਦ ਤੇ ਡੋਲਿਆ ਨੇ, ਅੱਜ ਡੋਲਿਆ ਤੇ ਸਮਝ ਆਈ ਸ਼ਾਇਦ ਇਸ ਗੁੰਮਰਾ ਮਾਂ ਦਾ ਪਰਛਾਵਾਂ ਪੈ ਗਿਆ ਤੇਰੇ ਤੇ। ਆਪਣੇ ਪਿਆਰਿਆਂ ਲੁੱਟਿਆ ਦਿਲ ਟੁੱਟਿਆ,
ਹੱਥ ਪਰ ਆਈ ਬੇਦਰਦਾਂ ਨੇ ਠੁਕਰਾਇਆ ਨਹੀਂ ਹਮਦਰਦਾਂ ਜ਼ਹਿਰ ਪਿਆਈ ਏ ਸਾਨੂੰ ਆਪਣੇ ਪਿਆਰਿਆਂ ਲੁੱਟਿਆ ਏ ਦਿਲ ਕਮਲੇ ਤੇ ਪਰ ਆਈ ਸਾਨੂੰ ਆਪਣੇ ਪਿਆਰਿਆਂ ਲੁੱਟਿਆ ਏ ਸੁਣੇ ਪਰ ਸੋਚਣਾ ਅੰਜਾਮ ਕੀ ਹੋਏ ਪਿਆਰ ਵੀ ਕਰਨਾ ਹੈ ਤੇ ਸੋਚਣਾ ਵੀ ਤੂੰ ਨਾ ਤੇਰੀਆਂ ਬਾਤਾਂ ਨੇ ਹੁਣ ਕੱਲੀਆਂ ਕਾਲੀਆਂ ਰਾਤਾਂ ਨੇ ਨਾ ਤੂੰ ਨਾ ਤੇਰੀਆਂ ਬਾਤਾਂ ਨੇ ਹੁਣ ਕੱਲੀਆਂ ਕਾਲੀਆਂ ਰਾਤਾਂ ਨੇ ਹੁਣ ਹਰ ਪਾਸੇ ਪਰਈਏ ਸਾਨੂੰ ਆਪਣੇ ਪਿਆਰਿਆਂ ਲੁੱਟਿਆ ਏ ਦਿਲ ਟੁੱਟਿਆ ਅੱਖ ਪਰ ਆਈ ਸਾਨੂੰ ਆਪਣੇ ਪਿਆਰਿਆਂ ਲੁੱਟਿਆ ਏ ਕਰਦੀ ਨਹੀਂ ਤਕਦੀਰ ਕਿਸੇ ਤੇ ਮਰਦੀ ਨਹੀਂ ਤਕਦੀਰ ਮੁਹੱਬਤ ਕਰਦੀ ਨਹੀਂ ਤਕਦੀਰ ਕਿਸੇ ਤੇ ਮਰਦੀ ਨਹੀਂ ਤਕਦੀਰ ਵੀ ਬਹਿ ਕੇ ਸੋਚੇਗੀ ਇਹ ਨਾਲ ਕਿਤੇ ਤੁਹਾਡੀ ਪਛਾਣ ਹੀ ਮੇਰੇ ਲਈ ਇਸ ਦੁਨੀਆ ਚ ਦੋਜ਼ਖ ਬਣ ਗਈ ਮੇਰਾ ਖਿਆਲ ਹੈ ਤੂੰ ਮੈਨੂੰ ਪਛਾਣਿਆ ਤੂੰ ਹੋਈ ਹੈ ਨਾ ਜਿਹਦਾ ਇਸ ਦੁਨੀਆ ਵਿੱਚ ਸਭ ਤੋਂ ਵੱਡਾ ਦਰਜਾ ਹੁੰਦਾ ਹੈ ਤੂੰ ਹੋਈ ਹੈ ਨਾ ਜਿਹਦੇ ਪੈਰਾਂ ਥੱਲੇ ਜੰਨਤ ਆਉਂਦੀ ਹੈ ਮੈਂ ਪੁੱਛ ਰਿਹਾ ਤੂੰ ਉਹੀ ਹੈ ਨਾ ਜਿਹਨੂੰ ਲੋਕ ਮਾਂ ਕਹਿੰਦੇ ਨੇ ਪਰ ਤੂੰ ਤਾਂ ਮੈਨੂੰ ਮਾਂ ਕਹਿੰਦਾ ਕੋਈ ਬਾਜਤ ਐਸਾ ਪਛਾਣਿਆ ਹੈ ਕਿ ਤੈਨੂੰ ਮੇਰਾ ਨਾਂ ਵੀ ਯਾਦ ਹੈ ਪਰ ਜਿੱਥੇ ਤੇਰਾ ਨਾਂ ਆਉਂਦਾ ਹੈ ਇਹ ਦੁਨੀਆ ਵਾਲੇ ਮੇਰੇ ਕੋਲੋਂ ਮੇਰਾ ਪਿਆਰ ਮੇਰੀ ਜ਼ਿੰਦਗੀ ਮੇਰਾ ਰਿਸ਼ਤਾ ਖੋ ਲੈਂਦੇ ਨੇ ਮੈਂ ਪੁੱਛਦਾ ਤੂੰ ਮੇਰੇ ਤੇ ਜ਼ੁਲਮ ਕਿਉਂ ਕੀਤਾ ਮਾਜਿਦ ਮੈਨੂੰ ਮਾਫ਼ ਕਰ ਦੇ ਬੇਟਾ ਮੈਨੂੰ ਬੇਟਾ ਨਾ ਕਰੀ ਇਹਨੇ ਸਾਲ ਬਾਪ ਦੇ ਪਿੱਛੇ ਪਿੱਛੇ ਟੁਰਿਆ ਸਾਰਿਆਂ ਨੇ ਮੈਨੂੰ ਸ਼ਰੀਫ ਕਿਹਾ ਅੱਜ ਤੇਰਾ ਰੂਪ ਧਾਰਿਆ ਹੈ ਤੇ ਲੋਕ ਮੈਨੂੰ ਸ਼ਰਾਬੀ ਆਵਾਰਾ ਬਦਮਾਸ਼ ਤੇ ਬਦਕਾਰ ਵੀ ਆਖਣਗੇ ਮੇਰੀ ਜ਼ਿੰਦਗੀ ਦੀ ਹਰ ਉਮੀਦ ਤੇਰੀ ਜ਼ਿੰਦਗੀ ਨੇ ਖਤਮ ਕਰ ਤੂੰ ਮੈਨੂੰ ਉਹਦੇ ਕਦਮਾਂ ਤੱਕ ਚਾਹਤੇ ਜਿੱਦੀ ਮੈਂ ਗੁਨਾਹਗਾਰ
ਤੇ ਮੋਹ ਦੇ ਹਨੇਰਿਆਂ ਤੱਕ ਆਪਣੇ ਆਪ ਨੂੰ ਮੈਂ ਪਹੁੰਚਾ ਦਿਆਂ। ਆ ਬਿਲਕੁਲ ਠੀਕ ਹੈ। ਤੈਨੂੰ ਉਹਨਾਂ ਦੇ ਸਾਹਮਣੇ ਖਿਲਾਰ ਕੇ ਦੋ ਚਾਰ ਗੱਲਾਂ ਮੈਂ ਵੀ ਕਰਾਂਗਾ। ਵਾਜਿਦ ਨੂੰ ਹੁਣ ਤੱਕ ਘਰ ਆ ਜਾਣਾ ਚਾਹੀਦਾ। ਵਾਜਿਦ ਤੂੰ ਤੇ ਤੇਰੇ ਉਖੜੇ ਕਦਮ। ਮੇਰੇ ਉਖੜੇ ਕਦਮ ਤੁਹਾਨੂੰ ਕਿਸੇ ਹੋਰ ਦੇ ਉਖੜੇ ਕਦਮਾਂ ਦੀ ਯਾਦ ਦਿਲਾਉਣਾ ਚਾਹੁੰਦੇ। ਕਿਸੇ ਹੋਰ ਦੇ ਉਖੜੇ ਕਦਮਾਂ ਦੀ ਯਾਦ, ਤੇਰਾ ਮਤਲਬ ਹੈ ਸ਼ਹਿਨਾਜ਼? ਮੇਰਾ ਮਤਲਬ ਹੈ ਮੇਰੀ ਮਾਂ। ਉਹ ਫੈਸ਼ਨ ਅਯਾਸ਼ੀ ਤੇ ਆਵਾਰਗੀ ਪਿੱਛੇ ਆਪਣਾ ਸ਼ੌਹਰ ਛੱਡਣ ਵਾਲੀ ਔਰਤ ਤੇਰੀ ਮਾਂ ਨਹੀਂ ਹੋ ਸਕਦੀ। ਤੁਸੀਂ ਉਹਨੂੰ ਤਲਾਕ ਵੀ ਦੇ ਦਿੰਦੇ, ਪੈਦਾ ਕਰਨ ਵਾਲੇ ਦੀ ਸੌ, ਫਿਰ ਵੀ ਉਹਦਾ ਤੇ ਮੇਰਾ ਮਾਂ ਪੁੱਤਰ ਦਾ ਰਿਸ਼ਤਾ ਨਹੀਂ ਸੀ ਟੁੱਟਣਾ। ਤੇਰਾ ਉਹਦਾ ਰਿਸ਼ਤਾ ਮੁੱਦਤ ਹੋਈ ਟੁੱਟ ਚੁੱਕਿਆ ਵਾਜਿਦ, ਤੇ ਹੁਣ ਮੈਂ ਇਸ ਘਰ ਵਿੱਚ ਉਹਦਾ ਜ਼ਿਕਰ ਸੁਣਨਾ ਵੀ ਪਸੰਦ ਨਹੀਂ। ਗਲਤ ਹੈ ਡੈਡੀ, ਬਿਲਕੁਲ ਗਲਤ ਹੈ। ਇਸ ਘਰ ਵਿੱਚ ਮੈਂ ਉਹਦੀ ਤਸਵੀਰ ਵੇਖੀ ਹੈ ਤੇ ਤੁਹਾਡੇ ਕੋਲੋਂ ਉਹਦੀ ਕਹਾਣੀ ਸੁਣ ਕੇ ਮੈਨੂੰ ਇਸ ਹੱਦ ਤੱਕ ਨਫ਼ਰਤ ਹੋ ਗਈ ਕਿ ਭਾਵੇਂ ਉਹ ਔਰਤ ਮੇਰੀ ਮਾਂ ਹੈ, ਮੈਨੂੰ ਉਹ ਜਿੱਥੇ ਵੀ ਮਿਲੇਗੀ ਮੈਂ ਉਹਨੂੰ ਕਤਲ ਕਰ ਦਿਆਂਗਾ। ਅੱਜ ਔਰਤ ਮੈਨੂੰ ਮਿਲ ਗਈ ਹੈ ਡੈਡੀ। ਤੂੰ ਵਾਜਿਦ, ਇਸ ਬੱਚਲਨ ਔਰ ਔਰਤ ਦੁਕਾਨ ਮੇਰੇ ਸਾਹਮਣੇ ਆਉਣ ਦੀ ਕੋਸ਼ਿਸ਼ ਨਾ ਕਰੇ। ਮਾਫ ਕਰਨਾ ਡੈਡੀ, ਇਸ ਆਵਾਰਗੀ ਦੀ ਪਹਿਲ ਤੁਸਾਂ ਕੀਤੀ ਹੈ, ਇਸ ਔਰਤ ਦੀ ਸਾਦਗੀ ਨੇ ਤੁਹਾਡੀ ਰਵਿਸ਼ ਤੋਂ ਇਖਤਲਾਫ ਨਹੀਂ ਪੈਰਵੀ ਕੀਤੀ। ਮੈਂ ਪੁੱਛਣਾ ਸੀ ਫੈਸ਼ਨ ਦੇ ਬੇਹੂਦਾ ਰਸਮ ਰਿਵਾਜ ਦੇ ਰਸਤਿਆਂ ਤੇ ਇਸ ਜਿਨਸ ਨੂੰ ਬਾਵਾਂ ਵਿੱਚ ਬਾਵਾਂ ਪਾ ਕੇ ਲੈ ਜਾਂਦੇ ਹੋ ਤੇ ਜਿਸ ਵੇਲੇ ਇਹ ਗੁੰਮਰਾਹੀ ਦੀ ਮੰਜ਼ਿਲ ਤੱਕ ਪਹੁੰਚ ਜਾਂਦੇ ਨੇ, ਤੁਸੀਂ ਇਹਨਾਂ ਨੂੰ ਬਦਨਾਮੀ ਦੀ ਪੱਠੀ ਵਿੱਚ ਸੁੱਟ ਕੇ ਆਪਣੇ ਆਪ ਨੂੰ ਮਜ਼ਲੂਮ ਸਾਬਤ ਕਰਨ ਲਈ ਆਪਣਾ ਦਾਮਨ ਕਿਉਂ ਬਚਾ ਲੈਂਦੇ ਹੋ? ਵਾਜਿਦ, ਜੇ ਤੂੰ ਕੋਈ ਹੁਣ ਗੱਲ ਕੀਤੀ ਤੇ ਮੈਂ ਕਮੀਨੀ ਔਰਤ ਨੂੰ ਛੂਹ ਕੱਟਾਂ। ਡੈਡੀ, ਤੁਸੀਂ ਸਿਰਫ ਇਹਨਾਂ ਨੂੰ ਗੁੰਮਰਾਹੀ ਦੇ ਅੱਡੇ ਤੱਕ ਪਹੁੰਚਾ ਕੇ ਆਪ ਵਾਪਸ ਆ ਸਕਦੇ ਹੋ। ਮੈਂ ਪੁੱਛਣਾ, ਉਸ ਵੇਲੇ ਤੁਹਾਡੇ ਪਿਸਤੌਲ ਚ ਦੋ ਗੋਲੀਆਂ ਕਿਉਂ ਨਾ ਨਿਕਲੀਆਂ ਜਦੋਂ ਤੁਹਾਨੂੰ ਔਲਾਦ ਪਸੰਦ ਆ ਗਈ ਤੇ ਇਹ ਬੇਔਲਾਦੀ ਦੇ ਰਸਤੇ ਤੇ ਟੁੱਟ ਗਏ? ਤੁਸਾਂ ਮੈਨੂੰ ਬੁਜ਼ਦਿਲ ਬਾਪ ਤੇ ਆਵਾਰਾ ਮਾਂ ਦਾ ਪੁੱਤਰ ਕਲਵਾਇਆ ਹੈ। ਵਾਜਿਦ, ਆਪਣੀ ਜ਼ਬਾਨ ਬੰਦ ਕਰ ਲੈ, ਹੁਣ ਮੈਂ ਤੇਰੀ ਕੋਈ ਗੱਲ ਨਹੀਂ ਸੁਣਨੀ। ਹਾਲੀ ਤੁਸਾਂ ਸਿਰਫ ਬਾਪ ਬੇਟੇ ਦੀ ਗੁਫ਼ਤਗੂ ਸੁਣੀ ਹੈ, ਇਹ ਵੀ ਸੁਣਦੇ ਜਾਓ ਕਿ ਪਿਓ ਵੱਲੋਂ ਮਾਂ ਨੂੰ ਕੀ ਕਹਿੰਦਾ। ਵਾਜਿਦ, ਮੈਨੂੰ ਕੁਝ ਨਾ ਕਹੀ। ਤੈਨੂੰ ਕੁਝ ਕਹਿਣ ਵਾਲਾ ਕੋਈ ਹੁੰਦਾ ਤੇ ਅੱਜ ਆਪਣੇ ਘਰ ਚ ਇਸ ਤਰ੍ਹਾਂ ਨਾ ਖਲੋਂਦੀ ਜਿਵੇਂ ਮੁਲਜ਼ਮ ਕਟਹਿਰੇ ਚ ਖਲੋਂਦਾ। ਵਾਜਿਦ, ਦੁਨੀਆ ਵਾਲੇ ਤੈਨੂੰ ਬੁਰਾਈ ਦੇ ਮਰਤਬੇ ਦੇ ਸਕਦੇ ਨੇ, ਪਰ ਮੈਂ ਤੈਨੂੰ ਮਾਂ ਹੀ ਕਵਾਂਗਾ। ਤੂੰ ਦੱਸ, ਤੂੰ ਉਹੀ ਮਾਂ ਜਿਹਨੂੰ ਦੁਨੀਆ ਵਾਲੇ ਰੱਬ ਦਾ ਰੂਪ ਕਹਿੰਦੇ? ਨਹੀਂ ਵਾਜਿਦ, ਮੈਂ ਮੁਜਰਮ ਹਾਂ, ਮੈਂ ਗੁਨਾਹਗਾਰ ਹਾਂ ਇਸ ਘਰ ਦੀ। ਮੈਂ ਆਪਣੀ ਪੂਰੀ ਜ਼ਿੰਦਗੀ ਚ ਇਸ ਘਰ ਨੂੰ ਦੁੱਖਾਂ ਤੇ ਬਦਨਾਮੀਆਂ ਦੇ ਸਵਾ ਕੁਛ ਨਹੀਂ ਦਿੱਤਾ, ਕੁਛ ਨਹੀਂ ਦਿੱਤਾ ਵਾਜਿਦ। ਹੁਣ ਤੇ ਮੈਂ ਸਿਰਫ ਮੌਤ ਮੰਗਣੀ ਇਸ ਘਰੋਂ। ਸੁਣੋ ਡੈਡੀ, ਸੁਣੋ, ਇੱਕ ਮੰਗਣ ਵਾਲੀ ਤੁਹਾਡੇ ਕੋਲ ਮੌਤ ਪਈ ਬਲਦੀ ਹੈ, ਇਹਦੀ ਮੌਤ ਤੇ ਸਿਰਫ ਤੁਹਾਡਾ ਹੀ ਹੱਥ ਹੈ। ਇਹਦੀ ਮੌਤ ਦੇ ਦਿਓ ਡੈਡੀ, ਸਿਰਫ ਮੌਤ। ਹਾਂ ਸ਼ੇਖ ਸਾਹਿਬ, ਅੱਲਾ ਦੀ ਕਸਮੇ, ਜ਼ਿੰਦਗੀ ਕੋਈ ਇਸ ਤਰ੍ਹਾਂ ਚੰਬੜ ਗਈ ਹੈ ਮੈਨੂੰ ਕਿ ਗਲੋਂ ਹੀ ਨਹੀਂ ਲਾਤੀ। ਤੁਸੀਂ ਆਪਣੀ ਅੱਖੀ ਮਾਰ ਦਿਓ ਤੇ ਸ਼ਾਇਦ ਬਚ ਜਾਵਾਂ। ਮੌਤ ਦੇ ਕੇ ਮੈਂ ਤੈਨੂੰ ਦੁੱਖਾਂ ਕੋਲੋਂ ਬਚਾਉਣਾ ਨਹੀਂ ਚਾਹੁੰਦਾ, ਮੈਂ ਚਾਹੁੰਦਾ ਕਿ ਤੂੰ ਇੰਨੀ ਦੁਖੀ ਹੋ ਜਾਏ
ਤੇ ਤੂੰ ਮੌਤ ਬਹੁਤ ਪੁਕਾਰ ਵੀ ਫਿਰੇ। ਮੌਤ ਤੈਨੂੰ ਮੋਈ ਹੋਈ ਸਮਝ ਕੇ ਤੇਰੇ ਕੋਲੋਂ ਲੰਘ ਜਾਏ। ਚਲੀ ਜਾ ਉੱਥੇ ਹੀ। ਤੁਸੀਂ ਵੀ ਅਜੀਬ ਮੁਨਸਿਫ ਹੋ ਰਹੇ ਜੀ। ਸਾਡੇ ਗੁਨਾਹਗਾਰ ਨੇ ਸਾਡੇ ਕੋਲੋਂ ਮੌਤ ਮੰਗੀ, ਤੁਸੀਂ ਉਹਨੂੰ ਮੌਤ ਵੀ ਨਹੀਂ ਦਿੱਤੀ। ਮੈਂ ਜ਼ਿੰਦਾ ਰਹਿਣਾ ਚਾਹੁੰਦਾ, ਤੁਸੀਂ ਮੈਨੂੰ ਜ਼ਿੰਦਾ ਰਹਿਣ ਦੀ ਇਜਾਜ਼ਤ ਨਹੀਂ ਦੇ ਰਹੇ। ਤੂੰ ਜ਼ਿੰਦਾ ਰਹੇਗਾ ਵਾਜੀ, ਮੈਂ ਦੁਨੀਆਂ ਦਾ ਇਹ ਤਾਨਾ ਤੇ ਬਰਦਾਸ਼ਤ ਕਰ ਲਾਂਗਾ ਕਿ ਮੈਂ ਅੱਛਾ ਸ਼ੌਹਰ ਨਹੀਂ ਬਣਿਆ, ਪਰ ਇਹ ਨਹੀਂ ਸੁਣ ਸਕਦਾ ਕਿ ਮੈਂ ਅੱਛਾ ਬਾਪ ਵੀ ਨਹੀਂ ਬਣਿਆ। ਮੈਂ ਤੇਰੀ ਸ਼ਾਦੀ ਉੱਥੇ ਹੀ ਕਰਾਂਗਾ ਜਿੱਥੇ ਤੂੰ ਚਾਹੇਗਾ ਪੁੱਤਰ। ਤੁਸੀਂ ਨਾ ਆਉਂਦੇ ਭੈਣ ਜੀ ਤੇ ਮੈਂ ਹਾਜ਼ਰ ਹੋਣਾ। ਪਹਿਲਾਂ ਆ ਜਾਂਦੇ ਭਾਈ ਜਾਨ ਤੇ ਗੱਲ ਇੰਨੀ ਲੰਮੀ ਨਹੀਂ ਸੀ ਹੋਣੀ। ਉਹ ਸਾਰਾ ਤੂੰ ਵੇਖ ਕੇ ਤੇ ਮੈਨੂੰ ਅੱਗ ਲੱਗਦੀ ਸੀ ਜੀ। ਅਸੀਂ ਵੀ ਅੱਜ ਤੱਕ ਉਸੇ ਦੀ ਲਾਈ ਹੋਈ ਅੱਗ ਵਿੱਚ ਸੜ ਰਹੇ ਹਾਂ। ਖੈਰ ਇਹਨਾਂ ਗੱਲਾਂ ਦਾ ਇਹ ਵਕਤ ਨਹੀਂ, ਤੁਸੀਂ ਤਿਆਰੀ ਕਰ ਲਓ, ਮੈਂ ਇਨਸ਼ਾਅੱਲਾ ਜੰਜ ਲੈ ਕੇ ਹਾਜ਼ਰ ਹੋ ਜਾਵਾਂਗਾ ਜੀ। ਅੱਛਾ ਕੀਤਾ ਕੌਲ ਨਿਭਾਤਾ ਹੀ, ਤੈਨੂੰ ਭੈਣ ਕਿਹਾ ਸੀ ਅੱਜ ਹੱਥੀ ਡੋਲੀ ਚ ਪਾ ਦੇਣ ਲੱਗਾ। ਚੱਲ ਭੈਣ ਚੱਲ, ਸ਼ਾਬਾਸ਼। Thank you.
ਤੇ ਤੂੰ ਕੁਰਬਾਨ ਹੋਣ ਵਾਲੀ ਇਹ ਨੇਕ ਖਤੂਨ ਕੌਣ ਹੈ? ਸਹਿਨਾਜ਼ ਮਰਨ ਤੋਂ ਪਹਿਲੇ ਮੈਨੂੰ ਸ਼ੇਖ ਸਾਹਿਬ ਦੇ ਕਦਮਾਂ ਹੀ ਸੁੱਟਦੇ, ਤੈਨੂੰ ਵਾਸਤੇ ਮੇਰੀ ਮੌਤ ਤੇ ਆਪਣੀ ਜ਼ਿੰਦਗੀ ਦਾ। ਆਪਣੇ ਡੈਡੀ ਨੂੰ ਕਹਿ ਦੇ ਮੈਨੂੰ ਮਾਫ ਕਰ ਦੇ। ਮੇਰੀ ਮਾਂ ਦੀ ਮੌਤ, ਮਾਫੀ ਮੰਗ ਰਹੀ ਤੁਹਾਡੇ ਕੋਲੋਂ ਮਾਜੀ, ਇਸ ਲਈ ਮਾਫ ਕਰ ਦਿਓ ਡੈਡੀ ਕਿ ਮੇਰੀ ਮੌਤ ਇਹਨਾਂ ਨੇ ਕਬੂਲ ਕਰ ਲਈ। ਅੱਜ ਮੇਰੀ ਮਾਂ ਨੇ ਦੂਜੀ ਵਾਰੀ ਮੈਨੂੰ ਜ਼ਿੰਦਗੀ ਦਿੱਤੀ, ਪਰ ਆਪ ਹਮੇਸ਼ਾ ਲਈ ਸਾਨੂੰ ਛੱਡ ਕੇ ਜਾ ਰਹੇ ਨੇ। ਇਹਨਾਂ ਨੂੰ ਮਾਫ ਕਰ ਦਿਓ ਡੈਡੀ। ਅਸਾਂ ਇਹਨੂੰ ਮਾਫ ਕੀਤਾ ਪੁੱਤਰ, ਅੱਲਾਹ ਇਹਨੂੰ ਮਾਫ ਕਰੇ। ਅੱਜ ਫਿਰ ਸਾਡੇ ਤੋਂ ਅੱਗੇ ਲੰਘ ਗਏ ਹੋ, ਫਿਰ ਅੱਗੇ ਲੰਘ ਗਏ। ਤੂੰ